ਜਿਹੜਾ ਮਿਰਜ਼ਾ ਬੇਰੂਹ ਹੋ ਕੇ ਗਾਉਂਦੀ ਸੀ ਜਸਵਿੰਦਰ ਬਰਾੜ, ਅੱਜ ਗੱਜ ਵੱਜ ਕੇ ਗਾਣਾ ਸ਼ੁਰੂ ਕਰੋਗੇ? ਗੱਜ ਵੱਜ ਕੇ ਗਾਉਂਗੀ। ਉਹ ਜੱਟ ਤਰਦੇ ਮਿਰਜ਼ੇ ਖੈਣੀ ਨੂੰ ਵੱਡੀ ਭਾਬੀ ਲੈਂਦੀ ਥੰਮ, ਵੇ ਮੈਂ ਕਦੀ ਨਾ ਦਿਓਰ ਵਾਂਗਾ ਰਿਆ, ਵੇ ਮੈਂ ਕਦੀ ਨਾ ਦਿਓਰ ਵਾਂਗਾ ਰਿਆ, ਜੱਟਾ ਕਦੇ ਨਾ ਆਇਓ ਕੰਮ, ਵੇ ਜੱਟਾ ਕਦੇ ਨਾ ਆਇਓ ਕੰਮ। ਏ ਆ ਏ ਆ ਏ ਆ ਦੇਖੋ ਸ਼ੁਭ ਦੀਆਂ ਅੱਖਾਂ ਮੇਰੇ ਵੱਲ ਕਿਵੇਂ ਵੇਖਦੀਆਂ, ਦੇਖੋ ਹਾਂ ਕਰਨ ਨਾ, ਦੇਖੋ ਤੁਸੀਂ ਬਿਲਕੁਲ ਬਿਲਕੁਲ। ਤਾਂ ਹੀ ਤਾਂ ਇੱਥੇ ਗੱਜ ਵੱਜ ਕੇ ਵਾਲਾ ਮਿਰਜ਼ਾ ਚੱਲ ਰਿਹਾ ਨਾ। ਸੂਟ ਟੰਗਿਆ ਪਿਆ ਸੀ ਜਿਹੜਾ ਮੈਂ ਇੱਕ ਦਿਨ ਪਹਿਲਾਂ ਹਸਪੀਟਲ ਪਾ ਕੇ ਗਈ ਸੀ। ਓਕੇ, ਮੈਂ ਬਿਨਾਂ ਨਹਾਤੇ ਧੋਤੇ ਐਵੇਂ ਮੈਂ ਗੱਪ ਮਾਰਦਾ ਜੀ, ਮੈਂ ਨਹਾਤੀ ਮੈਂ ਇਹ ਕੀਤਾ ਹੈ ਨਾ, ਨਹੀਂ ਖੁਸ਼ੀ ਬਹੁਤ ਸੀ, ਖੁਸ਼ੀ ਬਹੁਤ ਸੀ, ਚਾਹ ਦਾ ਨੂਰ ਸੀਗਾ, ਬ੍ਰਸ਼ ਕੀਤਾ ਮੂੰਹ ਧੋਤਾ, ਉਵੇਂ ਹੀ ਸੂਟ ਪਾ ਕੇ ਪਿੱਛੇ ਰਬੜ ਪਾ ਕੇ ਜੀ ਭੱਜ ਗਏ। ਮੈਂ ਕਿਹਾ ਦੱਸੋ, ਕਹਿੰਦੇ ਵਧਾਈਆਂ। ਅੱਛਾ, ਮੈਂ ਕਾਹਦੀ? ਕਹਿੰਦੇ ਕਵਲੀਏ ਤੂੰ ਭੂਆ ਬਣ ਗਈ। ਅਰੇ ਅਰੇ, ਜਿਹੜੀ ਪਛਾਣ ਮਿਲੀ ਸੀ ਉਸੇ ਦੀ ਕਾਲ ਆਈ। ਹਾਂ, ਕਵਲੀਏ ਤੂੰ ਭੂਆ ਬਣ ਗਈ। ਤੇ ਮੇਰੀ ਬੇਟੀ ਬੋਲਦੀ ਮੰਮੀ ਵੀਰਾ ਆ ਗਿਆ। ਅਰੇ, ਤੇ ਮੈਂ ਉਹਨੂੰ ਗੋਦੀ ਚੱਕਿਆ, ਕਦੇ ਮੈਂ ਉਹਦੀਆਂ ਅੱਖਾਂ ਦੇਖਾਂ, ਕਦੇ ਮੈਂ ਉਹਦਾ ਨੱਕ ਦੇਖਾਂ, ਕਦੇ ਮੈਂ ਉਹਦਾ ਮਤਲਬ ਸਾਰਾ ਫੇਸ ਪੜਾ, ਤੇ ਫਿਰ ਮੈਂ ਉਹਦੇ ਨਾਲ ਛੋਟੀਆਂ ਛੋਟੀਆਂ ਗੱਲਾਂ ਕੀਤੀਆਂ ਜੀ। ਵੀਰ ਸਕੂਨ ਸੀ ਦਿਲ 'ਚ, ਬੜਾ 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 ਸ਼ੁਕਰ ਸੀ ਪਰਮਾਤਮਾ ਦਾ ਵੀ ਪੁੱਤ ਤੂੰ ਆ ਗਿਆ। ਬਲਕੌਰ ਦੇ ਆਸ਼ਰਾਮ ਚਰਨ ਕੌਰ ਦੇ ਆ ਜਾਇਆ, ਬਲਕੌਰ ਦੇ ਆਸ਼ਰਾਮ ਚਰਨ ਕਰ ਦੇ ਆ ਜਾਇਆ, ਵੇ ਤੂੰ ਵੱਡੇ ਪੈਰ ਗਿਆ ਸੀ ਅੱਜ ਛੋਟੇ ਪੈਰੀ ਆਇਆ, ਵੇ ਤੂੰ ਵੱਡੇ ਪੈਰ ਗਿਆ ਸੀ ਅੱਜ ਛੋਟੇ ਪੈਰੀ ਆਇਆ। ਸ਼ੁਭਦੀਪ ਇਸ ਦੁਨੀਆਂ ਤੋਂ ਰੁਖਸਤ ਹੋਏ ਨਾ, ਤੁਸੀਂ ਬੇਟੀ ਨੂੰ ਕਿਹਾ ਵੀ ਰੱਖੜੀ, ਤੁਸੀਂ ਕਿਹਾ ਵੀ ਚੁੱਪ ਚਾਪ ਜਾਈ ਬੰਨ ਕੇ ਆ ਜੀ, ਉਹ ਦੇਖਦਾ ਹੈ ਨਾ, ਕਿਉਂਕਿ ਰੱਖੜੀ ਬੰਨਦੀ ਸੀ ਉਹਨੂੰ। ਮੈਂ ਇੱਕ ਗੱਲ ਉਹਨੂੰ ਇਹ ਕਹੀ ਸੀ ਜੀ, ਮੈਂ ਕਿਹਾ ਵੀ ਪੁੱਤ, ਕਹਿੰਦੇ ਮੰਮਾ ਮੈਂ ਰੱਖੜੀ ਬੰਨਣ ਜਾਣਾ ਹਾਂ, ਮੈਂ ਕਿਹਾ ਬੰਨਿਆ, ਪਰ ਮੈਂ ਇੱਕ ਗੱਲ ਕਹਿ ਕੇ ਆਈ ਪੁੱਤ, ਕਹਿੰਦੀ ਮੰਮਾ ਕੀ ਕਹਾਂ, ਉਹ ਮੀਣੀ ਤੁਣੀ ਜੀ ਗੱਲ ਕਰਦੀ ਹੁੰਦੀ ਆ। ਅੱਛਾ ਜੀ। ਤੇ ਮੈਂ ਕਹਿੰਦੀ ਮੰਮਾ ਕੀ ਕਹਾਂ ਮੈਨੂੰ ਦੱਸ ਦਿਓ, ਮੈਂ ਕਿਹਾ ਬੱਚਿਆਂ ਦੀ ਰੱਬ ਬਹੁਤ ਜਲਦੀ ਸੁਣਦਾ ਹੁੰਦਾ, ਮੈਂ ਕਿਹਾ ਤੂੰ ਇਹ ਕਹਿਣਾ ਵੀ ਵੀਰੇ ਮੈਂ ਐਸੇ ਸਾਲ ਹੀ ਗੁੱਟ ਦੇ ਬੁੱਤ ਤੇ ਬੰਨਣੀ ਆ, ਅਗਲੇ ਸਾਲ ਮੈਂ ਤੇਰੇ ਆਪਦੇ ਗੁੱਟ ਤੇ ਬੰਨਣੀ ਜੀ। ਤੇ ਉਹ ਸਾਲ ਆ ਗਿਆ, ਸਾਲ ਆ ਗਿਆ। ਮੈਂ ਇੱਥੇ ਰਾਜਾ ਸਾਹਿਬ ਦਾ ਪ੍ਰੋਗਰਾਮ ਲਾਉਣ ਗਈ ਮੇਲਾ, ਤੇ ਉੱਥੇ ਰਾਜਾ ਸਾਹਿਬ ਦੇ ਮਤਲਬ ਭਗਤ ਸੀਗੇ, ਇੱਧਰ ਨਵਾਂ ਸ਼ਹਿਰ ਵੱਲ ਰਾਜਾ ਸਾਹਿਬ ਦੇ ਬਹੁਤ ਗੁਰਦੁਆਰੇ ਸਾਹਿਬ ਨੇ ਜਿੱਥੇ ਦਿਨ ਰਾਤ ਮਤਲਬ ਇਹ ਲਾ ਲਓ ਖੰਡ ਪਾਠ ਚੱਲਦੇ ਰਹਿੰਦੇ ਨੇ। ਅੱਛਾ ਜੀ। ਦਿਨ ਰਾਤ ਮੈਂ ਉਹ ਨਾ ਭੁੱਲ ਗਈ ਕਿ ਕਹਿੰਦੇ ਨੇ ਜਦੋਂ ਲਗਾਤਾਰ ਖੰਡ ਪਾਠ ਚੱਲਦੇ ਨੇ ਤੇ ਲੋਕਾਂ ਦੀ ਬੜੀ ਸ਼ਰਧਾ, ਤੇ ਮੈਂ ਮੇਲਾ ਲਾ ਕੇ ਤੇ ਮਤਲਬ ਉਹਨਾਂ ਦੇ ਘਰੇ ਜਦੋਂ ਮੈਂ ਚਾਹ ਪੀਣ ਗਈ ਤੇ ਮੈਂ ਉਹ ਬਾਬਾ ਜੀ ਨੂੰ ਕੁਛ ਨਹੀਂ ਨਾ ਕੁਛ ਮੈਂ ਮੰਗਿਆ, ਉਹ ਗ੍ਰੰਥ ਲਿਆਈ, ਜਲ ਲਿਆਈ, ਮੈਨੂੰ ਕਹਿੰਦੇ ਬੇਟਾ ਲਓ। ਮੈਂ ਸੋਚਿਆ ਵੀ ਸ਼ਾਇਦ ਮੈਨੂੰ ਦਿੰਦੇ ਹੋਣ ਜੀ, ਹੈ ਨਾ। ਕਹਿੰਦੇ ਇਹ ਤੂੰ ਭੂਆ ਹੈ ਨਾ? ਮੈਂ ਕਿਹਾ ਹਾਂਜੀ। ਸ਼ੁਭਦੀਪ ਦੇ ਘਰੇ ਪਹੁੰਚਾ ਦੀ, ਆਹ ਜਲ ਦਾ ਛਿੱਟਾ ਦਿਆ ਕਰਨ, ਉਹ ਖੁਦ ਪੀ ਲੈਣ, ਤੇ ਆਹ ਗ੍ਰੰਥ ਨੂੰ ਪੜ੍ਹ ਲਿਆ ਕਰ। ਦੇਖੋ ਮੈਂ ਕਿਹੜਾ ਕਿਹਾ ਸੀ ਉਹਨਾਂ ਨੂੰ, ਪੂਰਾ ਸਾਇੰਸ ਯੂਨੀਵਰਸ ਦਿੰਦਾ ਨਾ ਤੁਹਾਨੂੰ। ਫਿਰ ਮੈਂ ਭਾਬੀ ਜੀ ਅਤੇ ਵੀਰ ਸਿੰਘ ਹੋਰਾਂ ਨੂੰ ਪੋਚੀ ਦੇ ਕੇ ਆਈ। ਸ਼ੁਭਦੀਪ ਆਏ ਨੇ ਇੱਧਰ ਘਰ? ਅੱਛਾ, ਉਹ ਜੋ ਐਸੇ ਗੇਟ ਤੋਂ ਹੈ, ਮਤਲਬ ਅਜੇ ਵੀ ਜੇ ਮਹਿਸੂਸ ਕਰਨ ਵਾਲੀ ਗੱਲ ਹੈ, ਇੱਦਾਂ ਲੱਗਦਾ ਹੈ ਉੱਚਾ 6 ਫੁੱਟ ਹੈ ਨਾ, ਦਾ 6.5 ਫੁੱਟ ਦਾ ਚੌਬਰ ਪੱਗ ਬੰਨ ਕੇ, ਮਤਲਬ ਖੜਨਾ ਘੱਟ ਹੁੰਦਾ ਸੀ ਅਣਜਕਾ, ਉਹਨੂੰ ਐਂ ਹੁੰਦਾ ਯਾਰ ਕਰ ਲਾ ਆਹ ਵੀ ਕਰ ਲਾ ਆਹ ਵੀ ਕਰ ਲਾ। ਉਸ ਦਿਨ ਪਹਿਲਾਂ ਤਾਂ ਅੰਦਰ ਬਹੁਤ ਕਾਹਲੀ ਮਚਾਈ, ਮੈਂ ਜਾਣਾ ਹੈ ਨਾ, ਅਤੇ ਮਤਲਬ ਵੀ ਉਸ ਗੇਟ ਉਹ ਆਪਣਾ ਛੋਟਾ ਜਿਹਾ ਵਾਸ਼ਰੂਮ ਨਹੀਂ ਨਾ ਜੀ, ਅਤੇ ਗੇਟ ਖੋਲ੍ਹ ਲਿਆ, ਗੱਡੀਆਂ ਸਾਰੀਆਂ ਬਾਹਰ ਲੱਗ ਗਈਆਂ। ਅੱਛਾ, ਬੇਟੀ ਆਈ ਹੋਈ ਸੀਗੀ ਕੈਨੇਡਾ ਤੋਂ, ਅਤੇ ਉਹਦੇ ਨਾਲ ਜਿਉਂ ਲੱਗਿਆ ਮੈਨੂੰ ਉਹਨੇ ਜ਼ਿੰਦਗੀ 'ਚ ਇੱਕ ਵਾਰ ਮੈਨੂੰ ਲੱਗਦਾ ਜਾਂ ਮੈਨੂੰ ਲੱਭੀ ਕਹਿੰਦਾ ਹੁੰਦਾ ਇਹ ਗੱਲ, ਜਾਂ ਉਹਨੇ ਕਹੀ ਕਹਿੰਦਾ ਭੂਆ ਜੀ ਦੁਨੀਆ ਮੁਤਾਬਕ ਥੋੜ੍ਹਾ ਜਿਹਾ ਚੇਂਜ ਹੋ ਜਾਓ। ਅੱਛਾ, ਮੈਂ ਕਿਹਾ ਵੀ ਕਿਵੇਂ ਹੋਵਾਂ ਸ਼ੁਭ, ਕਿਤੇ ਵੱਡੀ ਗੱਡੀ ਲਓ। ਅੱਛਾ, ਮੇਰਾ ਗੁਜ਼ਾਰਾ ਹੋ ਜਾਂਦਾ, ਮੈਂ ਕੀ ਕਹਿਣਾ। ਲੱਭੀ ਨੂੰ ਅਤੇ ਜਸ਼ਨ ਨੂੰ ਕਹਿੰਦੇ, ਉਹ ਕਹਿੰਦਾ ਪਰਸੋਂ ਆ ਜਾਓ, ਅਤੇ ਮੇਰੇ ਯਾਰ ਦੋਸਤ ਦੀ ਗੱਡੀ ਖੜ੍ਹੀ ਹੈ ਬਿਲਕੁਲ ਸਾਫ਼, ਬਸ ਚਾਬੀ ਫੜ ਲਿਆ, ਮੈਂ ਆਪੇ ਪੈਸੇ ਦੀ ਗੱਲ ਕਰਨੀ। ਅੱਛਾ, ਸਾਡੇ ਨਾਲ ਮੈਂ ਤਾਂ ਹੀ ਫੋਰਚੂਨਰ ਲਈ। ਡਾਕਟਰ ਇਹ ਕਹਿੰਦੇ ਨੇ ਕਿ ਮਾਂ ਨੂੰ ਕੋਈ ਸੰਤਾਪ ਨਾ ਹੋਵੇ, ਕੋਈ ਦੁੱਖ ਨਾ ਹੋਵੇ, ਪਰ ਉਹਨਾਂ ਨੇ ਜੋ ਕੁਛ ਵੀ ਹੰਢਾਇਆ ਪਿਛਲੇ ਇੰਨੇ ਸਾਲ 'ਚ, ਬਾਵਜੂਦ ਜੋ ਉਹਨਾਂ ਨੇ ਕੀਤਾ, ਸ਼ਾਬਾਸ਼ੀ ਤਾਂ ਹੈ ਹੀ, ਇੱਕ ਤਗੜੀ ਮਿਸਾਲ ਹੈ। ਸਲਿਊਟ ਦੇ ਹੱਕਦਾਰ ਨੇ ਜੀ, ਦੋਨੇ ਮੀਆਂ ਬੀਬੀ ਜੰਗ ਵੀ ਲੜੇ, ਹਾਂ,
ਸ਼ੁਭ ਦੇ ਘਰ ਨੂੰ ਵੀ ਸੰਭਾਲਿਆ, ਕਿਸੇ ਦਾ ਉਹ ਵੀ ਨਹੀਂ ਕੀਤਾ, ਦੁਬਾਰਾ ਸ਼ੁਭ ਨੂੰ ਲੈ ਕੇ ਤੁਹਾਨੂੰ ਵਧਾਈਆਂ ਜੀ, ਤੁਹਾਡੇ ਯਾਰ ਨੂੰ ਪਰਿਵਾਰ ਨੂੰ ਹਾਏ ਸਾਰੇ ਜੀ ਸੰਸਾਰ ਨੂੰ, ਤੇ ਸ਼ੁਕਰੀਆ ਦਾ ਉਸ ਪਰਮੇਸ਼ਵਰ ਦੇ ਦਵਾਰ ਨੂੰ ਵਧਾਈਆਂ ਜੀ, ਵਧਾਈ। ਦਿਨ ਸ਼ਗਨਾਂ ਦਾ ਭਾਗਾਂ ਨਾਲ ਹੀ ਵੇਖਣ ਨੂੰ ਮਿਲਦਾ, ਸੋ ਦਿਨ ਤਾਂ ਸ਼ਗਨਾਂ ਵਾਲਾ ਹੈ, ਮੈਂ ਤਾਂ ਕਹੂੰਗੀ ਦਿਨ ਸ਼ਗਨਾਂ ਵਾਲੇ ਹੋ ਗਏ ਨੇ ਸ਼ੁਰੂ, ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਪੂਰੇ ਪੰਜਾਬੀਆਂ ਦੇ ਲਈ, ਪੂਰੀ ਦੁਨੀਆਂ ਦੇ ਲਈ, ਕਾਲਿਆਂ ਲਈ, ਗੋਰਿਆਂ ਲਈ, ਜੋ ਵੀ ਸਿੱਧੂ ਨੂੰ ਅਤੇ ਉਹਨਾਂ ਦੇ ਪਰਿਵਾਰ ਨੂੰ ਪਿਆਰ ਕਰਦੇ ਸੀ, ਸਾਰਿਆਂ ਦੇ ਲਈ ਇੱਕ ਲੰਬੀ ਕਾਲੀ ਰਾਤ ਤੋਂ ਬਾਅਦ ਸੂਰਜ ਚੜ੍ਹਿਆ, ਸੋ ਸੂਰਜ ਦੀ ਚੜ੍ਹਦੀ ਕਿਰਨ ਦੇ ਨਾਲ ਛੋਟਾ ਸ਼ੁਭ ਨਿੱਕੇ ਪੈਰੀ ਆਇਆ। ਲੇਕਿਨ ਮੈਂ ਤੁਹਾਨੂੰ ਦੱਸ ਦੇਵਾਂ ਕਿ ਜਿਨ੍ਹਾਂ ਨਾਲ ਮੈਂ ਮੁਲਾਕਾਤ ਕਰਨ ਜਾ ਰਹੀ ਹਾਂ ਉਹ ਸ਼ੁਭਦੀਪ ਦੇ ਬਹੁਤ ਜ਼ਿਆਦਾ ਨੇੜੇ ਸੀਗੇ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਵੱਡਾ ਬਲਾਸਟਰ ਬਦਲਾਵ ਆਇਆ ਸੀਗਾ, ਪਰ ਤੁਹਾਨੂੰ ਪਤਾ ਕਿ ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਆ ਰਹੇ ਹਾਂ, ਉਹਨਾਂ ਨੂੰ ਪਤਾ ਹੈ ਪਰ ਅਸੀਂ ਇਸ ਟਾਈਮ 'ਤੇ ਆਵਾਂਗੇ ਇਹ ਉਹਨਾਂ ਨੂੰ ਨਹੀਂ ਪਤਾ ਸੀਗਾ। ਸੋ ਮੈਂ ਅੰਦਰ ਚੱਲਦੀ ਹਾਂ, ਤੁਹਾਨੂੰ ਵੀ ਲੈ ਕੇ ਚੱਲਦੀ ਹਾਂ ਅਤੇ ਨਾਲੇ ਆਪਾਂ ਦੇਖਦੇ ਹਾਂ ਕਿ ਉਹ ਕਰ ਕੀ ਰਹੇ ਨੇ। ਸੋ ਮੈਂ ਨਹੀਂ ਦੱਸਾਂਗੀ, ਮੈਂ ਇਹ ਚਾਹਾਂਗੀ ਕਿ ਤੁਸੀਂ ਖੁਦ ਦੇਖੋ ਐਂਡ ਤੁਸੀਂ ਚਿਹਰੇ 'ਤੇ ਖੁਸ਼ੀ ਵੇਖਿਓ, ਤੁਸੀਂ ਉਹਨਾਂ ਦੇ ਚਿਹਰੇ 'ਤੇ ਇੱਕ ਸਕੂਨ ਵੇਖਿਓ ਅਤੇ ਤੁਸੀਂ ਵੇਖਿਓ ਕਿ ਕਿੰਨਾ ਖੂਬਸੂਰਤ ਰਿਸ਼ਤਾ ਜਿਸਦੇ ਕੋਲ ਅਸੀਂ ਤੁਹਾਨੂੰ ਅੱਜ ਲੈ ਕੇ ਆਏ ਹਾਂ। ਸੋ ਉਹਨਾਂ ਦੇ ਥਰੂ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ, ਛੋਟੇ ਪੈਰੀ ਵਾਪਸ ਆਏ ਸ਼ੁਭਦੀਪ ਦੀਆਂ। ਅਤੇ ਸਤਿ ਸ਼੍ਰੀ ਅਕਾਲ ਭੂਆ ਜੀ, ਮੈਮ, ਮਾਂ, ਕਿਵੇਂ ਹੋ ਤੁਸੀਂ? ਸਰਪ੍ਰਾਈਜ਼ ਹੋ ਰਹੇ ਹੋ, ਆਉਣਾ ਸੀਗਾ, ਲੇਟ ਹੋ ਗਏ, ਸੋਰੀ। ਬਹੁਤ ਖੁਸ਼। ਅੱਛਾ, ਪਹਿਲੇ ਤੋਂ ਮੁਬਾਰਕਾਂ। ਬਹੁਤ 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 ਮੁਬਾਰਕਾਂ, ਤੁਹਾਡੀਆਂ ਬਹੁਤ ਦੁਆਵਾਂ, ਤੁਹਾਡੀਆਂ ਬਹੁਤ ਜ਼ਿਆਦਾ ਜਿਹੜੀਆਂ ਇੱਕ ਉਮੀਦਾਂ ਸੀਗੀਆਂ ਹਰ ਗੱਲਬਾਤ ਦੇ ਵਿੱਚ ਸਾਨੂੰ ਸੁਣਨ ਨੂੰ ਮਿਲਦੀਆਂ ਰਹੀਆਂ ਨੇ। ਥੈਂਕ ਯੂ। ਤੇ ਭੂਆ ਬੰਨੀ ਦੀ ਖੁਸ਼ੀ ਦੇ ਵਿੱਚ ਮੂੰਹ ਤਾਂ ਮਿੱਠਾ ਕਰਾਂਗੇ, ਪਰ ਸ਼ੁਭਦੀਪ ਦੀ ਫੋਟੋ ਬਹੁਤ ਸੋਹਣੀ ਹੈ। ਹਾਂ, ਸ਼ੁਭਦੀਪ ਆਪ ਵੀ ਸੋਹਣਾ ਸੀਗਾ, ਆਪ ਇੰਨਾ ਸੋਹਣਾ ਸੀ, ਫਿਰ ਫੋਟੋ ਤਾਂ ਮੇਰੇ ਪੁੱਤ ਦੀ ਸੋਹਣੀ ਆਉਣੀ ਸੀ। ਤੁਸੀਂ ਬਾਹਰ ਕਿਉਂ ਬੈਠੇ ਹੋਏ ਹੋ? ਮੈਂ ਇਸ ਗਾਰਡਨ 'ਚ ਅੱਜ ਪਤਾ ਕਿਉਂ ਬੈਠੀ ਸੀ ਜੀ, ਵੀ ਅੱਜ ਮੇਰੇ ਗਾਰਡਨ ਦਾ ਫੁੱਲ ਖਿੜਿਆ। ਅਰੇ ਕੀ ਬਾਤ ਹੈ, ਇਹ ਸੱਚ ਹੈ ਹਨ? ਹਾਂ, ਪਹਿਲਾਂ ਫੁੱਲ ਸੀ ਪਰ ਖੁਸ਼ਬੂ ਹੈ ਨਹੀਂ ਸੀ ਜੀ। ਕਿੰਨੇ ਫੁੱਲ ਸੀ, ਖੁਸ਼ਬੂ ਹੈ ਨਹੀਂ ਸੀ। ਹੁਣ ਇਹ ਮੇਰਾ ਫੁੱਲ ਮੁੜਿਆ, ਹੁਣ ਘਰ ਦੇ ਪਲਾਸਟਿਕ ਦੇ ਫੁੱਲਾਂ 'ਚ ਵੀ ਖੁਸ਼ਬੂ ਆ ਗਈ। ਅਰੇ ਕੀ ਬਾਤ ਹੈ, ਕੀ ਬਾਤ ਹੈ, ਘਰ ਦੇ ਪਲਾਸਟਿਕ ਦੇ ਫੁੱਲਾਂ 'ਚ ਵੀ ਖੁਸ਼ਬੂ ਆ ਗਈ। ਹਾਂ, ਤੇ ਹੁਣ ਜਿਹੜਾ ਮਿਰਜ਼ਾ ਬੇਰੂਹ ਹੋ ਕੇ ਗਾਉਂਦੀ ਸੀ ਜਸਵਿੰਦਰ ਬਰਾੜ, ਅੱਜ ਗੱਜ ਵੱਜ ਕੇ ਗਾਣਾ ਸ਼ੁਰੂ ਕਰੋਗੇ? ਗੱਜ ਵੱਜ ਕੇ ਗਾਉਂਗੀ, ਤਾਂ ਮੈਂ ਆਪਦੇ ਪੁੱਤਰ ਨੂੰ ਵੈਲਕਮ ਕਰ ਰਹੀ ਸੀ, ਜੀ ਆਇਆ ਕਹਿੰਦੀ ਸੀ। ਵੈਸੇ ਤਾਂ ਹਮੇਸ਼ਾ ਮੇਰੇ ਅੰਗ ਸੰਗ ਰਹਿੰਦਾ ਇਹ ਜੀ, ਕਦੇ ਮੇਰੀ ਗੱਲ ਨਹੀਂ ਮੋੜੀ ਇਹਨੇ। ਕੀ ਬਾਤ ਹੈ, ਤੇ ਅੱਜ ਇਹਨੂੰ ਮੈਂ ਫਿਰ ਤੋਂ ਫੋਟੋ ਨੂੰ ਦੁਬਾਰਾ ਨਿਖਾਰਤਾ ਹੈ, ਹੈ ਨਾ, ਉਸੇ ਤਰ੍ਹਾਂ ਫਰੈਸ਼ ਹੋ ਚੁੱਕੀ ਹੈ ਇਹ ਤਸਵੀਰ, ਬਿਲਕੁਲ ਉਸੇ ਤਰ੍ਹਾਂ ਜਿਸ ਤਰੀਕੇ ਦੇ ਨਾਲ ਖੁਸ਼ੀਆਂ ਸਾਰਿਆਂ ਦੀਆਂ ਰਿਫਰੈਸ਼ ਹੋਈਆਂ ਨੇ ਬਹੁਤ ਲੰਬੇ ਸਮੇਂ ਤੋਂ ਬਾਅਦ, ਹੈ ਨਾ। ਇਹ ਨਾ ਅੱਖਾਂ ਇੱਦਾਂ ਦੇਖ ਰਹੀਆਂ ਨੇ ਕਿ ਜਿੱਦਾਂ ਇੱਕ ਮਾਂ ਆਪਣੇ ਪੁੱਤ ਨੂੰ ਦੇਖ ਰਹੀ ਹੈ, ਇੱਕ ਭੈਣ ਆਪਣੇ ਬਾਈ ਨੂੰ ਦੇਖ ਰਹੀ ਹੈ ਨਾ, ਘਰ ਦਾ ਕੋਈ ਇਹੋ ਜਿਹਾ ਜੀ ਜਿਹੜਾ ਦਿਲ ਦੇ ਬਹੁਤ ਨੇੜੇ ਹੁੰਦਾ ਨਾ, ਬਸ ਇਹ ਅੱਖਾਂ ਉਸੇ ਤਰੀਕੇ ਨਾਲ। ਦੇਖੋ ਸ਼ੁਭ ਦੀਆਂ ਅੱਖਾਂ ਮੇਰੇ ਵੱਲ ਕਿਵੇਂ ਵੇਖਦੀਆਂ, ਦੇਖੋ। ਹਾਂ, ਧਿਆਨ ਨਾਲ ਦੇਖੋ ਤੁਸੀਂ, ਬਿਲਕੁਲ ਇੱਧਰ ਹੋ ਕੇ ਦੇਖੋ। ਤਾਂ ਹੀ ਤਾਂ ਇੱਥੇ ਗੱਜ ਵੱਜ ਕੇ ਵਾਲਾ ਮਿਰਜ਼ਾ ਚੱਲ ਰਿਹਾ ਨਾ, ਇਹੀ ਗੱਲ ਹੈ, ਇਹੀ ਗੱਲ। ਹੁਣ ਜਸਵਿੰਦਰ ਐਂ ਗਾਊਗੀ, ਪੱਕੀ ਗੱਲ ਹੈ, ਪੱਕਾ, ਸ਼ੋਰ। ਕੀ ਬਾਤ ਹੈ, ਉੱਤੇ ਸ਼ੁਭ ਹੈ ਜੀ ਮੈਨੂੰ ਬਲੈਸਿੰਗ ਦੇਣ ਲਈ ਜੀ, ਤੇ ਥੱਲੇ ਐਂ ਜਸਵਿੰਦਰ ਨੇ ਖੁੱਲ ਕੇ ਮਿਰਜ਼ਾ ਗਾਉਣਾ। ਕੀ ਬਾਤ ਹੈ, ਮੈਨੂੰ ਹਜੇ ਵੀ ਯਾਦ ਹੈ, ਕਹਿੰਦੇ ਵੀ ਕਈ ਵਾਰ ਨਾ ਹਸਬੈਂਡ ਪਿੱਛੋਂ ਕਹਿੰਦੇ ਨੇ ਵੀ ਤੂੰ ਕੀ ਦੇਖੀ ਜਾ ਰਹੀ ਆ, ਪਿੱਛੇ ਸ਼ੋਅ ਸ਼ੁਰੂ ਕਰ, ਕਹਿੰਦੇ ਪਿੱਛੇ ਸ਼ੁਭਦੀਪ ਖੜਾ ਹੁੰਦਾ, ਮੈਨੂੰ ਦੇਖਦਾ ਹੁੰਦਾ ਤੇ ਮੈਂ ਉਹਦੇ ਨਾਲ ਗੱਲਾਂ ਕਰਦੀ ਹਾਂ ਹਰ ਸ਼ੋਅ ਤੋਂ ਪਹਿਲਾਂ, ਯਾਦ ਹੈ ਤੁਹਾਨੂੰ? ਸ਼ਾਇਦ ਮੈਂ ਕਿਸੇ ਦੀ ਸੌਂਹ ਖਾਊਂਗੀ ਤਾਂ ਲੋਕ ਕਹਿਣਗੇ ਵੀ ਸੌਂਹ ਤਾਂ ਕਿਸੇ ਦੀ ਵੀ ਝੂਠੀ ਖਾਧੀ ਜਾਂਦੀ, ਮੈਂ ਆਪਦੀ ਬੋਡੀ ਦੀ ਸੌਂਹ ਖਾਂਦੀ ਹਾਂ। ਕਈ ਵਾਰ ਮੈਨੂੰ ਪੱਪੂ ਕਹਿਣਗੇ ਵੀ ਤੂੰ ਇੱਕ ਸਾਈਡ 'ਤੇ ਕਿਉਂ ਦੇਖਣ ਲੱਗ ਜਾਂਦੀ ਹੈ, ਟਿਕ ਟਿੱਕੀ ਕਰਕੇ ਸ਼ੋਅ ਸ਼ੁਰੂ ਕਰ। ਦੋ ਤਿੰਨ ਪ੍ਰੋਗਰਾਮਾਂ 'ਤੇ ਮੈਂ ਉਹਨਾਂ ਨੂੰ ਨਹੀਂ ਦੱਸਿਆ ਜੀ, ਫਿਰ ਮੈਂ ਕਹਿੰਦਾ ਵੀ ਤੁਸੀਂ ਮੈਨੂੰ ਟੋਕਿਆ ਨਾ ਕਰੋ, ਜਦੋਂ ਮੈਂ ਸਾਈਡ 'ਤੇ ਦੂਰ ਦੇਖਦੀ ਹੋਵਾਂ ਮਿੰਟ ਦੋ ਮਿੰਟ, ਮੈਂ ਕਿਹਾ ਸ਼ੁਭਦੀਪ ਖੜਾ ਹੁੰਦਾ ਕੁੜਤਾ ਪਜਾਮਾ ਪਾ ਕੇ ਐਂ ਕਰਕੇ ਮੋਛ ਨੂੰ ਵੱਟ ਦੇ ਕੇ, ਮੈਂ ਕਿਹਾ ਉਹਨੂੰ ਮੈਂ ਮੱਥਾ ਟੇਕਦੀ ਹਾਂ ਫਿਰ ਮੈਂ ਉਹ ਤੋਂ ਆਗਿਆ ਲੈਂਦੀ। ਕੀ ਬਾਤ ਹੈ, ਸੋ ਫਿਰ ਤੂੰ ਇੱਕ ਵਾਰ ਮੁਬਾਰਕਬਾਦ ਹੈ, ਨਿੱਕੇ ਪੈਰੀ ਗੀਤ ਲੈ ਕੇ ਆਏ ਸੀ, ਨਿੱਕੇ ਪੈਰੀ ਵੀਲ ਵਾਲਾ ਵੀ ਲੈ ਆਏ ਹੋ, ਹੈ ਨਾ, ਭਾਗਾ ਵਾਲਾ ਬੱਚਾ। ਜਦੋਂ ਦਾ ਇਹ ਗਿਆ ਸੀ ਰੱਬ ਨੇ ਮੇਰੀ ਜੀਭ ਤੇ ਇਹ ਲਾਈਨ ਧਰਤੀ ਸੀ, ਨਿੱਕੇ ਪੈਰੀ ਵਾਪਿਸ ਆ ਜਾਏ, ਵੀ ਜਿਹੜੀ ਮਾਂ ਬਾਪ ਦੇ ਅੱਗ ਵੀ ਤੂੰ ਵੱਡੇ ਪੈਰੀ ਗਏ
ਅੱਜ ਨਿੱਕੇ ਪੈਰੀਆਂ ਆਇਆ ਕੀ ਬਾਤ ਹੈ ਵੇ ਤੂੰ ਵੱਡੇ ਪੈਰੀ ਗਏ ਅੱਜ ਨਿੱਕੇ ਪੈਰੀਆਂ ਆਇਆ ਚਲੋ ਇਹ ਸ਼ੁਰੂਆਤ ਤਾਂ ਬਹੁਤ ਸੋਹਣੀ ਹੋਈ ਹੈ ਮੈਨੂੰ ਲੱਗਦਾ ਉਹ ਬੱਚਾ ਹੀ ਇੰਨਾ ਭਾਗਾ ਵਾਲਾ ਆਇਆ ਸ਼ੁਭਦੀਪ ਹੈ ਨਾ ਕਿ ਚਾਰੇ ਪਾਸੇ ਸ਼ੁਭ ਸ਼ੁਭ ਚੀਜ਼ਾਂ ਹੋ ਰਹੀਆਂ ਨੇ ਸੋ ਅਸੀਂ ਤੁਹਾਨੂੰ ਦੱਸ ਦਿੱਤਾ ਕਿ ਜਸਵਿੰਦਰ ਬਰਾੜ ਜੀ ਸਾਡੇ ਨਾਲ ਨੇ ਇੱਕ ਤੇ ਜ਼ੋਰ ਤੇ ਗਾਉਣ ਵਾਲੇ ਸੋ ਹੁਣ ਖੁਸ਼ਖਬਰੀ ਇਹ ਹੈ ਕਿ ਹੁਣ ਤੱਕ ਜਿਹੜਾ ਮਿਰਜ਼ਾ ਦੱਬ ਕੇ ਗਾਉਂਦੇ ਸੀ ਹੁਣ ਉਹ ਖੁੱਲ੍ਹ ਕੇ ਤੇ ਗੱਜ ਵੱਜ ਕੇ ਗਾਇਆ ਜਾਏਗਾ ਅਸੀਂ ਵੀ ਸੁਣਾਂਗੇ ਚਾਹ ਪਾਣੀ ਪੀ ਲਈਏ ਪਹਿਲਾਂ ਇਹ ਵੀ ਥੱਕੇ ਆਏ ਨੇ ਸੋ ਉਸੇ ਤਾਂ ਠੀਕ ਨੇ ਕਿ ਹੋ ਗਈ ਬਿਲਕੁਲ ਠੀਕ ਹੁਣ ਚਾਹ ਪੀ ਲਈਏ ਸ਼ੁਭ ਹੁਣ ਭੂਆ ਗਾਓਗੇ ਨਾ ਮਿਰਜ਼ਾ ਕਿਆ ਬਾਤ ਅਸੀਂ ਜਿਸ ਘਰ ਦੇ ਵਿੱਚ ਬੈਠੇ ਹਾਂ ਨਾ ਪਹਿਲਾਂ ਤਾਂ ਤੁਹਾਡਾ ਘਰ ਬਹੁਤ ਖੂਬਸੂਰਤ ਹੈ ਇੰਨਾ ਸੋਹਣਾ ਇੱਦਾਂ ਲੱਗਦਾ ਅਕਾਲ ਪੁਰਖ ਨਾ ਆਪਣੇ ਆਪ ਮਿਹਰ ਕਰ ਰਹੇ ਨੇ ਹਰ ਕੋਨੇ ਦੇ ਵਿੱਚ ਐਡੀ ਪੋਜ਼ਿਟਿਵਿਟੀ ਹੈ ਬਹੁਤ ਅੱਛਾ ਮਤਲਬ ਬਹੁਤ ਰੂਹ ਨੂੰ ਸਕੂਨ ਜਿਹਾ ਮਿਲਣ ਵਾਲਾ ਘਰ ਹੈ ਜਿੱਦਾਂ ਹੀ ਮੈਂ ਐਂਟਰ ਕੀਤੀ ਮੈਨੂੰ ਬੜਾ ਅੱਛਾ ਲੱਗਿਆ ਔਰ ਮੈਂ ਇੱਕ ਇੰਟਰਵਿਊ ਸੁਣੀ ਸੀ ਤੇ ਮੈਂ ਵੀ ਸੁਣਿਆ ਸੀ ਵੀ ਬੜੀ ਮਿਹਨਤਾਂ ਦੀ ਕਮਾਈ ਹਰ ਇੱਟ ਤੇ ਲੱਗੀ ਹੈ ਹਨਾ ਬਹੁਤ ਔਖੀ ਕਮਾਈ ਲੱਗੀ ਜਿਹੜਾ ਨਾਲ ਜਿੱਥੇ ਹੁਣ ਆਪਾਂ ਖਾਣਾ ਬਣਾਉਣਾ ਮੇਰਾ ਬੈੱਡ ਉੱਥੇ ਲੱਗਿਆ ਹੋਇਆ ਉਦੋਂ 300 ਰੁਪਇਆ ਮਤਲਬ ਅਸੀਂ ਲੈਂਦੇ ਹੁੰਦੇ ਸੀ ਪਰ ਸਾਡੀ ਫੈਮਿਲੀ ਮਤਲਬ ਬੜੇ ਧਿਆਨ ਨਾਲ ਚੱਲੀ ਤੇ ਦੇਖੋ ਜਦੋਂ ਮੈਂ 2 ਲੱਖ ਵੀ ਕਮਾ ਕੇ ਲਿਆਉਂਦੀ ਸੀ ਘਰੇ ਤੇ ਉਦੋਂ ਮੇਰੀ ਮੰਮੀ ਨੇ ਮਤਲਬ 100 ਰੁਪਇਆ ਬਾਹਰ ਕੱਢ ਲੈਣਾ ਸਬਜ਼ੀ ਭਾਜੀ ਵਾਸਤੇ ਹਾਂਜੀ ਇਹ ਸਾਡਾ ਨਿਯਮ ਹੁੰਦਾ ਸੀਗਾ ਵੀ 100 ਰੁਪਇਆ ਹੀ ਕੱਢਣਾ ਰਾਈਟ ਪਰ ਇੱਕ ਗੱਲ ਮੈਂ ਫਿਰ ਵੀ ਪੁੱਛਣੀ ਹੈ ਨਾ ਨਾਮ ਵੱਡਾ ਹੋ ਗਿਆ ਮੁਕਾਮ ਵੱਡਾ ਹੋ ਗਿਆ ਰੁਤਬਾ ਵੱਡਾ ਹੋ ਗਿਆ ਹੈ ਨਾ ਫੈਨਸ ਦੀ ਜਿਹੜੀ ਫੋਲੋਇੰਗ ਹੈ ਉਹ ਵੱਡੀ ਹੋ ਗਈ ਪਰ ਅੱਜ ਵੀ ਜਸਵਿੰਦਰ ਬਰਾੜ ਐਡਾ ਵੱਡਾ ਘਰ ਬਣਾ ਕੇ ਉਹ 'ਚ ਨਹੀਂ ਸੌਂਦੀ ਰਹਿੰਦੀ ਉਹ ਆਪਣੇ ਪੁਰਾਣੇ ਘਰ ਦੇ ਵਿੱਚ ਹੀ ਜਾਂਦੀ ਹੈ ਜਦੋਂ ਦਾ ਇਹ ਘਰ ਬਣਿਆ ਮੈਂ ਅਸਲ ਸੱਚਾਈ ਦੱਸਾਂ ਜੀ ਵੀ ਮੈਂ ਉਸ ਘਰ 'ਚ ਕਿਉਂ ਸੌਂਦੀ ਹਾਂ ਜੀ ਮੈਨੂੰ ਆਪਦੀ ਔਕਾਤ ਯਾਦ ਰਹਿੰਦੀ ਹੈ ਪਰ ਇੱਦਾਂ ਕਿਉਂ ਪਤਾ ਨਹੀਂ ਕਿਉਂ ਵੀ ਇੱਕ ਤਾਂ ਮੈਂ ਪੜ੍ਹਦੀ ਬਹੁਤ ਹਾਂ ਜੀ ਜਦੋਂ ਕਿਸੇ ਮਹਾਂਪੁਰਸ਼ ਦੀ ਕੋਈ ਬੁੱਕ ਹੁੰਦੀ ਹੈ ਜਾਂ ਅਖਬਾਰ 'ਚ ਕੋਈ ਏਦਾਂ ਦੀ ਆਉਂਦੀ ਹੈ ਕਹਿੰਦੇ ਬੰਦੇ ਨੂੰ ਆਪਦੀ ਔਕਾਤ 'ਚ ਰਹਿਣਾ ਚਾਹੀਦਾ ਤੇ ਮੈਨੂੰ ਐਂ ਹੁੰਦਾ ਵੀ ਦੇਖੀ ਕਿਤੇ ਮਾਲਕਾ ਹੈ ਨਾ ਫਿਰ ਮੈਂ ਉੱਥੇ ਹੀ ਸੌਂਦੀ ਹਾਂ ਜਿੱਥੋਂ ਅਸੀਂ ਆ ਕੇ ਇਹ ਮਕਾਨ ਮਤਲਬ 50 ਗਜ਼ ਦਾ ਸੀ 35-40 ਹਜ਼ਾਰ ਸਾਡੇ ਕੋਲ ਸੀਗਾ ਨਗਦ ਆ ਸਾਹਮਣੇ ਘਰ ਹੈ ਇਹਨਾਂ ਦਾ ਆਰਕੈਸਟਰਾ ਹੁੰਦਾ ਸੀ ਅੱਛਾ ਉਹ ਸਾਹਮਣੇ ਘਰ ਤੇ ਜਦੋਂ ਅਸੀਂ ਫਸਟ ਟਾਈਮ ਪਿੰਡ ਛੱਡ ਕੇ ਇਹਨਾਂ ਦੇ ਕੋਲ ਆਏ ਇਹਨਾਂ ਦਾ ਇੱਕ ਰੂਮ ਹੁੰਦਾ ਸੀ ਉਹਦੇ 'ਚ ਅਸੀਂ ਮਤਲਬ ਥੋੜਾ ਬਹੁਤ ਸਮਾਨ ਜਿਵੇਂ ਥੋੜੇ ਜਿਹੇ ਭਾਂਡੇ ਮੇਰੇ ਮੰਮਾ ਨੇ ਲੈ ਲਿਆ ਸੀ ਉਦੋਂ ਸਟੋਵ ਸੀ ਮੇਰੇ ਮੰਮਾ ਕੋਲ ਤੇ ਸਟੋਵ ਸੀਗਾ ਤੇ ਮੰਜੇ ਇਹਨਾਂ ਨੇ ਸਾਨੂੰ ਦੇ ਦਿੱਤੇ ਸੀ ਵੀ ਹੁਣ ਪਿੰਡੋਂ ਕਿੱਥੋਂ ਚੱਕਾਂਗੇ ਹਾਲਾਂਕਿ ਮੇਰੀ ਮੰਮੀ ਦੇ 50 ਮੰਜੇ ਬਣਾਏ ਹੋਏ ਸੀ ਸੂਤ ਦੇ ਮੇਰੇ ਮੰਮਾ ਬਹੁਤ ਸੁਚਿਆਰੇ ਸੀਗੇ ਪਰ ਅਸੀਂ ਉਹਨਾਂ ਕੋ ਸਮਾਨ ਲੈ ਕੇ ਆਏ ਸੀ ਵੀ ਜੇ ਚੱਲ ਪਿਆ ਭਾਈ ਤਾਂ ਠੀਕ ਹੈ ਨਹੀਂ ਫਿਰ ਪਿੰਡ ਵਾਪਸ ਆ ਜਾਵਾਂਗੇ ਤੇ ਇਹਨਾਂ ਦੇ ਮੈਂ ਸਮਝਦੀ ਹਾਂ ਵੀ ਇਹਨਾਂ ਦਾ ਘਰ ਜਿਹੜੇ ਇਹਨਾਂ ਦਾ ਮੈਂ ਪ੍ਰੋਗਰਾਮ ਲਾਏ ਇੰਨੇ ਕੁ ਲੱਕੀ ਸੀਗੇ ਇੱਥੋਂ ਮਤਲਬ ਇੰਨੇ ਕੁ ਮੈਂ ਜ਼ਰੂਰ ਲੱਕੀ ਰਹੀ ਵੀ ਮੈਂ ਜਦੋਂ ਕਲੀਆਂ ਗਾਉਂਦੀ ਸੀ ਤੇ ਇੱਥੋਂ ਦੇ ਸਾਰੇ ਆਰਕੈਸਟਰਿਆਂ 'ਚ ਮਤਲਬ ਇਹ ਗੱਲ ਮਸ਼ਹੂਰ ਹੋ ਗਈ ਸੀ ਪਿੰਡਾਂ ਦੇ ਜਿਹੜੇ ਮਤਲਬ ਆਰਕੈਸਟਰੇ ਪਿੰਡਾਂ 'ਚ ਜਦੋਂ ਕੁੜੀਆਂ ਡਾਂਸਰ ਆਰਟਿਸਟ ਜਾਂਦੀਆਂ ਸੀ ਤੇ ਉਹ ਉਹਨੂੰ ਮਤਲਬ ਮੇਨ ਜਿਹੜਾ ਗਰੁੱਪ ਦਾ ਓਨਰ ਹੁੰਦਾ ਸੀ ਉਹਨੂੰ ਕਹਿ ਦਿੰਦੇ ਹੁੰਦੇ ਸੀਗੇ ਵੀ ਜਸਵਿੰਦਰ ਬਰਾੜ ਨੂੰ ਨਾਲ ਲੈ ਕੇ ਅੱਛਾ ਕੀ ਬਾਤ ਹੈ ਉਹ ਜ਼ਰੂਰ ਆਉਣੀ ਚਾਹੀਦੀ ਹੈ ਤੇ ਮੈਂ ਜਗਮੋਹਨ ਕੌਰ ਜੀ ਇਸ ਦੁਨੀਆ 'ਚ ਨਹੀਂ ਮਾਣਕ ਸਾਹਿਬ ਵੀ ਹੈ ਨਹੀਂ ਇਸ ਦੁਨੀਆ 'ਚ ਪਰ ਮੈਂ ਕੋਟੀ ਕੋਟੀ ਪ੍ਰਣਾਮ ਕਰਦੀ ਹਾਂ ਵੀ ਮੈਂ ਉਹਨਾਂ ਦੀ ਗਾਇਕੀ ਨੂੰ ਅਪਣਾਇਆ ਤੇ ਜਸਵਿੰਦਰ ਬਰਾੜ ਬਣੇ ਹੁਣ 2 ਖ਼ਬਰਾਂ ਦੀ ਗੱਲ ਕਰਾਂਗੇ ਪਹਿਲੀ ਉਹ ਖ਼ਬਰ ਜਿਹੜੀ ਹੁਣੇ ਹਾਲ ਹੀ ਦੇ ਵਿੱਚ ਹੋਈ ਹੈ ਨਾ ਉਹ ਹੈ ਸਾਡੇ ਨਿੱਕੇ ਪੈਰੀ ਵਾਪਸ ਆਉਣ ਵਾਲੇ ਸ਼ੁਭਦੀਪ ਦੀ ਸੋ ਤੁਸੀਂ ਤਾਂ ਸ਼ੁਰੂ ਤੋਂ ਹੀ ਤੁਹਾਡੀ ਪਰਮਾਤਮਾ ਜ਼ੁਬਾਨ ਤੋਂ ਹੀ ਕਢਾਉਂਦਾ ਸੀਗਾ ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਸਿੱਧੂ ਦੀ ਕਲਮ 'ਚ ਉਹੀ ਸ਼ਬਦ ਨਿਕਲਦੇ ਸੀ ਜੋ ਸੱਚ ਹੁੰਦੇ ਗਏ ਉਸੇ ਤਰ੍ਹਾਂ ਤੁਹਾਡੀ ਜ਼ੁਬਾਨ ਤੋਂ ਬਿਲਕੁਲ ਥੋੜ੍ਹੀ ਦੇਰ ਬਾਅਦ ਹੀ ਤੁਸੀਂ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀਗਾ ਮੇਰੇ ਖਿਆਲ ਮਹੀਨਾ ਕੁ ਬਾਅਦ ਹਾਂ ਕਈ ਇੰਟਰਵਿਊਆਂ 'ਚ ਮੈਂ ਗਾਇਆ ਵੀ ਹੈ ਹਾਂ ਹਾਂ ਜੇ ਮੈਂ ਜਾਣਦੀ ਹਾਂ ਜੇ ਮੈਂ ਜਾਣਦੀ ਉਸ ਵਾਰ ਤੁਹਾਨੂੰ ਯਾਦ ਆ ਆਪਾਂ ਬੂਹੇ ਬਾਰੀਆਂ ਤੇ ਲੌਂਗ ਲੈਚੀ ਟੋਲੀ ਜੀ ਮਤਲਬ ਉਹ ਕੀਤੀ ਸੀ ਉੱਥੇ ਵੀ ਮੈਂ ਇਹ ਲੈਣ ਆ ਗਿਆ ਸੀ ਵੀ ਤੂੰ ਵੱਡੇ ਪੈਰੀ ਗਿਆ ਛੋਟੇ ਪੈਰੀ ਬਿਲਕੁਲ ਤੇ ਮੈਂ ਜਦੋਂ ਤੁਸੀਂ ਇੱਥੇ ਬੈਠੇ ਹੋ ਅਦਰਵਾਈਜ਼ ਤਾਂ ਤੁਸੀਂ ਪਰਿਵਾਰਕ ਜੀ ਹੋ ਤੁਹਾਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀਗਾ ਹੈ ਨਾ ਕਿ ਛੇਤੀ ਹੁਣੇ ਖੁਸ਼ਖਬਰੀ ਆਉਣ ਵਾਲੀ ਆ ਪਰ ਜਿਸ ਵੇਲੇ ਫੋਨ ਆਉਂਦਾ ਘਰ ਦੇ ਵਿੱਚ ਜਾਂ ਪਤਾ ਲੱਗਦਾ ਕਿ ਹਾਂਜੀ ਜਿਹੜੇ ਨਿੱਕੇ ਪੈਰੀ ਆ ਉਹ ਆ ਚੁੱਕੇ ਨੇਗੇ ਉੱਥੋਂ ਲੈ ਕੇ ਹਸਪਤਾਲ ਪਹੁੰਚ ਕੇ ਉਹਨੂੰ ਹੱਥੀ ਚੁੱਕਣ ਤੱਕ ਦਾ ਅਹਿਸਾਸ ਕੀ ਸੀ ਕਿੱਦਾਂ ਅੰਦਰ ਮਤਲਬ ਖੁਸ਼ੀ ਦੇ ਹੈ ਨਾ ਬੁਲਬਲੇ ਕਿੱਦਾਂ ਮਤਲਬ ਮੈਂ ਤੁਹਾਡੇ ਕੋਲੋਂ ਸੁਣਨਾ ਚਾਹੂੰਗੀ ਪਹਿਲੀ ਗੱਲ ਤਾਂ ਮੈਂ ਜਾਂਦੀ ਹੁੰਦੀ ਸੀ ਇਹ ਮੇਰਾ ਸ਼ੁਰੂ ਤੋਂ ਹੀ ਮਤਲਬ ਇਹ ਰਿਹਾ ਵੀ ਇਹ ਨਹੀਂ ਵੀ ਮੈਂ ਹਸਪੀਟਲ 'ਚ ਐਂਟਰ ਕਰਦੀ ਹਾਂ ਜਾਂ ਮੈਂ ਘਰ 'ਚ ਐਂਟਰ ਕਰਦੀ ਹਾਂ ਤਾਂ ਮੈਂ ਨਾਲ ਦੀ ਨਾਲ ਵੀਡੀਓ ਬਣਾਉਣੀ ਸ਼ੁਰੂ ਕਰਦਾ ਜੀ ਅਸੀਂ ਜਾਣਦੇ ਹਾਂ ਇਹ ਮੇਰੀ ਨੇਚਰ ਨਹੀਂ ਜੀ ਇਹ ਮੇਰਾ ਸੁਭਾਅ ਨਹੀਂ ਜੀ ਹੈ ਨਾ ਤੇ ਮੈਂ ਜਾਂਦੀ ਸੀ
ਦੋ ਤਿੰਨ ਘੰਟੇ ਚਾਰ ਘੰਟੇ ਜਿੰਨਾ ਮੇਰੇ ਤੋਂ ਬੈਠਿਆ ਜਾਂਦਾ ਸੀਗਾ ਤੇ ਇੱਥੇ ਸੀ ਬਸ ਵੇਟ ਸੀ ਉਸ ਟਾਈਮ ਦੀ ਉਸ ਦਿਨ ਮੈਂ ਘਰੇ ਆ ਗਈ ਰਾਤ ਨੂੰ ਅਸੀਂ ਘਰੇ ਆ ਜਾਂਦੇ ਹੁੰਦੇ ਸੀ ਤੇ ਇਹ ਰਾਤ ਨੂੰ ਮੈਂ ਹੁਣ ਦਵਾਈ ਲੈ ਕੇ ਹੀ ਆਈ ਹਾਂ ਹੋਮਿਓਪੈਥੀ ਦੀ ਰਾਤ ਨੂੰ ਮਤਲਬ ਮੈਨੂੰ ਪ੍ਰੋਬਲਮ ਹੋਈ ਪੇਟ ਦੇ ਅੰਦਰ ਸਵੈਲਿੰਗ ਹੋ ਗਈ ਮੈਂ ਐਤਕੀ ਪ੍ਰੋਗਰਾਮ ਬਹੁਤ ਜ਼ਿਆਦਾ ਲਾਏ ਵਾਹਿਗੁਰੂ ਦੀ ਕਿਰਪਾ ਰਹੀ ਤੇ ਉਹਦੇ ਨਾਲ ਮੇਰੇ ਮਤਲਬ ਗਾ ਗਾ ਕੇ ਨਾ ਸਵੈਲਿੰਗ ਹੋ ਗਈ ਕਈ ਕਈ ਵਾਰ ਤਾਂ ਦੋ ਦੋ ਪ੍ਰੋਗਰਾਮ ਵੀ ਸੀਗੇ ਤੇ ਉਸ ਸਵੈਲਿੰਗ ਨਾਲ ਮੈਂ ਔਖੀ ਸੀ ਮੈਂ ਕਿਹਾ ਵੀ ਚਲੋ ਮੈਂ ਢਾਈ ਵਜੇ ਤੱਕ ਮੈਨੂੰ ਨੀਂਦ ਨਹੀਂ ਆਈ ਫਿਰ ਮੈਂ ਮੈਫਟਲ ਸਪਾਸ ਲਈ ਐਸੀ ਲੋਕ ਦੋ ਮੇਰੇ ਕੋਲ ਪਈਆਂ ਸੀ ਤੇ ਇੱਕ ਮੈਂ ਹੋਰ ਪੇਨ ਕਿਲਰ ਲਈ ਮੈਂ ਤਿੰਨੇ ਲੈ ਕੇ ਤੇ ਸੌਂ ਗਈ ਮਤਲਬ ਸੁਬਹਾ ਛੇ ਸੱਤ ਨੌ ਕੁ ਵਜੇ ਹੋਣੇ ਸਾਢੇ ਅੱਠ ਪੌਣੇ ਨੌ ਵਜੇ ਨਹੀਂ ਮੈਨੂੰ ਮਤਲਬ ਪੂਰਾ ਟਾਈਮ ਨਹੀਂ ਪਤਾ ਮੇਰੇ ਹਸਬੈਂਡ ਦਾ ਤੇ ਮੇਰੀ ਬੇਟੀ ਦੀ ਬੈਲ ਆਈ ਤੇ ਮੈਂ ਉਹ ਫੋਨ ਨੂੰ ਪਰਾਂ ਕਰਕੇ ਫਿਰ ਸੌਂ ਗਈ ਕਿਉਂਕਿ ਮੈਨੂੰ ਉਹ ਗੋਲੀਆਂ ਦਾ ਤੇ ਪੇਟ ਮੇਰਾ ਰਿਲੈਕਸ ਸੀਗਾ ਹੁਣ ਮੇਰਾ ਇੰਝ ਕਰਦਾ ਸੀ ਵੀ ਮੈਂ ਦੋ ਘੰਟੇ ਹੋਰ ਸੌਂ ਜਾ ਉਹ ਫਿਰ ਬੈਲ ਤੇ ਬੈਲ ਬੈਲ ਤੇ ਬੈਲ ਮੈਂ ਕਿਹਾ ਵੀ ਕਿਉਂਕਿ ਮੇਰੀ ਬੇਟੀ ਬਿਮਾਰ ਸੀ ਤਾਂ ਮੇਰੇ ਹਸਬੈਂਡ ਗਏ ਹੋਏ ਸੀਗੇ ਜੀ ਤੇ ਮੈਂ ਡਰ ਗਈ ਮੈਂ ਫਟਾਫਟ ਮੈਂ ਦੁਬਾਰਾ ਫੋਨ ਲਾਇਆ ਮੈਂ ਕਿਹਾ ਸੋਰੀ ਮੈਨੂੰ ਗੋਲੀਆਂ ਕਰਕੇ ਗੂੜੀ ਨੀਂਦ ਆਈ ਹੋਈ ਸੀ ਮੈਂ ਕਿਹਾ ਦੱਸੋ ਕਹਿੰਦੇ ਵਧਾਈਆਂ ਅੱਛਾ ਮੈਂ ਕਾਹਦੀ ਕਹਿੰਦੇ ਕਮਲੀ ਤੂੰ ਭੂਆ ਬਣ ਗਈ ਅਰੇ ਅਰੇ ਜਿਹੜੀ ਪਛਾਣ ਮਿਲੀ ਸੀ ਉਸੇ ਦੀ ਕਾਲ ਆਈ ਕਮਲੀ ਤੂੰ ਭੂਆ ਬਣ ਗਈ ਤੇ ਮੇਰੀ ਬੇਟੀ ਬੋਲਦੀ ਮੰਮੀ ਵੀਰਾ ਆ ਗਿਆ ਅਰੇ ਕਿਆ ਮੈਂ ਤਾਂ ਹੁਣ ਬੰਦ ਕਰ ਦੂ ਹੁਣ ਹਾਂ ਮੈਂ ਸੱਚੀ ਉਹਨਾਂ ਨੂੰ ਦੂਜੀ ਗੱਲ ਨਹੀਂ ਕੀਤੀ ਜੀ ਹਨਾ ਫਿਰ ਪਹਿਲਾ ਕੰਮ ਕੀ ਕੀਤਾ ਪਹਿਲਾ ਕੰਮ ਮੈਂ ਭਾਬੀ ਨੂੰ ਫੋਨ ਕੀਤਾ ਮੈਂ ਕਿਹਾ ਵੀ ਮੈਂ ਚਾਹ ਵੀ ਨਹੀਂ ਬਣਾਉਣੀ ਤੁਸੀਂ ਮੈਨੂੰ ਚਾਹ ਦਾ ਕੰਮ ਦੇ ਲਓ ਤੇ ਮੇਰਾ ਸੂਟ ਟੰਗਿਆ ਪਿਆ ਸੀ ਜਿਹੜਾ ਮੈਂ ਇੱਕ ਦਿਨ ਪਹਿਲਾਂ ਹਸਪੀਟਲ ਪਾ ਕੇ ਗਈ ਸੀ ਓਕੇ ਮੈਂ ਬਿਨਾ ਨਹਾਤੇ ਧੋਤੇ ਮੈਂ ਗੱਪ ਮਾਰਦਾ ਜੀ ਮੈਂ ਨਹਾਤੀ ਮੈਂ ਇਹ ਕੀਤਾ ਹਨਾ ਨਹੀਂ ਖੁਸ਼ੀ ਬਹੁਤ ਸੀ ਖੁਸ਼ੀ ਬਹੁਤ ਸੀ ਚਾਹ ਦਾ ਨੂਰ ਸੀਗਾ ਬ੍ਰਸ਼ ਕੀਤਾ ਮੂੰਹ ਧੋਤਾ ਉਵੇਂ ਹੀ ਸੂਟ ਪਾ ਕੇ ਪਿੱਛੇ ਰਬੜ ਪਾ ਕੇ ਭੱਜ ਗਏ ਭੱਜ ਗਏ ਫਿਰ ਇੱਕ ਨਾ ਮਤਲਬ ਮੇਰੇ ਨਾਲ ਇਹ ਚੀਜ਼ ਹੁੰਦੀ ਹੈ ਫੋਰ ਐਗਜ਼ਾਮਪਲ ਹਸਪਤਾਲ ਦੇ ਅੰਦਰ ਜਾ ਰਹੇ ਹਾਂ ਤੁਰੇ ਜਾ ਰਹੇ ਮੇਰੇ ਪੈਰ ਹੀ ਨਹੀਂ ਝੁਕਾਉਂਦੇ ਖੁਸ਼ੀ ਦੇ ਵਿੱਚ ਉਹ ਨਾ ਇਦਾਂ ਲੱਗਦਾ ਪਿੱਛੇ ਪਾਣੀ ਜਿਹਾ ਪਿੱਛੋਂ ਜਾ ਰਹੇ ਧੜਕਣ ਵਧੀ ਹੁੰਦੀ ਹੈ ਪੈਰ ਜਿੰਨੇ ਗਾਂ ਧਰਦੇ ਉਹ ਭਾਰੇ ਹੋ ਜਾਂਦੇ ਕਿਉਂਕਿ ਆਪਣੇ ਮਨ ਅੰਦਰ ਕਾਲਾਪਣ ਹੁੰਦਾ ਹਾਂ 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 ਤੇ ਵੀਰ ਜੀ ਬੈਠੇ ਸੀ ਬਹੁਤ ਮਤਲਬ ਉਦੋਂ ਇੰਨਾ ਇਕੱਠ ਨਹੀਂ ਹੋਇਆ ਸੀ ਜੀ ਥੋੜਾ ਜਿਹਾ ਸੀ ਭੱਜ ਕੇ ਜਾ ਕੇ ਵੀਰ ਜੀ ਨਾਲ ਚਿੰਬੜੀ ਤੇ ਭਾਬੀ ਮਤਲਬ ਤੁਹਾਨੂੰ ਪਤਾ ਹੈ ਵੀ ਸਜ਼ੀਰੀਅਨ ਤੋਂ ਬਾਅਦ ਇੰਜੈਕਸ਼ਨ ਲਾ ਦਿੰਦੇ ਹਾਂ ਜੀ ਤੇ ਪੈਸੇ ਫਿਰ ਮੈਂ ਉਹਨੂੰ ਅੱਧਾ ਘੰਟਾ ਗੋਦੀ 'ਚ ਚੱਕਿਆ ਕੀ ਅਹਿਸਾਸ ਮਤਲਬ ਸ਼ਬਦਾਂ 'ਚ ਨਹੀਂ ਬਿਆਨ ਹੁੰਦਾ ਕਹਿਣ ਵਾਲੀ ਗੱਲ ਨਹੀਂ ਹੈ ਬਟ ਫਿਰ ਵੀ ਜਦੋਂ ਹੱਥੀ ਸਪਰਸ਼ ਸੀਗਾ ਮੇਰੇ ਹੱਥ ਸ਼ਿਵਰਿੰਗ ਕਰ ਰਹੇ ਸੀ ਨਾ ਤੇ ਮੈਂ ਉਹਨੂੰ ਗੋਦੀ 'ਚ ਚੱਕਿਆ ਕਦੇ ਮੈਂ ਉਹਦੀਆਂ ਅੱਖਾਂ ਦੇਖਾਂ ਕਦੇ ਮੈਂ ਉਹਦਾ ਨੱਕ ਦੇਖਾਂ ਕਦੇ ਮੈਂ ਉਹਦਾ ਮਤਲਬ ਸਾਰਾ ਫੇਸ ਪੜਾ ਤੇ ਫਿਰ ਮੈਂ ਉਹਦੇ ਨਾਲ ਥੋੜੀਆਂ ਛੋਟੀਆਂ ਗੱਲਾਂ ਕੀਤੀਆਂ ਜੀ ਨਿਵੀਰ ਸਕੂਨ ਸੀ ਦਿਲ 'ਚ ਬੜਾ 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 ਸ਼ੁਕਰ ਸੀ ਪਰਮਾਤਮਾ ਦਾ ਵੀ ਪੁੱਤ ਤੂੰ ਆ ਗਿਆ ਕਿਉਂਕਿ ਅਸੀਂ ਕੱਲ ਵੀਡੀਓ ਦੇਖ ਰਹੇ ਸੀ ਅੰਕਲ ਕਹਿੰਦੇ ਬਈ ਹੱਥੀ ਚੁੱਕ ਕੇ ਐ ਲੱਗਦਾ ਵੀ ਸ਼ੁਭ ਹੀ ਹੂਬਹੂ ਆ ਇਹ ਹੋ ਵੀ ਹੋ ਸਕਦਾ 10% ਵੱਡੇ ਹੋਏ ਦੀ ਥੋੜੀ ਬਹੁਤ ਸ਼ਕਲ ਚੇਂਜ ਹੋ ਜੇ 80-85% ਉਹ ਹੂਬਹੂ ਸ਼ੁਭ ਪਰ ਇਦਾਂ ਵੀ ਹੁੰਦਾ ਨਾ ਕਿ ਕਈ ਵਾਰ ਸਾਡੇ ਦਿਲ ਚ ਪਿਆਰ ਇੰਨਾ ਜ਼ਿਆਦਾ ਹੁੰਦਾ ਕਿ ਸਾਨੂੰ ਉਹ ਬੱਚਾ ਬਦੋ-ਬਦੀ ਲੱਗਦਾ ਵੀ ਹੈਗਾ ਹੁੰਦਾ ਵੀ ਹੈ ਤੇ ਲੱਗ ਹੁਣ ਬੱਚਾ ਜਦੋਂ ਹੁੰਦਾ ਨਾਨਕੇ ਕਹਿਣਗੇ ਬਈ ਹੂਬਹੂ ਕੁੜੀ ਤੇ ਹੈ ਦਾਦਕੇ ਕਹਿਣਗੇ ਹੂਬਹੂ ਪਿਓ ਤੇ ਹੈਨਾ ਲੇਕਿਨ ਫਿਰ ਵੀ ਮੈਨੂੰ ਇਹ ਲੱਗਦਾ ਕਿ ਸ਼ੁਭਦੀਪ ਲਈ ਜੋ ਪਿਆਰ ਉਹ ਛੱਡ ਕੇ ਗਿਆ ਨਾ ਮਗਰ ਉਹ ਦੁਆਵਾਂ ਉਹ ਪਿਆਰ ਉਹ ਬੱਚਾ ਤੁਸੀਂ ਅੱਜ ਤੱਕ ਇਹ ਚੀਜ਼ ਦੇਖੀ ਮੈਂ ਤਾਂ ਆਪਦੀ ਤੁਸੀਂ ਤਾਂ ਚਲੋ ਬੱਚੇ ਹੋ ਹਾਂਜੀ ਮੈਂ ਤਾਂ ਆਪਦੀ ਲਾਈਫ 'ਚ ਇਹ ਚੀਜ਼ ਨਹੀਂ ਦੇਖੀ ਵੀ ਪੂਰੀ ਦੁਨੀਆ ਕਿਸੇ ਲਈ ਕੁਛ ਐਸੇ ਮਤਲਬ ਚਿਹਰੇ ਨੇ ਜਿਹੜੇ ਬਿਲਕੁਲ ਵੀ ਮੂਹਰੇ ਨਹੀਂ ਆਏ ਜੀ ਦੋ ਤਿੰਨ ਪਰਸਨ ਐਸੇ ਨੇ ਜਿਹੜੇ ਬਿਲਕੁਲ ਵੀ ਮੂਹਰੇ ਨਹੀਂ ਆਏ ਤੇ 100-150% ਯੋਗਦਾਨ ਉਹਨਾਂ ਦਾ ਵੀ ਹੈ ਉਹਨਾਂ ਦਾ ਵੀ ਸ਼ੁਕਰਗੁਜ਼ਾਰ ਆ ਸਲਿਊਟ ਹੈ ਜਿਨ੍ਹਾਂ ਨੇ ਕਦੇ ਮੂਹਰੇ ਆ ਕੇ ਕੈਮਰੇ 'ਚ ਇਹ ਨਹੀਂ ਕਿਹਾ ਜੀ ਵੀ ਅਸੀਂ ਆ ਕੀਤਾ ਜੀ ਸਲਿਊਟ ਹੈ ਮੈਂ ਇੱਕ ਗੱਲ ਮੈਨੂੰ ਚੇਤੇ ਆ ਰਹੀ ਸੀ ਜਦੋਂ ਮੈਂ ਤੁਹਾਡੀ ਫੋਟੋ ਦੇਖੀ ਨਾ ਸ਼ੁਭਦੀਪ ਹੀ ਉਹਦਾ ਨਾਮ ਰੱਖਣਗੇ ਹੈ ਨਾ ਇਹ ਦੇਖਿਆ ਤੁਸੀਂ ਮੈਂ ਤੁਹਾਡੀ ਫੋਟੋ ਦੇਖੀ ਮੈਨੂੰ ਪਤਾ ਕੀ ਚੇਤਾ ਆਇਆ ਬਈ ਜਦੋਂ ਸ਼ੁਭਦੀਪ ਇਸ ਦੁਨੀਆਂ ਤੋਂ ਰੁਖਸਤ ਹੋਏ ਨਾ ਤੁਸੀਂ ਬੇਟੀ ਨੂੰ ਕਿਹਾ ਵੀ ਰੱਖੜੀ ਤੁਸੀਂ ਕਿਹਾ ਵੀ ਚੁੱਪ ਚਾਪ ਜਾਈ ਬੰਨ ਕੇ ਆ ਜੀ ਉਹ ਦੇਖਦਾ ਹੈ ਨਾ ਕਿਉਂਕਿ ਰੱਖੜੀ ਬੰਨਦੀ ਸੀ ਉਹਨੂੰ ਮੈਂ ਇੱਕ ਗੱਲ ਉਹਨੂੰ ਇਹ ਕਹੀ ਸੀ ਜੀ ਮੈਂ ਕਿਹਾ ਵੀ ਪੁੱਤ ਕਹਿੰਦੀ ਮੰਮਾ ਮੈਂ ਰੱਖੜੀ ਬੰਨਣ ਜਾਣਾ ਹਾਂ ਮੈਂ ਕਿਹਾ ਬੰਨਿਆ ਪਰ ਮੈਂ ਇੱਕ ਗੱਲ ਕਹਿ ਕੇ ਆਈ ਪੁੱਤ ਕਹਿੰਦੀ ਮੰਮਾ ਕੀ ਕਹਾਂ ਉਹ ਮੀਣੀ ਤੁਣੀ ਜੀ ਗੱਲ ਕਰਦੀ ਹੁੰਦੀ ਆ ਅੱਛਾ ਜੀ ਤੇ ਮੈਂ ਕਹਿੰਦੀ ਮੰਮਾ ਕੀ ਕਹਾਂ ਮੈਨੂੰ ਦੱਸ ਦਿਓ ਮੈਂ ਕਿਹਾ ਬੱਚਿਆਂ ਦੀ ਰੱਬ ਬਹੁਤ ਜਲਦੀ ਸੁਣਦਾ ਹੁੰਦਾ ਮੈਂ ਕਿਹਾ ਤੂੰ ਇਹ ਕਹਿਣਾ ਵੀ ਵੀਰੇ ਮੈਂ ਐਸੇ ਸਾਲ ਹੀ ਗੁੱਟ ਦੇ ਬੁੱਤ ਤੇ ਬੰਨਣੀ ਆ ਅਗਲੇ ਸਾਲ ਮੈਂ ਤੇਰੇ ਆਪ ਦੇ ਗੁੱਟ ਤੇ ਬੰਨਣੀ ਆ ਤੇ ਉਹ ਸਾਲ ਆ ਗਿਆ ਸਾਲ ਆ ਗਿਆ ਹੁਣ ਰੱਖੜੀਆਂ ਤੇ ਉਹ ਆਊਗੀ
ਤੇ ਸ਼ੁਭ ਦੀ ਵਾਹ ਤੇ ਰੱਖਣੀ। ਕਿਆ ਬਾਤ ਹੈ, ਵਾਕਈ ਤੁਸੀਂ ਸਹੀ ਗੱਲ ਕਹੀ। ਮੈਂ ਕਦੀ ਆਪਣੀ ਜ਼ਿੰਦਗੀ 'ਚ ਨਹੀਂ ਇਹ ਚੀਜ਼ ਵੇਖੀ, ਚਾਹੇ ਕਿੰਨੀ ਵੀ ਉਮਰ ਹੋਵੇ, ਕਿ ਕੋਈ ਪੂਰੀ ਦੁਨੀਆ ਹੀ ਕਹਿੰਦੇ ਨਾ ਵੀ ਪੂਰੀ ਕਾਇਨਾਤ ਹੀ ਸ਼ਿੱਦਤ ਲਾ ਦਿੰਦੀ ਹੈ ਅਰਦਾਸ ਦੇਣ 'ਚ ਕਿ ਇਹ ਚੀਜ਼ ਹੋਣੀ ਚਾਹੀਦੀ ਆ, ਇਹ ਉਹ ਕਾਇਨਾਤ ਸ਼ਿੱਦਤ ਨਾਲ ਲੱਗੀ ਹੋਈ ਸੀ ਵੀ ਉਹ ਵਾਪਸ ਆਵੇ। ਰਾਈਟ, ਬਿਲਕੁਲ। ਆਪਾਂ ਕਿਹਦੇ ਵਿਚਾਰੇ ਆ, ਮੈਂ ਕਹਿੰਦੀ ਪਤਾ ਨੀ ਕਿੰਨੀਆਂ ਕਲੇਡੀਜ਼ ਨੇ ਕਿੰਨੇ ਕ ਪਾਠ ਕੀਤੇ, ਕਿੰਨਾ ਕ ਸੁੱਖ। ਮੈਂ ਇੱਧਰ ਰਾਜਾ ਸਾਹਿਬ ਦਾ ਪ੍ਰੋਗਰਾਮ ਲਾਉਣ ਗਈ ਮੇਲਾ, ਤੇ ਉੱਥੇ ਰਾਜਾ ਸਾਹਿਬ ਦੇ ਮਤਲਬ ਭਗਤ ਸੀਗੇ, ਇੱਧਰ ਨਵਾਂ ਸ਼ਹਿਰ ਵੱਲ ਰਾਜਾ ਸਾਹਿਬ ਦੇ ਬਹੁਤ ਗੁਰਦੁਆਰੇ ਸਾਹਿਬ ਨੇ ਜਿੱਥੇ ਦਿਨ ਰਾਤ ਮਤਲਬ ਇਹ ਲਾ ਲਓ ਖੰਡ ਪਾਠ ਚੱਲਦੇ ਰਹਿੰਦੇ ਨੇ। ਅੱਛਾ ਜੀ, ਦਿਨ ਰਾਤ। ਮੈਂ ਉਹ ਨਾ ਭੁੱਲ ਗਈ ਕੀ ਕਹਿੰਦੇ ਨੇ ਜਦੋਂ ਲਗਾਤਾਰ ਖੰਡ ਪਾਠ ਚੱਲਦੇ ਨੇ, ਤੇ ਲੋਕਾਂ ਦੀ ਬੜੀ ਸ਼ਰਧਾ। ਤੇ ਮੈਂ ਮੇਲਾ ਲਾ ਕੇ ਤੇ ਮਤਲਬ ਉਹਨਾਂ ਦੇ ਘਰੇ ਜਦੋਂ ਮੈਂ ਚਾਹ ਪੀਣ ਗਈ, ਤੇ ਮੈਂ ਉਹ ਬਾਬਾ ਜੀ ਨੂੰ ਕੁਛ ਨਹੀਂ ਕਿਹਾ, ਨਾ ਕੁਛ ਮੈਂ ਮੰਗਿਆ। ਉਹ ਗ੍ਰੰਥ ਲਿਆਏ, ਜਲ ਲਿਆਏ, ਮੈਨੂੰ ਕਹਿੰਦੇ ਬੇਟਾ ਲਓ। ਮੈਂ ਸੋਚਿਆ ਵੀ ਸ਼ਾਇਦ ਮੈਨੂੰ ਦਿੰਦੇ ਹੋਣ ਜੀ, ਹੈਨਾ। ਕਹਿੰਦੇ ਇਹ ਤੂੰ ਭੂ ਹੈ ਨਾ? ਮੈਂ ਕਿਹਾ ਹਾਂਜੀ। ਸ਼ੁਭਦੀਪ ਦੇ ਘਰੇ ਪਹੁੰਚਾ ਦੀ, ਆਹ ਜਲ ਦਾ ਛਿੱਟਾ ਦਿਆ ਕਰਨ, ਉਹ ਖੁਦ ਪੀ ਲੈਣ ਤੇ ਆਹ ਗ੍ਰੰਥ ਨੂੰ ਪੜ੍ਹ ਲਿਆ ਕਰਨ। ਦੇਖੋ ਮੈਂ ਕਿਹੜਾ ਕਿਹਾ ਸੀ ਉਹਨਾਂ ਨੂੰ, ਛੋਟੀ ਜੀ ਜਾਨ ਸਾਡੇ ਵਿੱਚ ਆ ਹੀ ਗਈ ਹੈ, ਹਨਾ। ਸ਼ੁਭਦੀਪ ਆਏ ਨੇ ਇੱਧਰ ਘਰ? ਅੱਛਾ, ਐਸੇ ਗੇਟ ਥਾਈ ਆਈ ਹੈ, ਮਤਲਬ ਅਜੇ ਵੀ ਜੇ ਮਹਿਸੂਸ ਕਰਨ ਵਾਲੀ ਗੱਲ ਹੈ, ਇੱਦਾਂ ਲੱਗਦਾ ਉੱਚਾ 6 ਫੁੱਟ ਹੈ ਨਾ, ਦਾ 6.5 ਫੁੱਟ ਦਾ ਚੌਬਰ ਪੱਗ ਬੰਨ ਕੇ, ਮਤਲਬ ਖੜਨਾ ਘੱਟ ਹੁੰਦਾ ਸੀ ਅਣਜਕਾ, ਉਹਨੂੰ ਐਂ ਹੁੰਦਾ ਸੀ ਆਹ ਕਰ ਲਾ, ਆਹ ਵੀ ਕਰ ਲਾ, ਆਹ ਵੀ ਕਰ ਲਾ। ਉਸ ਦਿਨ ਪਹਿਲਾਂ ਤਾਂ ਅੰਦਰ ਬਹੁਤ ਕਾਹਲੀ ਮਚਾਈ, ਮੈਂ ਜਾਣਾ ਹੈ ਨਾ। ਅਤੇ ਮਤਲਬ ਵੀ ਉਸ ਗੇਟ ਉਹ ਆਪਣਾ ਛੋਟਾ ਜਿਹਾ ਵਾਸ਼ਰੂਮ ਨੇ ਨਾ ਜੀ, ਅਤੇ ਗੇਟ ਖੋਲ੍ਹ ਲਿਆ, ਗੱਡੀਆਂ ਸਾਰੀਆਂ ਬਾਹਰ ਲੱਗ ਗਈਆਂ। ਅੱਛਾ, ਬੇਟੀ ਆਈ ਹੋਈ ਸੀਗੀ ਕੈਨੇਡਾ ਤੋਂ, ਅਤੇ ਉਹਦੇ ਨਾਲ ਜਿਉਂ ਲੱਗਿਆ ਗਾ ਮੈਨੂੰ ਉਹਨੇ ਜ਼ਿੰਦਗੀ 'ਚ ਇੱਕ ਵਾਰ, ਮੈਨੂੰ ਲੱਗਦਾ ਜਾਂ ਮੈਨੂੰ ਲੱਭੀ ਕਹਿੰਦਾ ਹੁੰਦਾ ਇਹ ਗੱਲ, ਜਾਂ ਉਹਨੇ ਕਹੀ, ਕਹਿੰਦਾ ਭੂਆ ਜੀ ਦੁਨੀਆ ਮੁਤਾਬਕ ਥੋੜ੍ਹਾ ਜਿਹਾ ਚੇਂਜ ਹੋ ਜਾਓ। ਅੱਛਾ, ਮੈਂ ਕਿਹਾ ਵੀ ਕਿਵੇਂ ਹੋਵਾਂ ਸ਼ੁਭ? ਕਿਤੇ ਵੱਡੀ ਗੱਡੀ ਲਓ, ਮੇਰਾ ਗੁਜ਼ਾਰਾ ਹੋ ਜਾਂਦਾ। ਮੈਂ ਕਿਹਾ ਮੈਂ ਕੀ ਕਰਨਾ, ਲੱਭੀ ਨੂੰ ਤੇ ਜਸ਼ਨ ਨੂੰ ਕਹਿੰਦੇ, ਉਹ ਕਹਿੰਦਾ ਪਰਸੋਂ ਆ ਜਾਓ ਅਤੇ ਮੇਰੇ ਯਾਰ ਦੋਸਤ ਦੀ ਗੱਡੀ ਖੜ੍ਹੀ ਆ, ਬਿਲਕੁਲ ਸਾਫ਼ ਆ, ਬਸ ਚਾਬੀ ਫੜ ਲਿਆ, ਮੈਂ ਆਪੇ ਪੈਸੇ ਦੀ ਗੱਲ ਕਰ ਲੂੰ। ਅੱਛਾ, ਸਾਡੇ ਨਾਲ, ਮੈਂ ਤਾਂ ਹੀ ਫੋਰਚੂਨਰ ਲਈ ਹੈ। ਸ਼ੁਭਦੀਪ ਦੇ ਆਖੇ, ਅਰੇ ਫਿਰ ਮਤਲਬ ਕਿ ਮੈਂ ਹੋਰ ਗੱਡੀ ਵੀ ਲੈ ਸਕਦੀ ਸੀ, ਉਹ ਬਚਨ ਹੀ ਕਰਕੇ ਗਿਆ ਸੀ, ਕਹਿੰਦਾ ਪਰਸੋਂ ਆ ਜਾਓ ਤੇ ਫੋਰਚੂਨਰ ਮੇਰੇ ਦੋਸਤ ਦੀ ਖੜੀ ਹੈ। ਅੱਛਾ, ਉਹਨਾਂ ਦੀ ਲਈ ਮੈਂ ਬਾਅਦ ਚ, ਪਰ ਫੋਰਚੂਨਰ ਮੇਰੇ ਇੱਥੇ ਅੜ ਗਈ ਸੀ ਕਿ ਇਹੀ ਲੈਣੀ ਹੈ ਹੁਣ, ਮੈਂ ਆਹੀ ਗੱਡੀ ਲੈਣੀ। ਤੇ ਫਿਰ ਮੈਂ ਲਈ, ਭੂਆ ਜੀ ਥੋੜਾ ਜਿਹਾ ਨਾ ਮਤਲਬ ਦੁਨੀਆਂ ਚ ਆ ਜਾਓ ਜੀ, ਕੁਛ ਕੁ ਥੋੜਾ ਜਾ ਕਹਿੰਦੇ ਵੀ ਬਾਲੇ ਸਾਦੇ ਨਾ ਰਿਹਾ ਕਰੋ, ਆਏ ਕਰਿਆ ਕਰੋ, ਆਏ ਕਰ, ਵੀ ਗਾਈਡ ਹੀ ਕਰਦਾ ਰਹਿੰਦਾ ਸੀ। ਇੱਕ ਗੱਲ ਮੈਂ ਜ਼ਰੂਰ ਪੁੱਛਣੀ ਚਾਹੂੰਗੀ, ਪਹਿਲਾਂ ਇਸ ਘਰ 'ਚ ਤਾਂ ਤੁਸੀਂ ਆਉਂਦੇ ਹੋ ਜਸਟ ਕਿ ਤੁਹਾਡਾ ਘਰ ਆ, ਰਹਿੰਦੇ ਤੁਸੀਂ ਉੱਥੇ ਵਾ, ਹੈਨਾ। ਜਦੋਂ ਇਹ ਗੀਤ ਆਊਟ ਹੋਇਆ ਬੰਬੀਹਾ ਬੋਲੇ ਬੁਫਰਾ ਉੱਤੇ ਮਿਰਜ਼ਾ ਗਾਉਂਦੀ, ਉਸੇ ਘਰ 'ਚ ਸੁੱਤੀ ਪਈ ਸੀ ਉੱਥੇ, ਹੈਨਾ, ਉਸ ਤੋਂ ਪਹਿਲਾਂ ਤੁਹਾਡੀ ਜ਼ਿੰਦਗੀ ਇੱਥੇ ਕਿੱਦਾਂ ਦੀ ਹੁੰਦੀ ਸੀ ਤੇ ਉਸ ਤੋਂ ਬਾਅਦ ਤੁਹਾਡੀ ਜ਼ਿੰਦਗੀ ਕਿੱਦਾਂ ਬਦਲੀ ਆ, ਉਹ ਇੱਕ ਦਿਨ ਜਾਣਨਾ ਚਾਹੁੰਦੀ ਮੈਂ। ਉਸ ਤੋਂ ਪਹਿਲਾਂ ਵੀ ਮਤਲਬ ਤੁਹਾਨੂੰ ਮੈਂ ਦੱਸਿਆ ਨਾ ਵੀ 6-7 ਸਾਲ ਮੇਰੇ ਤੇ ਬੜੀਆਂ ਪ੍ਰੋਬਲਮ, ਮੇਰਾ ਬਹੁਤ ਕੁਛ ਵਿਕ ਵੀ ਗਿਆ ਸੀ, ਬਹੁਤ ਕੁਛ ਗਹਿਣੇ ਵੀ ਟਿੱਕ ਗਿਆ ਸੀ, ਇਹ ਪਤਾ ਨੀ ਮੈਂ ਹੁਣ ਕਿਵੇਂ ਗੱਲਾਂ ਦੱਸਦੀਆਂ, ਹਨਾ। ਨਹੀਂ ਵੀ ਮੈਂ ਇੰਨੇ ਮਾੜੇ ਸਮੇਂ ਚੋਂ ਪੈਸੇ ਦੇ ਤੌਰ ਤੇ ਵੀ ਮੈਂ ਇੰਨੇ ਮਾੜੇ ਸਮੇਂ ਚੋਂ ਲੰਘੀ ਹਾਂ, ਮੈਂ ਕਦੇ ਨੀ, ਮੈਂ ਸਿਰਫ ਆਪਦੀ ਬੋਡੀ ਦੀ ਗੱਲ ਕਰਦੀ ਸੀ। ਤੇ ਮੈਂ ਕਿਹਾ ਵੀ ਹੁਣ ਦੱਸ ਵੀ ਦੇਣਾ ਚਾਹੀਦਾ, ਤੇ ਅਸੀਂ ਮਤਲਬ ਇਹ ਵੱਡਾ ਘਰ ਵੇਚ ਕੇ ਵੀ ਅਸੀਂ ਇੰਨੇ ਕੁ ਕਰਜ਼ਾਈ ਹੋ ਗਏ ਸੀ, ਸਾਨੂੰ ਐਂ ਲੱਗਦਾ ਸੀ ਵੀ ਆਹ ਵੱਡਾ ਘਰ ਵੇਚ ਕੇ ਛੋਟਾ ਲੈ ਲਓ, ਵੀ ਜਿਹਦਾ ਜਿਹਦਾ ਦੇਣਾ, ਵੀ ਅੱਜ ਕਿਸੇ ਦਾ 5 ਰੁਪਏ ਸੈਂਕੜਾ ਸੀ, ਕਿਸੇ ਦਾ 10 ਰੁਪਏ ਸੈਂਕੜਾ ਸੀ, ਹਨਾ। ਤੇ ਮੈਂ ਜਦੋਂ ਥੋੜ੍ਹੀ ਬਹੁਤ ਮਤਲਬ ਛੋਟੇ ਛੋਟੇ ਅਸੀਂ ਪ੍ਰੋਗਰਾਮ ਲਾਉਣ ਲੱਗੇ ਦੁਬਾਰਾ, ਹਨਾ, ਤੇ ਮੈਂ ਕਿਹਾ ਵੀ ਆਪਾਂ ਨਾ ਐਂ ਕਰਦੇ, ਆਪਾਂ ਏਡੇ ਵੱਡੇ ਘਰ ਤੋਂ ਕੀ ਕਰਾਉਣਾ, ਵੀ ਆਪਾਂ ਨੂੰ ਵਿਆਜ ਹੀ ਖਾ ਜੂਗਾ ਜੀ, ਇੰਨਾ ਵਿਆਜ ਸੀਗਾ, ਹਨਾ। ਪਰ ਮੇਰੇ ਹਸਬੈਂਡ ਕਹਿੰਦੇ ਕੋਈ ਨਹੀਂ, ਆਪਾਂ ਹੁਣ ਤੂੰ ਠੀਕ ਹੋ ਗਈ, ਆਪਾਂ ਲੱਕ ਬੰਨ ਕੇ ਕਮਾਵਾਂਗੇ, ਤੇ ਇਹ ਤੇਰੇ ਸੁਪਨਿਆਂ ਦਾ ਮਹਿਲ ਹੈ, ਕਹਿੰਦੇ ਇਹਨੂੰ ਮੈਂ ਵਿਕਣ ਨਹੀਂ ਦਿੰਦਾ। ਮੇਰੇ ਹਸਬੈਂਡ ਨੇ ਸੱਚੀ ਕਿਹਾ, ਕਹਿੰਦੇ ਇਹ ਤੂੰ 200-300 ਕਮਾ ਕੇ ਜਦੋਂ, ਇਹ ਤੇਰੇ ਸੁਪਨਿਆਂ ਦਾ ਮਹਿਲ ਆ, ਤੇ ਇਹਨੂੰ ਆਪਾਂ ਵੇਚਣ ਨਹੀਂ, ਕੋਈ ਨੀ, ਵਿਆਜ ਕੀ ਆ, ਆਪਾਂ ਭਰ ਲਾਂਗੇ। ਵਿਆਜ ਮੈਂ ਬਹੁਤ ਭਰਿਆ, ਮਾਫ ਕਰਨਾ, ਪਰ ਇੰਨਾ ਵਿਆਜ ਸਿਰਫ ਇਹ ਹੈਲਥ ਇਸ਼ੂਜ਼ ਕਰਕੇ ਹੋਇਆ, ਕਿਉਂਕਿ 1 ਕਰੋੜ ਤਾਂ ਸਾਡਾ ਮੈਜੀਸ਼ੀਅਨ ਤੇ ਲੱਗ ਗਿਆ ਸੀ, ਜਿਹੜੇ ਇੰਜਰਡ ਸੀਗੇ ਉਹਨਾਂ ਦੀਆਂ ਐਡੀਆਂ ਤਕੜੀਆਂ ਸਰਜਰੀਆਂ ਹੋਈਆਂ ਸੀ ਜੀ, ਮੇਰਾ ਖਿਆਲ ਹੈ ਵੀ ਉਹਨਾਂ ਦੀ ਲੱਤਾਂ ਬਾਹਾਂ ਚੂਰ ਚੂਰ ਹੋ ਗਈਆਂ ਸੀ,
ਫਿਰ ਅੰਮ੍ਰਿਤਸਰ ਦਾ ਸਭ ਤੋਂ ਵੱਡਾ ਹੱਡੀਆਂ ਦਾ ਹਸਪੀਟਲ ਹੈ, ਉਸ ਐਕਸੀਡੈਂਟ ਦੌਰਾਨ? ਹਾਂਜੀ, ਉੱਥੇ ਉਹਨਾਂ ਦਾ ਇਲਾਜ ਕਰਵਾਇਆ ਜੀ, ਤੇ ਖੂਨ ਤਾਂ ਮਤਲਬ ਆਏ ਸੀ ਜਿਵੇਂ ਪਾਣੀ ਚੱਲਦਾ, ਇੰਨਾ ਉਹਨਾਂ ਨੂੰ ਲੱਗ ਰਿਹਾ ਸੀ। ਕਿੱਥੋਂ ਕਿੱਥੇ ਜਾ ਰਹੇ ਸੀ ਤੁਸੀਂ? ਅਸੀਂ ਹਰੀਕੇ ਜਾ ਰਹੇ ਸੀ ਜੀ, ਆਫਟਰ ਸ਼ੋ ਨਹੀਂ ਸ਼ੋ ਲਾਉਣ ਜਾ ਰਹੇ ਸੀ। ਫਿਰ ਉੱਥੇ ਜਦੋਂ ਸਰਕਾਰੀ ਹਸਪੀਟਲ 'ਚ ਸੀ, ਮੈਂ ਕਿਹਾ ਵੀ ਪੱਪੂ ਨਹੀਂ ਬੱਚੇ ਬੱਜੋ ਰਤੇ ਹੋ ਜਾਣਗੇ, ਜਿਹੜੇ ਬਚ ਗਏ, ਮੈਂ ਜਿਹੜੇ ਬਚ ਗਏ ਇਹਨਾਂ ਨੂੰ ਆਪਾਂ ਠੀਕ ਰਹਿਣ ਦੀ। ਤੇ ਫਿਰ ਅਸੀਂ ਅੰਮ੍ਰਿਤਸਰ ਦਾ ਬਹੁਤ ਵੱਡਾ ਕੀ ਨਾਂ ਹੈ ਉਹਨਾਂ ਦਾ, ਸਭ ਤੋਂ ਵੱਡਾ ਆਪਣੇ ਪੰਜਾਬ 'ਚ ਹੱਡੀਆਂ ਦਾ ਹਸਪੀਟਲ ਆ, ਤੇ ਅਸੀਂ ਸਾਰੇ ਉੱਥੇ ਸ਼ਿਫਟ ਕਰਦੇ ਦੂਜੇ ਦਿਨ। ਉਦੋਂ ਦਿਲ ਨਹੀਂ ਡੋਲਿਆ ਕਿ ਕਿੱਦਾਂ ਕਰਾਂਗੇ, ਵੱਡੀ ਜ਼ਿੰਮੇਵਾਰੀ ਹੈ? ਨਹੀਂ, ਉਦੋਂ ਪੈਸੇ ਸੀਗੇ ਮੇਰੇ ਕੋਲ। ਅੱਛਾ, ਉਦੋਂ ਸੀਗੇ? ਹਾਂ, ਬੈਂਕ 'ਚ ਪਏ ਸੀ। ਮੈਂ ਨਹੀਂ ਝੂਠ ਬੋਲਦੀ। ਨਹੀਂ, ਪਰ ਜਿਨ੍ਹਾਂ ਦੇ ਬੈਂਕਾਂ 'ਚ ਵੀ ਪਏ ਹੁੰਦੇ ਆ, ਕਿਤੇ ਨਾ ਕਿਤੇ ਤਾਂ ਉਹ ਵੀ ਡੋਲ ਜਾਂਦੇ ਆ ਨਾ ਮਾੜਾ ਮੋਟਾ ਇਲਾਜ। ਮੈਂ ਅੱਜ ਵੀ ਨਹੀਂ ਡੋਲਦੀ। ਡੋਲਦੇ ਨਹੀਂ? ਅੱਜ ਵੀ, ਪਤਾ ਨਹੀਂ ਮੈਨੂੰ ਵਾਹਿਗੁਰੂ ਨੇ ਕਿਉਂ, ਤਾਂ ਹੀ ਤੁਹਾਨੂੰ ਇੰਨੀ ਦੁਨੀਆਂ 'ਚ ਚੁਣ ਕੇ ਭੂਆ ਬਣਾਇਆ ਗਿਆ ਨਾ। ਹੋ ਸਕਦਾ ਹੈ ਨਾ, ਮੈਂ ਅੱਜ ਵੀ ਨਹੀਂ ਡੋਲਦੀ। ਜੇ ਮੇਰੇ ਕੋਲ 500 ਰੁਪਇਆ ਪਿਆ ਤੇ ਮੇਰੇ ਕੋਲ ਕੋਈ ਲੈਣ ਆ ਗਿਆ, ਜੇ ਮੈਂ ਇੱਕ ਵਾਰੀ ਜਵਾਬ ਵੀ ਦੇ ਦੂੰ ਨਾ, ਤਾਂ ਮੈਨੂੰ ਆਵਾਜ਼ ਮਾਰ ਕੇ ਕਹੂੰ ਨਹੀਂ ਚੱਲ ਤੂੰ ਲੈ ਜਾ, ਮੈਂ ਸਾਰ ਲੂੰਗੀ। ਅੱਛਾ, ਫਿਰ ਜਿੰਨੇ ਪੈਸੇ ਸੀ ਸਾਡੇ, ਮਤਲਬ ਪਾਣੀ ਮੰਗੂ ਗਏ, ਉਹ ਬੱਚੇ ਸਾਲ ਸਾਲ ਐਡਮਿਟ ਰਹੇ ਹਨਾ। ਫਿਰ ਅਸੀਂ ਉੱਥੋਂ ਮਹੀਨੇ ਬਾਅਦ ਇੱਥੇ ਡਾਕਟਰ ਬੜਿਆਲ ਨੇ ਜੀ ਇੱਥੇ ਸ਼ਿਫਟ ਕੀਤਾ, ਉਹਨਾਂ ਦੇ ਘਰਾਂ ਦੇ ਖਰਚੇ, ਉਹਨਾਂ ਦੇ ਸਾਰੇ ਖਰਚੇ। ਤੇ ਫਿਰ ਜਦੋਂ ਮੈਨੂੰ ਇੰਨਾ ਹਾਲਾਤਾਂ 'ਚੋਂ ਨਿਕਲਦੀ ਨੂੰ ਡਿਪਰੈਸ਼ਨ ਵੱਧ ਗਿਆ ਜੀ, ਫਿਰ ਮੇਰਾ ਖਿਆਲ ਲੁੱਟਣ ਵਾਲੇ ਵੀ ਬਹੁਤ ਬੈਠੇ ਹੁੰਦੇ। ਬਿਲਕੁਲ ਬਿਲਕੁਲ, ਇਸੇ ਮੌਕੇ ਦੀ ਭਾਲ ਦੇ ਵਿੱਚ ਐਕਚੁਅਲੀ ਹੈ ਨਾ, ਫਲਾਉਣੀ ਥਾਂ ਚਲੇ ਜਾਓ, ਉਹਨਾਂ ਨੇ ਤੁਹਾਨੂੰ ਠੀਕ ਕਰਨਾ। ਮੈਨੂੰ ਲੱਗਦਾ 10-10 ਲੱਖ ਦਾ ਪਾਠ। ਅੱਛਾ, ਮਹੀਨੇ 'ਚ ਇੱਕ ਵਾਰੀ ਕਰਵਾਇਆ? ਅਰੇ, ਸਿਰਫ ਉਮੀਦ ਦੇ ਖਾਤਰ ਵੀ ਇਹ ਸੀ ਵੀ ਜਸਵਿੰਦਰ ਬਚ ਜੇ। ਬਚ ਜੇ, ਤੇ ਹਮੇਸ਼ਾ ਮਹੀਨੇ 'ਚ ਇੱਕ ਅੱਧਾ ਦਿਨ ਹੀ ਹੁੰਦਾ ਸੀ ਖਾਲੀ, ਕੋਈ ਨਾ ਕੋਈ ਹਵਨ, ਕੋਈ ਨਾ ਕੋਈ ਪਾਠ ਇਸ ਘਰੇ ਹੁੰਦਾ ਹੀ ਰਹਿੰਦਾ ਸੀ। ਤੇ ਅਸੀਂ ਕਿਉਂਕਿ ਮੈਨੂੰ ਕੰਪਨੀ ਵੱਲੋਂ ਤਾਂ ਅਜੇ ਪੈਸੇ ਮਿਲੇ ਹੀ ਨਹੀਂ ਸੀ। ਹਾਂਜੀ ਹਾਂਜੀ, ਮੇਰੇ ਪ੍ਰੋਗਰਾਮਾਂ ਦੇ ਜੋੜੇ ਸੀ ਕੰਜੂਸੀ ਨਾਲ ਜੀ, ਤੇ ਉਹ ਫਿਰ ਸਾਰਾ ਕੁਛ ਲੱਗ ਗਿਆ ਸੀ। ਜਿੰਨੀ ਮੇਰੀ ਜਵੈਲਰੀ ਸੀ ਉਹ ਅਸੀਂ ਗਹਿਣੇ ਧਰਤੀ ਸੀ, ਜਿਹੜਾ ਕੋਠੀ ਵੀ ਅਸੀਂ ਗਹਿਣੇ ਧਰਤੀ ਸੀ ਜੀ। ਮਤਲਬ ਜਦੋਂ ਕਹਿੰਦੇ ਸਮਾਂ ਮਾੜਾ ਆਉਂਦਾ ਨਾ, ਉਹ ਅੱਛੇ ਬੁਰੇ ਦੀ ਬਹੁਤ ਪਛਾਣ ਦਵਾ ਜਾਂਦਾ। ਪਰ ਮੈਨੂੰ ਲੱਗਦਾ ਉਹ ਮਾੜਾ ਵਕਤ ਹੀ ਹੈ ਜਿਹੜਾ ਅੱਜ ਚੰਗਾ, ਉਹਦੇ ਪਿੱਛੇ ਆ ਚੰਗਾ ਵਕਤ ਆਇਆ, ਕਿਉਂਕਿ ਤੁਹਾਡੀ ਨੀਤ ਬਹੁਤ ਸੁੱਚੀ ਸੱਜੀ ਸੀ ਬੜੀ, ਹੈ ਨਾ। ਅੱਛਾ, ਅੱਜ ਉਹ ਬੰਦੇ ਜਿਹੜੇ ਹੈਗੇ ਨੇ, ਉਹਨਾਂ 'ਚੋਂ 2 ਤਾਂ ਗੁਜ਼ਰ ਗਏ। ਅੱਛਾ ਜੀ, ਹਾਂਜੀ, ਤੇ 1 ਰਹਿ ਗਿਆ ਕਾਕਾ। ਮਿਲਦੇ ਨੇ? 2 ਰਹਿ ਗਏ, ਹਾਂ, ਮੇਰੇ ਗਰੁੱਪ 'ਚ ਹੀ ਕੰਮ ਕਰਦੇ ਨੇ, ਮਤਲਬ ਨਾਲ ਨੇ ਨਾ। ਇੰਨਾ ਕਰਕੇ ਵੀ ਜੇ ਕੋਈ ਨਾ ਖੜੇ ਤੇ ਸ਼ਾਇਦ ਉਸ ਟਾਈਮ ਤੇ ਬੰਦਾ ਬੜਾ ਟੁੱਟਦਾ ਅੰਦਰੋਂ। ਨਹੀਂ, ਉਹ ਮੇਰੇ ਨਾਲ ਨੇ, ਅੱਜ ਵੀ ਗਰੁੱਪ ਨੂੰ ਬੜੀ ਜ਼ਿੰਮੇਵਾਰੀ ਨਾਲ ਸਾਂਭਦੇ ਨੇ। ਇੱਕ ਬਲਵਿੰਦਰ ਬੱਚੀ ਹੈ, 1 ਮੱਖਣ ਜੀ, 2-3 ਬੱਚੇ ਆ ਜਿਹੜੇ ਅੱਜ ਮੇਰੇ ਨਾਲ। ਅੱਛਾ, ਤੁਸੀਂ ਕਿਹਾ ਬਈ ਬੇਟੀ ਤੁਹਾਡੀ ਬੜੀ ਨੱਪੀ ਤੁਲੀ ਗੱਲ ਕਰਦੀ ਹੈ। ਵੈਸੇ ਤਾਂ ਧੀਆਂ ਜੰਮਦੀਆਂ ਹੀ ਘਰ ਦੀਆਂ ਚੌਧਰਾਈਨ ਬਣ ਜਾਂਦੀਆਂ ਨੇ, ਮਾਂ ਵੀ ਬਣ ਜਾਂਦੀਆਂ, ਭੈਣ ਵੀ ਬਣ ਜਾਂਦੀ ਹੈ, ਮਤਲਬ ਘਰ ਸਾਂਭਣ ਦੀ ਸ਼ਕਤੀ ਪਰਮਾਤਮਾ ਉੱਤੋਂ ਦੇ ਕੇ ਭੇਜਦਾ। ਸੋ ਉਹਨਾਂ ਨੇ ਕਿਸ ਤਰੀਕੇ ਨਾਲ ਇਹ ਸਾਰੇ ਸਮੇਂ ਨੂੰ ਸਮੇਟਿਆ? ਹੁਣ ਤਾਂ ਉਹ ਕੈਨੇਡਾ ਚਲੇ ਗਏ ਨੇ। ਜਦੋਂ ਮਤਲਬ ਮੈਂ ਬਿਮਾਰ ਸੀ, ਹਾਂ, ਉਦੋਂ ਤੋਂ ਲੈ ਕੇ ਬਹੁਤ ਸੀ। ਅੱਛਾ, ਐਂ ਜਦੋਂ ਤੁਹਾਡੇ ਸ਼ੋਅਜ਼ ਵਗੈਰਾ ਵੀ ਹੁੰਦੇ ਸੀਗੇ ਨੋਰਮਲੀ? ਮੇਰਾ ਪਰਿਵਾਰ ਇੰਨਾ ਕੁ ਚੰਗਾ ਹੈ ਨਾ, ਮੇਰੇ ਤੋਂ ਜ਼ਿਆਦਾ ਪਿਆਰ ਦਿੱਤਾ, ਮੇਰੇ ਤੋਂ ਜ਼ਿਆਦਾ ਸੰਭਾਲਿਆ। ਪਰ ਮਾਂ ਮਾਂ ਹੁੰਦੀ ਆ, ਉਹ ਐਡੀ ਚੋਈ ਜੀ ਖਰਾਬ ਸੀ ਨਾ, ਜਦੋਂ ਮੇਰੀ ਗੱਡੀ ਮੋੜ ਤੇ ਆ ਜਾਂਦੀ ਸੀ ਤੇ ਉਹ ਪਛਾਣ ਲੈਂਦੇ ਹੁੰਦੇ ਸੀ ਵੀ ਮੰਮਾ ਆ ਗਏ। ਤੇ ਜਦੋਂ 6-7 ਮਹੀਨਿਆਂ ਦੀ ਸੀਗੀ ਤੇ ਇੱਧਰ ਬ੍ਰਦਰ ਦਾ ਘਰ ਹੈ ਤੇ ਮੇਰੇ ਮੰਮਾ ਨੇ ਗੋਦੀ 'ਚ ਲੈ ਕੇ ਜਾਂ ਮੇਰੀ ਸਿਸਟਰ ਨੇ ਗੋਦੀ 'ਚ ਲੈ ਕੇ ਗਲੀ 'ਚ ਆ ਜਾਣਾ ਤੇ ਉਹਨੇ ਉੱਥੋਂ ਦੇਖ ਲਓ 6-7 ਮਹੀਨਿਆਂ ਦੀ ਸੀ, ਉੱਥੋਂ ਹਾਰਨ ਪਛਾਣ ਲੈਣਾ, ਗੱਡੀ ਪਛਾਣ ਲੈਣੀ, ਫਿਰ ਉਹਨੇ ਕਬੂਤਰ ਵਾਂਗੂ ਅੱਖਾਂ ਐਂ ਕਰਨੀ ਤੇ ਮੈਨੂੰ ਵੀ ਐਂ ਹੁੰਦਾ ਸੀ ਵੀ ਸ਼ਾਇਦ ਮੈਂ ਗੱਡੀ ਨਾਲੋਂ ਜੇ ਮੈਂ ਤੁਰ ਕੇ ਜਾਵਾਂ ਜਾਂ ਮੈਂ ਭੱਜ ਕੇ ਜਾਵਾਂ ਜੀ ਤੇ ਮੈਂ ਗੱਡੀ ਨਾਲੋਂ ਤੇਜ਼ ਜਾਵਾਂ। ਕਿਆ ਬਾਤ ਹੈ। ਸੋ ਉਹਨਾਂ ਦੀ ਤਬੀਅਤ ਖਰਾਬ ਹੈ ਤੁਸੀਂ ਦੱਸ ਰਹੇ ਸੀ? ਉਹਨੂੰ ਮਹੀਨਾ ਮਤਲਬ ਲਗਾਤਾਰ ਬੁਖਾਰ ਚੜਿਆ ਤੇ ਬੱਚਿਆਂ ਤੋਂ ਕਿੱਥੇ ਖਾਧਾ ਪੀਤਾ ਜਾਂਦਾ ਜੀ, ਸ਼ਾਇਦ ਟਾਈਫਾਇਡ ਟਾਈਪ ਇੰਨਾ ਕੁ ਵੱਧ ਗਿਆ ਸੀ। ਫਿਰ ਹੁਣ ਤਾਂ ਜਦੋਂ ਐਮਰਜੈਂਸੀ ਉਹਦੇ ਪਾਪਾ ਗਏ, 5 ਘੰਟਿਆਂ 'ਚ ਹੀ ਅਸੀਂ ਟਿਕਟ ਕਰਾਈ, ਇੱਥੋਂ ਡਾਕਟਰ ਸਾਹਿਬ ਨਾਲ ਸਿੱਧੀ ਜੀ ਵੀਡੀਓ ਕਾਲ 'ਤੇ ਗੱਲ ਕਰਾਈ, ਉਹਨਾਂ ਨੇ ਸਾਰਾ ਉਹਦਾ ਪੁੱਛਿਆ ਹਾਲ ਚਾਲ, ਫਿਰ ਇੱਥੋਂ ਟੈਸਟ ਲੈ ਕੇ ਦਿੱਤੇ, ਉੱਥੇ ਜਾ ਕੇ ਕਰਵਾਏ ਤੇ ਹੁਣ ਠੀਕ ਹੈ। ਕਮਜ਼ੋਰ ਬਹੁਤ ਹੋ ਗਈ ਪਰ ਹੁਣ ਠੀਕ। ਚਲੋ, ਆਈ ਵਿਸ਼ ਕਿ ਜਲਦੀ ਰਿਕਵਰੀ ਕਰਨ, ਬਾਕੀ ਰਿਕਵਰੀ ਤਾਂ ਇਸ ਖੁਸ਼ਖਬਰੀ ਨੇ ਕਰ ਦੇਣੀ ਆ। ਉਹਨਾਂ ਦਾ ਹੁਣ ਕੀ ਰਿਐਕਸ਼ਨ ਹੈ? ਬਸ ਉਹ ਕਹਿੰਦੀ ਸੀ ਮੰਮਾ ਵੀਰਾ ਆ ਗਿਆ, ਫਿਰ ਹੁਣ ਪਰਸੋਂ ਕਹਿੰਦੀ ਸੀ ਮੰਮਾ ਐਤਕੀ ਰੱਖੜੀ ਬੰਨਣ ਮੈਂ ਇੰਡੀਆ ਆਊਂਗਾ। ਮੈਂ ਕਿਹਾ ਪੁੱਤ ਆਉਣਾ ਹੀ ਆ। ਤੇ ਮੈਂ ਜਿਹੜੀ ਗੱਲ ਕਹੀ ਸੀਗੀ ਵੀ ਮੈਂ ਸ਼ੁਭ ਨੂੰ ਐਜ਼ ਏ ਕਲਾਕਾਰ ਨੇ ਮੈਂ ਤੇ ਆਇਆ ਹੂੰ ਜੀ। ਤੁਸੀਂ ਕਹਿੰਦੇ ਹੋ ਬਈ ਜਦੋਂ ਵੀ ਤੁਸੀਂ ਕਿਤੇ ਤੁਹਾਡਾ ਕੋਈ ਕੰਮ ਅੜਦਾ ਜਾਂ ਜਦੋਂ ਵੀ ਤੁਸੀਂ ਕਿਸੇ ਮੁਸੀਬਤ ਵਿੱਚ ਹੁੰਦੇ ਹੋ, ਹੈ ਨਾ, ਕਿਉਂਕਿ
ਐਜ਼ ਅ ਹਿਊਮਨ ਬੀਂਗ, ਪਤਾ ਨਹੀਂ ਕਲਾਕਾਰ ਨੂੰ ਕਲਾਕਾਰ ਵਾਂਗੂ ਕਿਉਂ ਦੇਖਦੇ ਆ, ਉਹਨੂੰ ਇੱਕ ਆਮ ਇਨਸਾਨ ਵਾਂਗੂ ਕੋਈ ਦੇਖਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦਾ, ਪਰ ਮੈਨੂੰ ਲੱਗਦਾ ਕਲਾਕਾਰ ਵੀ ਹਰ ਦਿਨ ਉਹੀ ਸਾਰੇ ਚੈਲੰਜਸ ਫੇਸ ਕਰਦਾ ਜੋ ਇੱਕ ਆਮ ਇਨਸਾਨ ਕਰਦਾ, ਸ਼ਾਇਦ ਉਹ ਤੋਂ ਜ਼ਿਆਦਾ ਕਰਦਾ ਕਿਉਂਕਿ ਨਾਮ ਵੀ ਜੁੜਿਆ ਹੁੰਦਾ, ਵੱਡਾ ਹੁੰਦਾ, ਲੋਕੀ ਪਛਾਣਦੇ ਆ, ਜਾਣਦੇ ਆ। ਕਲਾਕਾਰ ਕੋਸ਼ਿਸ਼ ਕਰਦਾ ਵੀ ਮੇਰੇ ਤੋਂ ਕੋਈ ਮਿਸਟੇਕ ਨਾ ਹੋ ਜਾਵੇ, ਮੇਰੇ ਤੋਂ ਬੋਲਣ ਲੱਗੇ ਤਾਂ ਕੋਈ ਗਲਤੀ ਨਾ ਹੋ ਜਾਵੇ। ਜੀ, ਸੋ ਤੁਸੀਂ ਕਿਹਾ ਕਿ ਜਦੋਂ ਵੀ ਇਹੋ ਜਿਹੀ ਕੋਈ ਅੜਚਨ ਆਉਂਦੀ ਆ, ਕੋਈ ਪ੍ਰੋਬਲਮ ਆਉਂਦੀ ਆ, ਮਨ ਪਰੇਸ਼ਾਨ ਹੁੰਦਾ, ਤੁਸੀਂ ਸਿੱਧੂ ਨੂੰ ਤੇ ਆਉਂਦੇ ਹੋ ਔਰ ਤੁਹਾਡੀ ਉਹ ਚੀਜ਼ ਜਿਹੜੀ ਹੈ ਉਹ। ਮੈਂ ਪਿਛਲੇ ਦਿਨਾਂ ਦੀ ਗੱਲ ਦੱਸਦੀ ਆ, ਮੇਰੇ ਬੇਟੀ ਜਦੋਂ ਢਿੱਲੀ ਹੋਈ ਆ, ਜੀ ਬੇਟਾ ਬਹੁਤ ਜ਼ਿਆਦਾ ਢਿੱਲਾ ਸੀ, ਉਹਦਾ ਕ੍ਰੀਟੀਨਾਈਨ ਮਾਪ ਵੱਧ ਗਿਆ, ਜਿਹੜੇ ਵਾਈਟ ਸੈੱਲ ਜੀ ਪਲੇਟਲੈਟ ਸੈੱਲ, ਮਤਲਬ ਬਹੁਤ ਅੰਦਰ ਗੜਬੜ ਹੋ ਗਈ ਸੀ। ਹਾਂਜੀ, ਹੈ ਨਾ, ਅਤੇ ਮਤਲਬ ਮਹੀਨਾ ਇੱਕ ਇਹ ਲਾ ਲਓ ਵੀ ਅਸੀਂ ਐਂ ਲੱਗਦਾ ਸੀ ਵੀ ਪਤਾ ਨਹੀਂ ਐਤਕੀ ਕੁਦਰਤ ਕੀ ਕਰੂਗੀ ਸਾਡੇ ਨਾਲ ਜੀ, ਅਤੇ ਪ੍ਰੋਗਰਾਮ ਵੀ ਮੇਰੇ ਲਗਾਤਾਰ ਹੁੰਦੇ ਸੀ। ਤੁਸੀਂ ਦੇਖੋ ਵੀ ਕਲਾਕਾਰ ਦਾ ਕਿੱਡਾ ਜ਼ਿਕਰਾ ਹੁੰਦਾ, ਫਿਰ ਉਵੇਂ ਮੇਕਅਪ ਕਰਕੇ, ਕਿਉਂਕਿ ਜਿਨ੍ਹਾਂ ਦੇ ਵਿਆਹ ਹੈ ਉੱਥੇ ਆਪਾਂ ਸੋਗ ਥੋੜ੍ਹੀ ਪਾਉਣਾ, ਅਗਲਿਆਂ ਦਾ ਤਾਂ ਵਿਆਹ ਹੈ, ਉੱਥੇ ਆਪਾਂ ਸੋਗ ਦੀ ਗੱਲ ਵੀ ਨਹੀਂ ਕਰ ਸਕਦੇ। ਫਿਰ ਘਰ ਆਉਣਾ, ਮਤਲਬ ਇੱਕ ਮਹੀਨਾ ਤਾਂ ਮੈਨੂੰ ਇਹ ਨਹੀਂ ਪਤਾ ਲੱਗ ਗਿਆ ਵੀ ਜੀ ਇਹ 7 ਦਿਨਾਂ 'ਚ 5 ਜਾਂ 4 ਘੰਟੇ ਜਾਗਿਆ ਹੋਣਾ ਜੀ, ਪਤਾ ਨਹੀਂ ਇਹਨੂੰ ਇੰਨੀ ਨੀਂਦ ਕਿੱਥੋਂ ਆਉਂਦੀ ਸੀ, ਅਤੇ ਕੋਈ ਉੱਠਣ ਦੀ ਹਿੰਮਤ ਨਹੀਂ ਸੀ ਇਹਦੇ 'ਚ। 15 ਦਿਨ ਤਾਂ ਅਸੀਂ ਨਵਾਇਆ ਹੀ ਨਹੀਂ ਸੀ ਕਿਉਂਕਿ ਇਹਦੇ 'ਚ ਬਹਿ ਕੇ ਚਾਹ ਪੀਣ ਦੀ ਹਿੰਮਤ ਵੀ ਨਹੀਂ ਸੀਗੀ। ਓਕੇ, ਹਾਂਜੀ, 15-16 ਦਿਨਾਂ ਬਾਅਦ ਫਿਰ ਅਸੀਂ ਇਕੱਲੇ ਪਾਣੀ ਨਾਲ ਨਵਾਇਆ ਵੀ ਜੇ ਸਾਬਣ ਸੁਬਣ ਲਾਵਾਂਗੇ ਤਾਂ ਇਹ ਥੱਕ ਜੂਗਾ। ਇੱਕ ਦਿਨ ਮੈਂ ਪ੍ਰੋਗਰਾਮ 'ਤੇ ਜਾਵਾਂ ਅਤੇ ਬਹੁਤ ਤੰਗ, ਅਤੇ ਅੰਦਰੋਂ ਮੈਂ ਵੀ ਬਹੁਤ ਤੰਗ ਜੀ, ਇਹ ਆਹ ਫੋਟੋ ਨੀ ਅਤੇ ਮੈਂ ਇਹਦੇ ਮੂਹਰੇ ਖੜ ਗਈ ਜੀ, ਵੀ ਜਿਵੇਂ ਕੋਈ ਗੁੱਸਾ ਨਹੀਂ ਹੁੰਦਾ, ਹੈ ਨਾ, ਮੈਂ ਕਿਹਾ ਮੈਂ ਤਾਂ ਕਲਾਕਾਰ ਹਾਂ, ਸ਼ਾਇਦ ਮੈਨੂੰ ਕੋਈ ਮਤਲਬ ਹੋਵੇ, ਹੈ ਨਾ, ਕਲਾ ਕੋਈ ਵੀ ਸ਼ਾਇਦ ਮਤਲਬ ਨਾ ਤੇਰਾ ਗੀਤ ਗਾਉਂਦਾ ਹੋਵੇ, ਮੈਂ ਕਲਾਕਾਰ ਹਾਂ, ਸ਼ਾਇਦ ਮੈਨੂੰ ਕੋਈ ਮਤਲਬ ਹੋਵੇ, ਮੈਂ ਕਿਹਾ ਉਹ ਜਿਹੜਾ ਪਿਆ ਉਹਨੇ ਤੈਨੂੰ ਬੇਮਤਲਬ ਪਿਆਰ ਕੀਤਾ, ਹੈ ਨਾ, ਮੈਂ ਕਿਹਾ ਸ਼ਾਇਦ ਉਹਨੀ ਯਾਦ ਮੈਂ ਵੀ ਕੰਮ ਕਾਰਾਂ 'ਚ ਤੈਨੂੰ ਕਿਤੇ ਭੁੱਲ ਜਾਂਦੀ ਹੋਊਗੀ, ਪਰ ਮੈਂ ਕਿਹਾ ਜਿਹੜਾ ਉਹ ਬੈੱਡ 'ਤੇ ਪਿਆ ਨਾ ਉਹ ਤੈਨੂੰ ਇੱਕ ਸਕਿੰਟ ਵੀ ਆਪਦੇ ਦਿਮਾਗ 'ਚੋਂ ਗੈਬ ਨਹੀਂ ਕਰਦਾ, ਤੇਰੇ ਜਾਣ ਬਾਅਦ ਉਹ ਲੱਭੀ ਬਣ ਹੀ ਨਹੀਂ ਸਕਿਆ, ਸੱਚੀ ਨਹੀਂ ਬਣ ਸਕਿਆ, ਹੈ ਨਾ, ਵੀ ਉਹਦੇ ਅੰਦਰ ਨਿੱਕੀ ਜਿਹੀ ਖ਼ਬਰ ਉਹ ਭੱਜ ਕੇ ਮੇਰੇ ਕੋਲ ਲੈ ਗਏ, ਉਹ ਮਾਮਾ ਆ ਵੇਖੋ ਸ਼ੁਭ ਵੀਰੇ ਦੀਆਂ ਖ਼ਬਰ, ਮੈਂ ਕਿਹਾ ਵੀ ਇਹਦਾ ਪਿਆਰ ਬੇਮਤਲਬ ਹੈ ਅਤੇ ਤੂੰ ਇਹਦੇ ਲਈ ਕੀ ਕਰ ਰਿਹਾ, ਮੈਂ ਕਿਹਾ ਤੂੰ ਇਹਨੂੰ ਠੀਕ ਨਹੀਂ ਕਰ ਸਕਦਾ, ਜਿਵੇਂ ਇੱਕ ਲੜਾਈ ਨਹੀਂ ਹੁੰਦੀ, ਮੈਂ ਕਿਹਾ ਤੂੰ ਠੀਕ ਨਹੀਂ ਕਰ ਸਕਦਾ ਇਹਨੂੰ, ਹੈ ਨਾ, ਮੈਨੂੰ ਪਤਾ ਤੂੰ ਠੀਕ ਕਰ ਸਕਦਾ, ਤੂੰ ਧਿਆਨ ਕਿਉਂ ਨਹੀਂ ਦਿੰਦਾ, ਐਂ ਕਹਿ ਕੇ ਮਤਲਬ ਜੋ ਮੇਕਅਪ ਦਾ ਵੀ ਖਿਆਲ ਹੁੰਦਾ, ਹੈ ਨਾ, ਮੈਂ ਐਂ ਜੇ ਕਰਕੇ ਮੈਂ ਚਲੀ ਗਈ ਪ੍ਰੋਗਰਾਮ 'ਤੇ, ਅਤੇ ਸ਼ਾਮ ਨੂੰ ਮਤਲਬ ਮੇਰੀ ਸਿਸਟਰ ਦਾ ਫੋਨ ਆਇਆ, ਕਹਿੰਦੀ ਅੱਜ ਇਹਨੇ ਚਾਹ ਪੀ ਲਈ, ਅਰੇ ਵਾਹ, ਕਹਿੰਦੇ ਬਹਿ ਕੇ ਸਹੁੰ ਲੱਗੇ, ਮੈਨੂੰ ਆਪਦੀ ਦੇਹ ਦੀ ਸਹੁੰ ਲੱਗੇ, ਕਹਿੰਦੇ ਅੱਜ ਇਹਨੇ ਬਹਿ ਕੇ ਚਾਹ ਪੀਤੀ, ਸ਼ੁਕਰ ਹੈ ਮਾਲਕਾ ਚਾਹ ਪੀ ਲਈ, ਦੂਜੇ ਦਿਨ ਇਹਨੇ ਫੁਲਕਾ ਖਾਧਾ, ਤੀਜੇ ਦਿਨ ਫਿਰ ਫੁਲਕਾ ਖਾਧਾ, ਰਿਕਵਰੀ ਹੌਲੀ ਹੌਲੀ, ਫਿਰ ਉਹ ਫੋਟੋ ਸਾਹਮਣੇ ਖੜ ਕੇ ਸ਼ੁਕਰੀਆ ਦਾ, ਥੈਂਕ ਯੂ ਸ਼ੁਭ ਜੀ, ਥੈਂਕ ਯੂ, ਅੱਛੀ ਗੱਲ ਹੈ, ਮਤਲਬ ਜੇ ਤੁਹਾਡੀ ਸੋਚ ਹੈ ਤੇ ਉਧਰੋਂ ਵੀ ਚੀਜ਼ਾਂ ਪੂਰੀ, ਮੈਨੂੰ ਲੱਗਦਾ ਇਹ ਸਾਰਾ ਨਾ ਨੇਚਰ ਕਾਲ ਹੈ, ਗਿਵ ਐਂਡ ਟੇਕ ਹੈ, ਤੁਸੀਂ ਨੇਚਰ ਨੂੰ ਉਹ ਸਾਇੰਸ ਦਿੰਦੇ ਹੋ, ਤੁਹਾਨੂੰ ਰਿਵਰਟ ਕਰਕੇ ਦਿੰਦਾ ਰਿਜ਼ਰਵ ਬੈਂਕ ਵਾਂਗੂ ਵਿਆਜ ਸਮੇਤ, ਹੈ ਨਾ, ਪਰ ਮੈਨੂੰ ਇੱਕ ਗੱਲ ਦੱਸੋ ਕਿ ਤੁਹਾਡਾ ਭੂਆ ਭਤੀਜੇ ਦਾ ਕੀ ਸਿਸਟਮ ਹੈਗਾ, ਉਹ ਵੀ ਆਪਦੇ ਪਿੰਡੋਂ ਨਿਕਲ ਕੇ ਰਾਜੀ ਨਹੀਂ ਸੀ ਹੁੰਦਾ, ਸ਼ੋਅ ਲਾਉਂਦਾ ਸੀ ਤਾਂ ਵਾਪਿਸ ਹੋਣੇ ਪੈਰੀ ਵਾਪਿਸ ਆ ਜਾਂਦਾ ਸੀ, ਮੈਂ ਸੁਣਿਆ ਕਿ ਤੁਸੀਂ ਵੀ ਬਾਹਰ ਨਹੀਂ ਜਾਂਦੇ ਸ਼ੋਅ ਲਗਾਉਣ, ਜਦਕਿ ਤੁਹਾਨੂੰ ਇੰਨੇ ਫੋਨ ਆਉਂਦੇ ਨੇ, ਪਰ ਤੁਸੀਂ ਬਾਹਰ ਜਾ ਕੇ ਰਾਜੀ ਨਹੀਂ ਹੈਗੇ, ਨਹੀਂ ਮੈਂ ਰਾਜੀ, ਕੀ ਕੀ ਇਹਦੇ ਪਿੱਛੇ ਦਾ ਰਾਜ਼ ਦੱਸੋ ਮੈਨੂੰ, ਪਤਾ ਨਹੀਂ, ਇੱਕ ਤਾਂ ਘਰੇ ਰਹਿ ਕੇ ਬਹੁਤ ਸਕੂਨ ਮਿਲਦਾ, ਤੇ ਇੱਕ ਮੈਨੂੰ ਹਮੇਸ਼ਾ ਬਾਹਰ ਜਾ ਕੇ, ਇੱਕ ਮੈਂ ਘਰ ਦਾ ਫੁਲਕਾ ਬਹੁਤ ਰੋਣਾ ਖਾਣੀ, ਅੱਛਾ, ਘਰ ਦਾ ਖਾਣੇ ਦਾ ਮੈਨੂੰ ਬਹੁਤ ਸ਼ੌਕ ਆ, ਵੀ ਮੈਨੂੰ ਭਾਵੇਂ ਸਿੰਪਲ ਚਟਨੀ ਨਾ ਹੀ ਮਿਲ ਜੇ, ਮੈਨੂੰ ਘਰ ਦਾ ਫੁਲਕਾ ਮਿਲੇ, ਵੀ ਮੈਨੂੰ ਕੋਈ ਚਾਹ ਨਹੀਂ ਵੀ ਮੈਨੂੰ ਵੱਡੇ ਹੋਟਲ ਮਿਲਣ ਜਾਂ ਮੈਂ ਵੱਡੇ ਵੱਡੇ ਹੋਟਲਾਂ 'ਚ ਰਹਾਂ ਜੀ, ਅਤੇ ਨਹੀਂ ਮੈਂ ਜਾ ਕੇ ਖੁਸ਼ ਨਹੀਂ, ਹੈ ਨਾ, ਮਤਲਬ ਪਤਾ ਨਹੀਂ ਤੁਸੀਂ ਇੰਨੇ, ਤੁਸੀਂ ਜਿੱਦਾਂ ਕਿਹਾ ਕਿ ਮੈਨੂੰ ਉੱਥੇ ਰਹਿ ਕੇ ਮੈਨੂੰ ਮੇਰੀ ਔਕਾਤ ਯਾਦ ਰਹਿੰਦੀ ਆ, ਸਿੱਧੂ ਵੀ ਇੰਨੇ ਰੂਟਡ ਸੀਗਾ ਕਿ ਉਹਨੂੰ ਉਹ ਸਾਹਮਣੇ ਘਰ ਦੇ ਵਾਲਾ ਦਰਖਤ ਤੇ ਸਾਰਾ ਦਿਨ ਉਹਨੂੰ ਬੈਠ ਕੇ ਮਜ਼ਾ ਆਉਂਦਾ ਸੀ, ਇੱਕ ਹੋਰ ਦੇਖੋ ਦਰਖਤ ਅੰਦਰ ਕਿੰਨਾ ਮਹਿੰਗਾ ਡਾਇਨਿੰਗ ਟੇਬਲ ਪਿਆ, ਹਾਂਜੀ ਹਾਂਜੀ, ਵਿਰਲੇ ਘਰਾਂ 'ਚ ਹੀ ਹੋਊਗਾ ਜਿਹੜਾ ਅੰਦਰ ਸ਼ੁਭ ਦੇ ਅੰਦਰ ਪਿਆ ਡਾਇਨਿੰਗ ਟੇਬਲ, ਪਰ ਤੁਸੀਂ ਦੇਖਿਓ ਬਾਹਰ ਹਵੇਲੀ 'ਚ ਕਿਸੇ ਦਿਨ ਜਾਇਓ ਇੱਕ ਰਸੋਈ ਬਣੀ ਹੋਈ ਆ ਉਹ ਸਾਈਡ ਜੀ ਤੇ, ਸਾਈਡ ਤੇ ਟੀਨ ਨਾਲ, ਟੀਨ ਨਾਲ, ਹਾਂਜੀ, ਅੱਜ ਵੀ ਰੋਟੀ ਉੱਥੇ ਬਣਦੀ ਆ, ਜਦੋਂ ਸ਼ੁਭ ਸੀਗਾ ਉਦੋਂ ਵੀ ਰੋਟੀ ਉੱਥੇ ਬਣਦੀ ਸੀ, ਹੁਣ ਚੁੱਲ੍ਹੇ ਮੂਹਰੇ ਬਹਿ ਕੇ ਖਾਣੀ, ਮੈਨੂੰ ਲੱਗਦਾ ਇਹੀ ਚੀਜ਼ਾਂ ਹੁੰਦੀਆਂ ਨੇ ਜੋ ਜੋ ਐਕਚੁਅਲ ਤੁਹਾਨੂੰ ਐਕਚੁਅਲ ਲਾਈਫ ਦਿੰਦੀਆਂ ਨੇ, ਹੈ ਨਾ, ਮੈਨੂੰ ਲੱਗਦਾ ਆਰਟੀਫਿਸ਼ਲ ਜ਼ਿੰਦਗੀ ਵੀ ਕੀ ਜੀਣੀ ਹੋਈ, ਉਹ ਫਿਰ ਜ਼ਿੰਦਗੀ ਜੀਣੀ ਨਹੀਂ ਹੋਈ, ਹੈ ਨਾ, ਉਹ ਤਾਂ ਫਿਰ ਉਹਦਾ ਹੌਸਲਾ ਜਿਹਾ ਹੀ ਹੈ ਖੁਦ ਨੂੰ ਹੌਸਲਾ, ਇੱਕ ਗੱਲ ਮੈਂ ਤੁਹਾਡੇ ਨਾਲ ਕਰਨੀ ਚਾਹੁੰਦੀ ਸੀ, ਮਦਰਹੁੱਡ ਪੀਰੀਅਡ ਸਭ ਤੋਂ ਜ਼ਿਆਦਾ ਆਈ ਮੀਨ ਸਟਰੋਂਗ ਵਿਮੈਨ ਦੇ ਲਈ ਵੀ ਬਹੁਤ ਔਖਾ ਹੁੰਦਾ, ਖਾਸ ਕਰ ਪ੍ਰੈਗਨੈਂਸੀ ਵਾਲਾ,
ਤੁਸੀਂ ਮਦਰ ਹੋ, ਤੁਸੀਂ ਬਹੁਤ ਸਾਰੇ ਹੈਲਥ ਇਸ਼ੂਜ਼ ਨੂੰ ਹੈ ਨਾ ਕ੍ਰੋਸ ਕਰਕੇ ਇੱਥੋਂ ਤੱਕ ਆਏ ਹੋ, ਸਟਿਲ ਯੂ ਆਰ ਸਫਰਿੰਗ, ਤੁਸੀਂ ਹਜੇ ਵੀ ਸਫ਼ਰ ਕਰ ਰਹੇ ਹੋ। ਸੋ ਸਿੱਧੂ ਦੀ ਮੰਮਾ ਦੀ ਜੇਕਰ ਗੱਲ ਕਰੀਏ, 58 ਉਹਨਾਂ ਦੀ ਉਮਰ ਹੈ, ਔਰ ਸਾਡੇ ਇੰਡੀਆ ਦੇ ਵਿੱਚ ਅਜੇ ਤੱਕ ਕਾਨੂੰਨ ਵੀ ਨਹੀਂ ਹੈਗਾ ਕਿ 50 ਸਾਲ ਤੋਂ ਬਾਅਦ IVF ਵਾਲੇ ਕੇਸਿਸ ਕਰਵਾ ਸਕਦੇ ਨੇ, ਬਾਹਰੋਂ ਕਰਵਾ ਕੇ ਆਏ। ਪਰ ਮੈਂ ਬਹੁਤ ਵਾਰੀ ਅਖਬਾਰਾਂ 'ਚ ਪੜ੍ਹਿਆ ਸੀ, ਹਾਂ, ਜਿਹੜੇ ਪਿੰਡਾਂ ਦੇ ਬਜ਼ੁਰਗ ਸੀ ਉਹ ਤਾਂ ਬਾਹਰ ਜਾ ਹੀ ਨਹੀਂ ਸਕਦੇ। ਅੱਛਾ, ਪਤਾ ਨਹੀਂ, ਫਿਰ ਮੈਂ ਵੀ ਇਹ ਚੀਜ਼ ਪਰ ਬਹੁਤ ਵਾਰ ਸੁਣੀ। ਮੈਂ ਹੈਰਾਨ ਹਾਂ, ਮੈਂ ਜਦੋਂ 15 ਕੁ ਦਿਨ ਪਹਿਲਾਂ ਅਖਬਾਰ ਤੇ ਖਬਰ ਪੜ੍ਹੀ ਵੀ ਆਪਣੇ ਇੰਡੀਆ 'ਚ ਇਹ ਕਾਨੂੰਨ ਹੈ ਨਹੀਂ ਵੀ 55 ਸਾਲ ਤੋਂ ਉੱਤੇ ਕੋਈ ਲੇਡੀ ਮਤਲਬ ਏਦਾਂ ਬੇਬੀ ਲੈ ਸਕੇ, ਤੇ ਮੈਂ ਤਾਂ ਬਹੁਤ ਖਬਰਾਂ ਪੜ੍ਹਦੀ ਹੁੰਦੀ ਸੀ ਅਖਬਾਰ 'ਚ ਵੀ ਪਿੰਡਾਂ 'ਚ ਜੋੜੇ ਨੂੰ ਦਿਖਾਉਂਦੇ ਵੀ ਹੁੰਦੇ ਸੀ ਬੱਚਿਆਂ ਨਾਲ ਵੀ 70 ਸਾਲ ਦਾ ਬਜ਼ੁਰਗ ਜੋੜਾ ਡਬਲ ਬੱਚਿਆਂ ਦਾ ਜੋੜੇ ਬੱਚਿਆਂ ਦਾ ਮਾਂ ਬਾਪ ਬਣਿਆ ਹਨਾ। ਮੈਂ ਤੇ ਪਹਿਲੀ ਵਾਰ ਦੇਖਿਆ 15 ਕੁ ਦਿਨ ਪਹਿਲਾਂ ਵੀ ਜਦੋਂ ਖਬਰ ਆਈ ਸੀਗੀ ਵੀ ਐਂਡ ਤੇ ਲਿਖਿਆ ਉਹਨਾਂ ਨੇ ਪਹਿਲਾਂ ਇਹ ਹੋਊਗਾ ਉਹ ਹੋਊਗਾ, ਐਂਡ ਤੇ ਲਿਖਿਆ ਸੀ ਵੀ ਤੁਸੀਂ ਪ੍ਰੈਗਨੈਂਟ ਬਾਹਰੋਂ ਹੋ ਸਕਦੇ ਹੋ ਤੇ ਡਿਲੀਵਰੀ ਤੁਸੀਂ ਇੱਥੇ ਟ੍ਰੀਟਮੈਂਟ ਇੱਥੇ ਕਰ ਸਕਦੇ ਹੋ। ਮੈਂ ਕਿਹਾ ਵੀ ਉਹ ਜਿਹੜੇ ਮੈਂ ਖਬਰਾਂ ਪੜ੍ਹੀਆਂ ਸੀਗੀਆਂ ਪਿੰਡਾਂ ਦੇ ਬਜ਼ੁਰਗ ਸੀ ਉਹ ਵਿਚਾਰੇ ਕਿੱਥੇ ਗਏ ਹੋਣੇ ਆ, ਪਰਮਾਤਮਾ ਜਾਂ ਤਾਂ ਫਿਰ ਹੁਣ 5-4 ਮਹੀਨੇ 'ਚ ਕਾਨੂੰਨ ਬਣ ਗਿਆ ਹੁਣ, ਜਾਂ ਤਾਂ ਹੁਣ ਕਾਨੂੰਨ ਬਣੇ ਆ ਜਾਂ ਫਿਰ ਕਿਸੇ ਗੱਲ ਦੀ ਸੱਚਾਈ ਪਿੱਛੇ ਸੱਚਾਈ ਨਹੀਂ ਆ, ਇਹ ਤਾਂ ਚਲੋ ਐਨੀਵੇਜ਼ ਨਹੀਂ ਮੈਨੂੰ ਆਏ ਨਹੀਂ ਸਮਝ ਲੱਗਦੀ ਵੀ ਦੇਖੋ ਪੇਰੈਂਟਸ ਆਪਦੀ ਜਾਨ ਦਾ ਰਿਸਕ ਲੈ ਰਹੇ, ਹਾਂਜੀ ਨੌਜਵਾਨਾਂ ਦੀ ਜਾਨ ਤਾਂ ਪਿਆਰੀ ਨੀ, ਆਪਾਂ ਲੈ ਜਾਨ ਲੈ ਸਕਦੇ ਹਾਂ। ਹੁਣ ਮਿੰਟ ਚ ਫਲਾਣਾ ਫਲਾਣੇ ਨੂੰ ਗੋਲੀ ਮਾਰ ਗਿਆ, ਧਿਮਕਾ ਧਿਮਕੀ ਨੂੰ ਗੋਲੀ ਮਾਰ ਗਿਆ, ਤੁਹਾਨੂੰ ਲੱਗਦਾ ਵੀ ਜੋ ਕਿਤੇ ਹਰ ਰੋਜ਼ ਆਪਾਂ 4-5 ਕੇਸ ਟੀਵੀ ਤੇ ਵੇਖਦੇ ਹਾਂ ਜਾਂ ਫੇਸਬੁੱਕ ਤੇ ਦੇਖਦੇ ਹਾਂ, ਅੱਜ ਉੱਥੇ ਗੋਲੀ ਚੱਲ ਗਈ, ਮਾਪਿਆਂ ਦਾ ਇਕੱਲਾ ਪੁੱਤ ਮਰ ਗਿਆ, ਅੱਜ ਉੱਥੇ ਆਹ ਹੋ ਗਿਆ ਮਾਪਿਆਂ ਦਾ ਇਕੱਲਾ ਪੁੱਤ ਮਰ ਗਿਆ, ਕੀ ਗੱਲ ਵੀ ਨੌਜਵਾਨਾਂ ਦਾ ਮਰਨ ਦਾ ਹੱਕ ਹੈ ਤੇ ਮਾਂ ਬਾਪ ਨੇ ਆਪਦੇ, ਮੈਂ ਤਾਂ ਕਹਿੰਦੀ ਕਾਨੂੰਨ ਬੰਦ ਹੋਣਾ ਚਾਹੀਦਾ, ਬੰਦ ਹੋਣਾ। ਮੈਂ ਗੌਰਮੈਂਟ ਨੂੰ ਵਿਸ਼ੇਸ਼ ਤੌਰ ਤੇ ਬੇਨਤੀ ਕਰਦੀ ਹਾਂ ਵੀ ਕਾਨੂੰਨ ਬੰਦ ਕਰ ਦਿਓ, ਜੇ ਕਿਸੇ ਨਾਲ ਇਹ ਹਾਦਸਾ ਹੁੰਦਾ ਹੈ ਉਹ ਆਪਦੀ ਜ਼ਿੰਦਗੀ ਜਿਉਣ ਦਾ ਕੋਈ ਨਾ ਕੋਈ ਸੋਰਸ ਕਰ ਸਕਣ। ਦੇਖੋ ਜੀ ਇੱਕ ਲੱਤ ਆ ਮੇਰੀ ਟੁੱਟ ਗਈ ਜੀ, ਇਹ ਉਹ ਲੱਤ ਤਾਂ ਨਹੀਂ ਬਣ ਸਕਦੀ ਹਨਾ, ਪਰ ਜੇ ਮੈਂ ਨਕਲੀ ਲਾ ਲੂੰਗੀ ਜਾਂ ਮੈਂ ਖੁੰਡੀ ਫੜ ਲੂੰਗੀ ਜੀ ਤਾਂ ਮੈਂ ਤੁਰ ਸਕਦੀ ਹਾਂ, ਤੁਰਨ ਜੋਗੇ ਤਾਂ ਰਹਿ ਜੂੰਗੀ, ਮਾਂ ਬਾਪ ਨੂੰ ਤੁਰਨ ਜੋਗੇ ਰਹਿਣ ਦਿਓ। ਇਹ ਕਾਨੂੰਨ ਪਲੀਜ਼ ਮੇਰੀ ਬੇਨਤੀ ਆ ਸਰਕਾਰ ਮੂਹਰੇ ਵੀ ਇਹ ਕਾਨੂੰਨ ਬੰਦ ਕਰ ਦਿਓ, ਵੀ ਇਹ ਕਾਨੂੰਨ ਤੁਸੀਂ 65 ਸਾਲ ਤੋਂ ਬਾਅਦ ਕਰ ਦਿਓ, ਕਰ ਦਿਓ ਲਾਗੂ ਕਰੋ, 65 ਸਾਲ ਤੋਂ ਬਾਅਦ ਕਰ ਲਓ, ਕਿਉਂਕਿ ਸਾਡੇ ਪੰਜਾਬ ਦੀਆਂ ਜੱਟੀਆਂ 'ਚ ਪੰਜਾਬ ਦੇ ਮਾਵਾਂ 'ਚ ਇੰਨਾ ਕੁ ਹੌਂਸਲਾ ਹੈਗਾ ਵੀ ਫਿਰ ਆਪਦੀ ਉਹ ਔਲਾਦ ਨੂੰ ਜਨਮ ਦੇ ਸਕਦੀ ਦੇ ਸਕਦੀ ਹੈ, ਜਿੱਦਾਂ ਕਿ ਹੁਣ ਦਿੱਤਾ ਹੈ ਇੱਕ ਅੱਛਾ ਐਗਜ਼ਾਮਪਲ। ਦਿਮਾਗੀ ਤੌਰ ਤੇ ਪਰੇਸ਼ਾਨ ਨਾ ਕਰ, ਮੈਂ ਉਸੇ ਗੱਲ ਤੇ ਵੀ ਆਉਂਗੀ, ਪਰ ਮੈਂ ਇਹੀ ਗੱਲ ਕਰਨ ਲੱਗੀ ਸੀ, ਤੁਸੀਂ ਵਿਚਰਦੇ ਰਹੇ ਹੋ, ਤੁਸੀਂ ਕਿਹਾ ਵੀ ਜਿੰਨਾ ਟਾਈਮ ਹੁੰਦਾ ਸੀ ਮੈਂ ਸਮਾਂ ਕੱਢ ਕੇ ਮਿਲ ਕੇ ਆਉਂਦੀ ਰਹੀ ਸੀ। ਯੂਜੂਅਲੀ ਡਾਕਟਰਸ ਇਹ ਕਹਿੰਦੇ ਨੇ ਕਿ ਮਾਂ ਨੂੰ ਕੋਈ ਸੰਤਾਪ ਨਾ ਹੋਵੇ, ਕੋਈ ਦੁੱਖ ਨਾ ਹੋਵੇ, ਪਰ ਉਹਨਾਂ ਨੇ ਜੋ ਕੁਛ ਵੀ ਹੰਢਾਇਆ ਪਿਛਲੇ ਇੰਨੇ ਸਾਲ 'ਚ, ਬਾਵਜੂਦ ਜੋ ਉਹਨਾਂ ਨੇ ਕੀਤਾ, ਸ਼ਾਬਾਸ਼ੀ ਤੇ ਹੈ ਹੀ, ਇੱਕ ਤਗੜੀ ਮਿਸਾਲ ਹੈ, ਸਲੂਟ ਦੇ ਹੱਕਦਾਰ ਨੇ ਜੀ, ਦੋਨੇ ਮੀਆਂ ਬੀਬੀ ਜੰਗ ਵੀ ਲੜੇ, ਸ਼ੁਭ ਦੇ ਘਰ ਨੂੰ ਵੀ ਸੰਭਾਲਿਆ ਜੀ ਜੀ, ਕਿਸੇ ਦਾ ਉਹ ਵੀ ਨਹੀਂ ਕੀਤਾ, ਔਰ ਇੰਨੀ ਦੁਨੀਆ ਸ਼ੁਭ ਨੂੰ ਲੈ ਕੇ ਵੀ ਆਏ, ਸ਼ੁਭ ਨੂੰ ਵੀ ਲੈ ਕੇ, ਔਰ ਇੰਨੀ ਦੁਨੀਆ ਜਿਹੜੀ ਰੋਜ਼ ਇਕੱਠਾਂ ਦੇ ਇਕੱਠ ਮਿਲਣ ਆਉਂਦੀ ਸੀ, ਕਿਸੇ ਨੂੰ ਵੀ ਨਾਰਾਜ਼ ਕਰਕੇ ਨਹੀਂ ਤੋੜਦੇ, ਕਿਸੇ ਨੂੰ ਵੀ ਇੱਕ ਬੰਦੇ ਨੂੰ ਵੀ ਨਾਰਾਜ਼ ਕਰਕੇ ਨਹੀਂ ਤੋੜਦੇ। ਪਰ ਕੀ ਇਸ ਮਾਂ ਨੇ ਉਸ ਮਾਂ ਦੀਆਂ ਅੱਖਾਂ 'ਚ ਕੁਛ ਇਹੋ ਜਿਹਾ ਮਹਿਸੂਸ ਕੀਤਾ ਹੋਏਗਾ ਇਸ 9-8 ਮਹੀਨਿਆਂ ਦੇ ਵਿੱਚ? ਮੈਂ ਤਾਂ ਸਿੱਖਿਆ ਹੀ ਲਈ, ਅੱਛਾ ਜੀ, ਉਸ ਮਾਂ ਤੋਂ ਮੈਂ ਸਿੱਖਿਆ ਲਈ ਵੀ ਤੂੰ ਨਿੱਕੀਆਂ ਨਿੱਕੀਆਂ ਘਬਰਾਹਟਾਂ ਤੇ ਰੋਣ ਬਹਿ ਜਾਂਦੀ ਆ ਹਨਾ, ਤੇ ਮੈਂ ਸਲੂਟ ਕਰਦੀ ਹਾਂ ਵੀ ਮਾਂ ਬਾਪ ਨੂੰ ਏਦਾਂ ਹੀ ਸਟਰੋਂਗ ਰਹਿਣਾ ਚਾਹੀਦਾ ਹੈ ਨਾ, ਜਿਗਰਾ ਆਪਣਾ ਮਜ਼ਬੂਤ ਰੱਖਣਾ ਚਾਹੀਦਾ, ਮਜ਼ਬੂਤ ਰੱਖਣਾ ਚਾਹੀਦਾ, ਕਿਉਂਕਿ ਉਹ ਪਰਮਾਤਮਾ ਹੈ, ਉਹ ਵਾਹਿਗੁਰੂ ਹੈ, ਪਤਾ ਨਹੀਂ ਉਹਨੇ ਕਦੋਂ ਆਪਣੇ ਅਗਲੇ ਪਲ ਕਿਉਂ ਜਾ ਜਾਣਾ ਹੈ, ਪਰ ਮੈਂ ਵੀਰ ਜੀ ਨੂੰ ਤੇ ਭਾਬੀ ਜੀ ਨੂੰ ਸਲੂਟ ਕਰਦੀ ਹਾਂ, ਓਦਾਂ ਦਾ ਹੀ ਹੋਣਾ ਚਾਹੀਦਾ ਹਰ ਮਾਂ ਬਾਪ ਨੂੰ। ਮੈਂ ਅੱਜ ਫਿਰ ਕਹਿਣਾ ਚਾਹਾਂਗੀ, ਜਿੰਨਾ ਮਰਜ਼ੀ ਕਹਿ ਲਓ ਬਈ ਕੁੜੀ ਕੀ ਤੇ ਮਾਂ ਕੀ, ਬੜਾ ਵਿਰਾਗ ਅੱਜ ਵੀ ਇਹਨਾਂ ਨੂੰ ਹੁੰਦਾ ਕੁਛ ਕੁ ਕਮਿਊਨਿਟੀ ਦੇ ਲੋਕਾਂ ਨੂੰ, ਪਰ ਦੇਖੋ ਮਦਰ ਪਾਵਰ ਕਿੱਡੀ ਵੱਡੀ ਚੀਜ਼ ਹੈ। ਹਾਂ ਇਹ ਜ਼ਰੂਰ ਹੈ, ਹੈ ਨਾ, ਵੀ ਉਹ ਪਲ ਪਲ ਸ਼ੁਭ ਨੂੰ ਯਾਦ ਕਰਦੇ ਸੀ, ਪਿਆਲੇ ਭਰ ਭਰ ਕੇ ਅੱਖਾਂ ਡੋਲਦੀਆਂ ਸੀ, ਪਿਆਲੇ ਭਰ ਭਰ ਕੇ, ਫਿਰ ਅਸੀਂ ਕਈ ਵਾਰ ਕਹਿ ਦਿੰਦੇ ਹੁੰਦੇ ਸੀ ਵੀ ਭਾਬੀ ਤੁਸੀਂ ਨਾ ਬਸ ਹੁਣ ਇਹਦੇ ਬਾਰੇ ਸੋਚੋ ਜੀ, ਵੀ ਜੇ ਤੁਸੀਂ ਸਟ੍ਰੈਸ ਲਓਗੇ ਉਹ 'ਤੇ ਅਸਰ ਹੋਣਾ, ਬਸ ਇੱਕ ਛੋਟੀ ਜਿਹੀ ਗੱਲ ਹੀ ਕਰਦੇ, ਕੀ ਕਰਾਂ ਭੁੱਲਦਾ ਨਹੀਂ, ਮਾਂ ਸੀ ਨਾ, ਦੇਖੋ ਇੱਕ ਸ਼ੇਰ 6 ਫੁੱਟ 2 ਇੰਚ ਦਾ ਤੋੜ ਕੇ ਦੁਬਾਰਾ ਤੋਂ, ਹੁਣ ਮੇਰਾ ਸਾਰਾ ਬਾਗ ਉੱਜੜ ਗਿਆ, ਮੈਂ ਇਹਨੂੰ ਦੁਬਾਰਾ ਤੇ ਜਦੋਂ ਸਜਾਉਂਗੀ ਮੈਨੂੰ ਪੁਰਾਣਾ ਬਾਗ ਯਾਦ ਆਉਣਾ ਹੀ ਆਉਣਾ ਆਉਣਾ ਹੀ ਆਉਣਾ, ਉਹ ਤਾਂ ਢਿੱਡੋ ਜੰਮੀ ਔਲਾਦ ਹੈ ਨਾ ਵੈਸੇ, ਉਹ ਔਲਾਦ ਹੈ, ਔਰ ਉਹਦਾ ਜਾਣਾ ਜੋ ਹੈ ਉਹ ਹਰ ਕਿਸੇ ਨੂੰ ਕਿਤੇ ਨਾ ਕਿਤੇ ਦੁੱਖ 'ਚ ਹੀ ਪਾ ਕੇ ਗਿਆ ਹੈ ਨਾ। ਮੈਂ ਇੱਕ ਗੱਲ ਕਹਿੰਦੇ ਹੁੰਦੇ ਹਾਂ ਵੀ ਜਦੋਂ ਆਪਾਂ ਨੂੰ ਅੱਜ ਪਤਾ ਲੱਗ ਗਿਆ ਵੀ ਮੈਂ ਪ੍ਰੈਗਨੈਂਟ ਹਾਂ, ਉਦੋਂ ਇੱਕ ਛੋਟਾ ਜਿਹਾ ਡਰੋਪ ਹੁੰਦਾ, ਹਾਂਜੀ, ਜਦੋਂ ਆਪਾਂ ਨੂੰ ਪਤਾ ਲੱਗਦਾ ਵੀ ਮੈਂ ਪ੍ਰੈਗਨੈਂਟ ਹਾਂ, ਤੇ ਆਪਣੇ ਨਾਲ ਦੀ ਨਾ ਸੁਪਨੇ
ਉਹਦੇ ਨਾਲ ਵੱਧ ਜਾਂਦੇ ਹਾਂ ਸੁਪਨੇ ਬੁਨਣੇ ਮਾਂ ਸ਼ੁਰੂ ਕਰ ਦਿੰਦੀ ਉਸੇ ਵੇਲੇ ਉਸੇ ਵੇਲੇ ਉਸੇ ਵੇਲੇ ਉਸੇ ਘੜੀ ਹਾਂ ਵੀ ਸਾਡੇ ਉਹ ਆਪਦੀਆਂ ਖੁਆਇਸ਼ਾਂ ਉਦੋਂ ਹੀ ਬੰਦ ਕਰ ਦਿੰਦੇ ਨੇ ਨਾਲ ਦੀ ਨਾਲ ਹੀ ਜਦੋਂ ਮਾਂ ਖਬਰ ਦਿੰਦੀ ਆਪਦੇ ਹਸਬੈਂਡ ਨੂੰ ਵੀ ਮੈਂ ਪ੍ਰੈਗਨੈਂਟ ਹਾਂ ਦਾਦਾ ਦਾਦੀ ਨੂੰ ਪੇਕੇ ਸਹੁਰਿਆਂ ਨੂੰ ਦਿੰਦੀ ਵੀ ਮੈਂ ਪ੍ਰੈਗਨੈਂਟ ਹਾਂ ਅਤੇ ਸਾਰਿਆਂ ਦੀ ਇੱਕ ਲਿਵ ਉਹਦੇ ਉਹ ਬੱਚੇ ਵੱਲ ਲੱਗ ਜਾਂਦੀ ਹੈ ਬਿਲਕੁਲ ਅਤੇ ਕਰੋੜਾਂ ਖਰਬਾਂ ਸੁਪਨੇ ਹੁੰਦੇ ਆ ਜਿਹੜੇ ਇੱਕ ਬੱਚੇ ਨਾਲ ਜੁੜੇ ਹੁੰਦੇ ਆ ਜਦੋਂ ਕੋਈ ਉਹਨਾਂ ਸੁਪਨਿਆਂ ਨੂੰ ਤੋੜਦਾ ਕਹਿੰਦੇ ਪਰਮਾਤਮਾ ਦੇ ਘਰ ਦੇ ਰਹਿ ਅੰਧੇਰ ਨੇ ਬਿਲਕੁਲ ਬਹੁਤ ਵਧੀਆ ਬਹੁਤ ਵਧੀਆ ਗੱਲ ਜਦੋਂ ਖਾਸ ਕਰਕੇ ਮਾਂ ਨੂੰ ਰੱਬ ਦਾ ਰੁਤਬਾ ਦਿੱਤਾ ਗਿਆ ਤੇ ਜਦੋਂ ਕੋਈ ਮਾਂ ਦੀਆਂ ਆਂਦਰਾਂ ਨਾਲ ਸਮਝ ਲਓ ਰੱਬ ਨਾਲ ਖੇਡਦਾ ਜਦੋਂ ਕੋਈ ਮਾਂ ਦੀਆਂ ਆਂਦਰਾਂ ਨਾਲ ਖੇਡਦਾ ਨਾ ਉਹ ਬੰਦਾ ਬਖਸ਼ਿਆ ਨਹੀਂ ਜਾਂਦਾ ਉਹਦੀ ਤੱਕੜੀ ਨੇ ਇੱਕ ਦਿਨ ਫੈਸਲਾ ਕਰਨਾ ਹੀ ਕਰਨਾ ਔਰ ਹੱਕ ਵਿੱਚ ਕਰਨਾ ਹੱਕ ਵਿੱਚ ਸਮਾਂ ਲੱਗ ਸਕਦਾ ਸਮਾਂ ਲੱਗ ਸਕਦਾ ਬਟ ਉਸ ਤੋਂ ਬਾਅਦ ਸਵੇਰ ਜ਼ਰੂਰ ਲੱਗ ਰਿਹਾ ਹੁੰਦਾ ਵੀ ਸਮਾਂ ਲੱਗ ਰਿਹਾ ਕੀ ਪਤਾ ਮਾਲਕ ਕਿੱਡੀ ਕੁ ਵੱਡੀ ਸਜ਼ਾ ਸੋਚੀ ਬੈਠਾ ਹੁੰਦਾ ਜੀ ਰਾਈਟ ਤੇ ਕੱਲ ਤੋਂ ਬਾਅਦ ਜਦੋਂ ਦੇ ਨਵਾਬਜ਼ਾਦੇ ਆਏ ਨੇ ਛੋਟੇ ਸਿੱਧੂ ਜੀ ਹੈ ਨਾ ਚਿਹਰੇ ਤੇ ਹਾਸਾ ਨਾ ਹਾਂ ਤੁਹਾਡੇ ਚਿਹਰੇ ਤੁਹਾਡੇ ਹਾਸੇ ਦੇ ਵਿੱਚ ਅੱਜ ਉਹ ਨਹੀਂ ਹੈਗਾ ਬਈ ਬਸ ਹੱਸਣਾ ਹੈ ਹੁਣ ਦੋ ਘੜੀ ਬੈਠੇ ਆ ਤਾਂ ਉਹ ਨਹੀਂ ਹੈਗਾ ਅੱਜ ਹਾਸਾ ਹਾਸਾ ਹੈ ਰੋਟੀ ਦਾ ਸਕੂਨ ਵੱਧ ਗਿਆ ਰੋਟੀ ਦਾ ਸਕੂਨ ਵੱਧ ਗਿਆ ਹੁਣ ਮੈਨੂੰ ਐ ਵੀ ਰੱਬਾ ਮੈਨੂੰ ਓਨੀ ਕੁ ਜ਼ਿੰਦਗੀ ਦੇਈ ਵੀ ਮੈਂ ਸ਼ੁਭ ਨੂੰ ਫਿਰ ਸਟਾਰ ਬਣਦੇ ਦੇਖਾਂ ਫਿਰ ਤੋਂ ਉਹਦਾ ਵਿਆਹ ਸ਼ਾਦੀ ਦੇਖਾਂ ਵਿਆਹ ਸ਼ਾਦੀ ਤੇ ਦੇਖੋਗੇ ਉਸ ਤੋਂ ਪਹਿਲਾਂ ਤਾਂ ਮੈਨੂੰ ਲੱਗਦਾ ਐਸੇ ਝੂਲੇ ਤੇ ਹੈ ਨਾ ਝੂਲਾ ਵੀ ਦਵਾਓਗੇ ਆਣਗੇ ਮੈਂ ਚੇਂਜ ਕਰੂੰਗੀ ਜਦੋਂ ਆਉਣਾ ਠੀਕ ਹੈ ਸੋਹਣਾ ਜਿਹਾ ਝੂਲਾ ਲਿਆ ਕੇ ਰੱਖੂੰਗੀ ਨਾ ਅਰੇ ਭੂਆ ਵੱਲੋਂ ਬਣਦਾ ਵੀ ਹੈ ਭੂਆ ਵੱਲੋਂ ਬਣਦਾ ਹੁਣ ਪੁਰਾਣੇ ਝੂਲੇ ਤੇ ਥੋੜ੍ਹੀ ਬਿਠਾਉਂਗੀ ਨਵਾਂ ਲਿਆ ਕੇ ਜਦੋਂ ਉਹਨੇ ਐਂਟਰੀ ਕਰਨੀ ਹੋਈ ਉਦੋਂ ਦੇਖੋ ਫਿਰ ਮੈਂ ਕਿਵੇਂ ਘਰ ਚ ਘੁੰਮਾਂਗੀ ਸਾਨੂੰ ਸੱਦ ਲਈਓ ਅਸੀਂ ਵੇਖ ਹੀ ਲਵਾਂਗੇ ਅੱਖੀ ਉਹਦਾ ਨਜ਼ਾਰਾ ਜ਼ਿਆਦਾ ਵਧੀਆ ਸੋਸ਼ਲ ਮੀਡੀਆ ਤੇ ਪੱਕੀ ਗੱਲ ਹੈ ਹਾਂ ਜਿਸ ਦਿਨ ਹੁਣ ਉਹ ਆਉਣਗੇ ਤੇ ਮੈਂ ਚਾਹੁੰਦੀ ਹਾਂ ਵੀ ਮੈਂ ਆਪਣੀ ਅੱਖੀ ਉਹ ਸਕੂਨ ਦੇਖਾਂ ਉਹ ਚਾਹ ਵੇਖਾਂ ਤੇ ਇੰਨੇ ਸਾਲਾਂ ਬਾਅਦ ਜੋ ਚਿਹਰਿਆਂ ਤੇ ਹਾਸੇ ਖੇਡੇ ਆਏ ਆ ਉਹਨੂੰ ਮੈਂ ਅੱਖੀ ਦੇਖ ਕੇ ਮਹਿਸੂਸ ਕਰਨਾ ਚਾਹੁੰਦੀ ਹਾਂ ਕਿਉਂਕਿ ਸ਼ੁਭ ਨੇ ਮੈਨੂੰ ਉੱਥੋਂ ਕੱਢਿਆ ਕਹਿੰਦੇ ਵੀ ਜੋ ਮੈਂ ਪਾਠ ਕੀਤੇ ਜਾਂ ਮੈਂ ਕੋਈ ਪੁੰਨ ਕੀਤਾ ਪਿਛਲੇ ਦਿਨਾਂ 'ਚ ਸਿਆਣੇ ਕਹਿੰਦੇ ਹੁੰਦੇ ਆ ਵੀ ਰੱਬ ਸਿੱਧਾ ਨਹੀਂ ਆਉਂਦਾ ਜੀ ਤੇ ਮੇਰਾ ਰੱਬ ਸ਼ੁਭ ਰਾਹੀਂ ਆਇਆ ਰਿਲੈਕਸ ਜਦੋਂ ਮੇਰੇ ਦਿਮਾਗ ਨੂੰ ਵੀ ਨਹੀਂ ਪਤਾ ਸੀ ਸਾਡੇ ਖਾਨਦਾਨ ਨੂੰ ਵੀ ਨਹੀਂ ਪਤਾ ਸੀ ਤੇ ਸ਼ੁਭ ਫਿਰ ਪਰਮਾਤਮਾ ਨੇ ਖੜਾ ਕੀਤਾ ਐਸਾ ਨਾਈਸ ਪਰਸਨ ਮੇਰੀ ਜ਼ਿੰਦਗੀ 'ਚ ਭਤੀਜਾ ਮੇਰਾ ਦਿੱਤਾ ਵੀ ਉਹਨੇ ਮੇਰੇ ਸਾਰੇ ਦੁੱਖ ਦੂਰ ਕਰ ਦਿੱਤੇ ਜੀ ਸੋ ਹੁਣ ਜਦੋਂ ਦੁੱਖ ਦੂਰ ਹੀ ਹੋ ਗਏ ਆ ਹੈ ਨਾ ਜਦੋਂ ਵਿਰਾਗ ਹੁਣ ਉਹ ਕੋਈ ਚੀਜ਼ ਪੂਰੀ ਨਹੀਂ ਕਰ ਸਕਦਾ ਪਰ ਭਾਈ ਪਰ ਪਰਮਾਤਮਾ ਨੇ ਇੱਕ ਜਿਉਣ ਦੀ ਵੱਖਰੀ ਵਜ੍ਹਾ ਦੇ ਦਿੱਤੀ ਹੈ ਜੋ ਉਹਦੇ ਨਾਲ ਜੁੜੀ ਹੋਈ ਹੈ ਨਾ ਸੋ ਹੁਣ ਵਿਰਾਗ ਕਰਨ ਦਾ ਮੌਕਾ ਬਿਲਕੁਲ ਖਤਮ ਹੋ ਚੁੱਕਿਆ ਹੈ ਠੀਕ ਹੈ ਹੁਣ ਸਿਰਫ ਚਾਅ ਨੇ ਖੁਸ਼ੀਆਂ ਨੇ ਸ਼ਗਨਾਂ ਦਾ ਜਿਹੜਾ ਮਨਾਉਣ ਦਾ ਉਹ ਸਮਾਂ ਆ ਚੁੱਕਿਆ ਹੈ ਬਸ ਮੈਂ ਤਾਂ ਕਹਿੰਦੀ ਹਾਂ ਵੀ ਪੂਰੀ ਦੁਨੀਆ ਛੋਟੇ ਤੋਂ ਵੱਡੇ ਤੱਕ ਜਿਹੜੇ ਇਸ ਲੈਂਗੁਏਜ ਨੂੰ ਜਾਣਦੇ ਵੀ ਨਹੀਂ ਸੀ ਜੀ ਜਿਹੜੇ ਹੈ ਨਾ ਸ਼ੁਭ ਦੇ ਮਿਊਜ਼ਿਕ 'ਤੇ ਉਹ ਕਰਦੇ ਸੀ ਸਾਰਿਆਂ ਦੀ ਇਹ ਅਰਦਾਸ ਸੀ ਅਤੇ ਉਹ ਦੋ ਚਿਹਰੇ ਜਿਨ੍ਹਾਂ ਦੀ ਸਭ ਤੋਂ ਵੱਡੀ ਕੁਰਬਾਨੀ ਜਿਹੜੇ ਪਲ ਪਲ ਜਿਉਂਦੇ ਸੀ ਉਹਨਾਂ ਦੀ ਕੁਰਬਾਨੀ ਉਹ ਦੋ ਚੋਰੀ ਉਹਨਾਂ ਨੂੰ ਮੈਂ ਸਲਿਊਟ ਕਰਦੀ ਹਾਂ ਪਰਮਾਤਮਾ ਉਹਨਾਂ ਦੀ ਜ਼ਿੰਦਗੀ 'ਚ ਕੋਈ ਦੁੱਖ ਨਾ ਲਿਆਵੇ ਉਹਨਾਂ ਨੂੰ ਵਾਹਿਗੁਰੂ ਬਹੁਤ ਸਾਰੀਆਂ ਤੰਦਰੁਸਤੀਆਂ ਬਖਸ਼ੇ ਅਤੇ ਸਾਰਿਆਂ ਦੀ ਦੁਆ ਨਾ ਤੁਹਾਡੀ ਦੁਆ ਇਹਨਾਂ ਦੀ ਦੁਆ ਉਹਨਾਂ ਦੀ ਦੁਆ ਉਹਨਾਂ ਦੀ ਦੁਆ ਕਿਹਦੀ ਦੁਆ ਨਹੀਂ ਸੀ ਕਿਹਦੀ ਅਰਦਾਸ ਸੀ ਇਹ ਤਾਂ ਪੂਰੀ ਕਾਇਨਾਤ ਹੀ ਜਿੱਦਾਂ ਜੁੱਟ ਗਈ ਹੋਈ ਸੀ ਨਾ ਜੁੱਟ ਗਈ ਸੀ ਕਿ ਇਹ ਚੀਜ਼ ਨੂੰ ਮੁਕੰਮਲ ਕਰਾਉਣਾ ਕਿਉਂਕਿ ਹਰ ਜੀਵ ਜਦੋਂ ਕਹਿੰਦੀ ਸੀ ਬਾਈ ਸਿੱਧੂ ਆ ਜਾ ਬਾਈ ਸਿੱਧੂ ਆ ਜਾ ਫਿਰ ਉਹਨੂੰ ਮੰਨਣੀ ਪੈਣੀ ਸੀ ਮੈਂ ਦੇਖਿਆ ਸੋਸ਼ਲ ਮੀਡੀਆ ਭਰਿਆ ਪਿਆ ਸੀ ਝੋਟਾ ਆ ਗਿਆ 9/11 ਆ ਗਿਆ ਲੈਜੈਂਡ ਇਜ਼ ਬੈਕ ਸਿੱਧੂ ਮੂਸੇਵਾਲਾ ਇਜ਼ ਬੈਕ ਸੋ ਉਹ ਦੇਖ ਕੇ ਹੀ ਇੱਕ ਵੱਖਰਾ ਜਿਹਾ ਨਾ ਚਾਹ ਜਿਹਾ ਨਹੀਂ ਇੱਥੋਂ ਨਿਕਲਦਾ ਵੀ ਹਾਏ ਹੈ ਨਾ ਮੈਂ ਤਾਂ ਇਹ ਜ਼ਿੰਦਗੀ 'ਚ ਇਹ ਨਜ਼ਾਰਾ ਕਦੇ ਦੇਖਿਆ ਨਹੀਂ ਰਾਈਟ ਇਹ ਸੱਚੀ ਨਹੀਂ ਦੇਖਿਆ ਗਿਆ ਨਾ ਦੇਖਿਆ ਨਾ ਕਦੇ ਸੁਣਿਆ ਬਜ਼ੁਰਗਾਂ ਤੋਂ ਵੀ ਨਾ ਸੁਣਿਆ ਨਾ ਦੇਖਿਆ ਹਾਂ ਮਤਲਬ ਅਸੀਂ ਗੱਲ ਕਈ ਵਾਰ ਗੱਲ ਕਰਦੇ ਹੁੰਦੇ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਾਹਿਗੁਰੂ ਨੇ ਉਮਰ ਬਖਸ਼ੀ ਤੇ ਅਸੀਂ ਦੱਸਿਆ ਕਰਾਂਗੇ ਹੈ ਨਾ ਲੋਕ ਸਿੱਧੂ ਮੂਸੇਵਾਲੇ ਦੀ ਮਿਸਾਲ ਦਿਆ ਕਰਨਗੇ ਜੀ ਜੀ ਜੋ ਕਮਾ ਕੇ ਕਹਿੰਦੇ ਕਮਾਉਣਾ ਕੀ ਹੁੰਦਾ ਆਹ ਤਾਂ ਹੁੰਦਾ ਆਹੀ ਤਾਂ ਹੁੰਦਾ ਔਰ ਇਹ ਦੇਖ ਲਓ ਕਦੇ ਆਪਾਂ ਕੀ ਕਰਦੇ ਹਾਂ ਚਾਰ ਕੰਧਾਂ ਖੜੀਆਂ ਕਰਕੇ ਵੱਡੀ ਗੱਡੀ ਲੈ ਕੇ ਬਿਜ਼ਨਸ ਖੋਲ ਕੇ ਆਪਾਂ ਕਹਿੰਦੇ ਕਮਾ ਲਿਆ ਨਹੀਂ ਅਸਲ ਕਮਾਈ ਇਹ ਆ ਇਹ ਤੁਸੀਂ ਇਹ ਦੇਖ ਲਓ ਵੀ ਕਿੰਨਾ ਸਮਾਂ ਹੋ ਗਿਆ ਉਹ ਕੱਠ ਨਹੀਂ ਘਟਿਆ ਹਜੇ ਵੀ ਘਰ ਦੇ ਬਾਹਰਲਾ ਰਾਤ ਦੇਖਿਆ ਸੀ ਅਰੇ ਕਿਆ ਗੱਜ ਵੱਜ ਕੇ ਲੋਕਾਂ ਨੇ ਬੁਲਬੁਲੇ ਮੇਨ ਗੇਟ ਮੂਰੇ ਪਤਾ ਨਹੀਂ ਕਿੰਨਾ ਕੱਚਾ ਅਰੇ ਤੁਸੀਂ ਯਕੀਨ ਕਰਿਓ ਅੱਜ ਅਸੀਂ ਗਏ ਸੀ ਸਿਖਰ ਦੁਪਹਿਰੇ ਦਾ ਵਕਤ ਸੀਗਾ ਉਹ ਮੈਂ ਕਹਿੰਦੀ ਹਾਂ ਉੱਥੇ ਢੋਲ ਵੱਜ ਰਹੇ ਹੈ ਬੋਲੀਆਂ ਪੈ ਰਹੀਆਂ ਨੇ ਔਰ ਲੋਕੀ ਆ ਕੇ ਖੁਸ਼ ਹੋ ਕੇ ਬੋਲੀਆਂ ਪਾ ਕੇ ਜਾ ਰਹੇ ਨੇ ਸੋ ਇੰਨਾ ਦਿਲ ਨੂੰ ਸਕੂਨ ਮਿਲ ਰਿਹਾ ਸੀ ਕਹਿੰਦੇ ਜਦੋਂ ਦੀ ਦੁਨੀਆ ਸਾਜੀ ਹੈ ਹਾਂ ਵੀ ਮੈਂ ਕਹਾਣੀਆਂ ਵੀ ਸੁਣੀਆਂ ਚਾਚੇ ਤਾਇਆਂ ਤੋਂ ਨਾਨਿਆਂ ਤੋਂ ਦਾਦਿਆਂ ਤੋਂ ਪਰ ਮੈਂ
ਬਹੁਤ ਪਿਆਰਾ ਗੀਤ ਹੈ, ਪਤਾ ਨਹੀਂ ਇੱਦਾਂ ਸੁਣ ਕੇ ਲੱਗਦਾ ਸੱਚਾਈ ਪਤਾ ਨਹੀਂ ਸਾਡੀ ਬੋਲ ਰਿਹਾ ਕਿ ਆਪਣੇ ਦਿਲ ਤੋਂ ਹਾਂ ਸਾਡੀ ਗੱਲ ਕਰ ਰਿਹਾ ਹਾਂ। ਮੇਰੇ ਕੋਲ ਰਿਲੇਟੇਬਲ ਹੋਣਾ ਹੈ, ਮੇਰੇ ਕੋਲ ਸਾਰਾ ਕੁਝ ਹੈ, ਪਰ ਮੈਂ ਕਰਨਾ ਕਿਹਨੂੰ ਹੈ, ਕੋਈ ਆਪਣਾ ਨਹੀਂ ਦਿਸਦਾ ਹੈ ਨਾ, ਮੈਂ ਕਿਹਨੂੰ ਫੋਨ ਕਰਾਂ, ਉਹਦੀ ਵੀ ਸਾਰਾ ਕੁਝ ਹੁੰਦੇ ਹੋਏ ਵੀ ਮੈਂ ਅਰਦਾਸ ਹਾਂ। ਮੈਂ ਅੱਜ ਇੱਕ ਗੀਤ ਸੁਣ ਰਹੀ ਸੀ, ਉਹ ਚ ਕਹਿੰਦਾ ਵੀ ਮੈਂ ਮੈਨੂੰ ਨਹੀਂ ਪਤਾ, ਰੱਬ ਹੀ ਮੇਰੇ ਕੋਲੋਂ ਲਿਖਾਈ ਜਾਂਦਾ, ਤੇ ਮੈਂ ਸੋਚਦੀ ਹਾਂ ਇੱਕ ਇੱਕ ਕੱਲਾ ਕੱਲਾ ਸ਼ਬਦ ਸੁਣ ਲਓ ਕਿਸੇ ਵੀ ਗੀਤ ਦਾ, ਉਹ ਏਦਾਂ ਲੱਗਦਾ ਪਰਮਾਤਮਾ ਹੀ ਲਿਖਾ ਰਿਹਾ ਸੀ, ਉਹਨੂੰ ਕੀ ਪਤਾ ਕੀ ਹੋਣਾ ਕੱਲ ਨੂੰ, ਹੈ ਨਾ, ਕਿਸੇ ਨੇ ਬਾਹਾਂ 'ਚ ਟੈਟੂ ਖੁੰਡਵਾਣੇ ਨਹੀਂ ਖੁੰਡਵਾਣੇ, ਟਾਹਲੀਆਂ ਵਾਲੇ ਬੂਟੇ ਅੱਗੇ ਤੇਰੀ ਉਹ ਬਾਨੀ ਕਿ ਨਹੀਂ ਬਾਨੀ, ਹੈ ਨਾ, ਤੇ ਸਭ ਕੁਛ ਹੋ ਰਿਹਾ, ਸਭ ਕੁਛ ਸਭ ਕੁਛ ਹੋ ਰਿਹਾ। ਉਹ ਜਿਉਂਦਾ ਗਾਉਂਦਾ ਸੀ ਵੀ ਮੇਰੇ ਟੈਟੂ ਬਣਨ, ਟੈਟੂ ਬਣਨ, ਦੇਖ ਲਓ ਅੱਜ ਲੋਕਾਂ ਨੇ ਧੂਈਆਂ ਵੀ ਖੜਵਾ ਰੱਖੀਆਂ ਨੇ। ਬਿਲਕੁਲ, ਸੋ ਖੁਸ਼ੀ ਸੰਭਾਲਿਆ ਅੱਜ ਨਹੀਂ ਸਾਂਭੀ ਜਾ ਰਹੀ, ਹੈ ਨਾ, ਕਿਉਂਕਿ ਚਾਹ ਇਸ ਹੱਦ ਤੱਕ ਆ, ਕਿਉਂਕਿ ਬੜੀ ਲੰਬੀ ਰਾਤ ਤੋਂ ਬਾਅਦ ਸਵੇਰਾ ਚੜਿਆ, ਤੇ ਇਸ ਸਵੇਰੇ ਦੇ ਨਾਲ ਇਸ ਕਿਰਨ ਦੇ ਨਾਲ ਜਿਹੜਾ ਛੋਟੇ ਪੈਰੀ ਆਇਆ ਉਹਦੀ ਖੁਸ਼ੀ ਦੇ ਵਿੱਚ ਹੁਣ ਮਿਰਜ਼ਾ ਖੁਸ਼ੀ 'ਚ ਗਾਉਣਾ ਤੇ ਬੰਦ ਹੈ ਨੀ, ਬੰਦ ਤੇ ਪਲੀਜ਼ ਮੈਂ ਰਿਕੁਐਸਟ ਕਰਾਂਗੀ। ਮੈਂ ਸ਼ੁਭ ਨੂੰ ਪੁੱਛਿਆ ਵੀ ਮੈਂ ਕਿਹਾ ਸ਼ੁਭ ਤੂੰ ਮੇਰੇ ਮਿਰਜ਼ੇ 'ਚ ਐਸਾ ਕਿਤੇ, ਭੂਆ ਜੀ ਤੁਹਾਨੂੰ ਨਹੀਂ ਲੱਗਦਾ, ਅੱਛਾ ਪਤਾ ਤੁਸੀਂ ਉਹ ਉੱਤੋਂ ਮੁੜ ਕੇ, ਮੈਂ ਕਿਹਾ ਅੱਛਾ ਤੇ ਸਿਰਾ ਲਾ ਤਾ ਭੂਆ ਜੀ, ਮੈਂ ਕਿਹਾ ਉਦੋਂ ਨੌਲੇਜ ਹੀ ਨਹੀਂ ਹੁੰਦੀ ਸੀ ਸ਼ੁਭ, ਮੈਂ ਕਿਹਾ 22-23 ਸਾਲਾਂ ਦੀ ਸੀਗੀ, ਬਸ ਲੋਕ ਪਿਆਰ ਦੇਈ ਜਾਂਦੇ, ਮੈਂ ਕਿਹਾ ਜਿਵੇਂ ਜਿਵੇਂ ਪਿਆਰ ਦੇਈ ਜਾਂਦੇ ਮੈਨੂੰ ਕਿਹੜਾ ਸੁਰ ਕਲਾਮ ਦੀ ਅਕਲ ਸੀਗੀ, ਬਸ ਆਪਣੇ ਆਪ ਹੀ ਪਰਮਾਤਮਾ ਮੇਰੇ ਤੋਂ ਲਵਾ ਦਿੰਦਾ ਸੀ। ਪਰ ਤੁਹਾਨੂੰ ਨਹੀਂ ਲੱਗਦਾ ਕਿ ਉਦੋਂ ਲੋਕੀ ਪਿਆਰ ਜ਼ਰੂਰ ਕਰਦੇ ਸੀ, ਪਰ ਪਿਆਰ ਹੋਣ ਦੇ ਨਾਲ ਨਾਲ ਨਾ ਤਾਂ ਕਿਸੇ 'ਚ ਸਮਝ ਸੀ, ਨਾ ਆਲੇ ਦੁਆਲੇ ਦੇ ਲੋਕੀ ਕਦੀ ਇਹ ਚਾਹੁੰਦੇ ਹੋਣਗੇ ਵੀ ਹਾਂ ਇਸ ਸਮਝ ਨੂੰ ਅਸੀਂ ਹੋਰ ਹੌਸਲਾ ਅਫਜ਼ਾਈ ਕਰੀਏ, ਜੋ ਸਿੱਧੂ ਮੈਨੂੰ ਲੱਗਦਾ ਸਭ ਦੀ ਕਰਦਾ ਸੀ, ਸਭ ਦੀ ਕਰਦਾ ਸੀ। ਕਿੰਨੇ ਘਰ ਚੱਲ ਪਏ ਨੇ ਦੇਖੋ, 76 ਦੇ ਗਾਣੇ, ਇੱਕ ਮੈਨੂੰ ਉਹ ਵੀਡੀਓ ਬਹੁਤ ਪਸੰਦ ਆ ਵੀ ਬਾਹਰਲੀ ਸਟੇਜ ਤੇ ਗਾ ਰਿਹਾ ਜੀ, ਇੱਕ ਸੌਣ ਦਾ ਮਹੀਨਾ ਰੁੱਤ ਪਿਆ, ਹਾਂਜੀ ਮੈਂ ਉਹ ਝੂਮ ਝੂਮ ਕੇ ਗਾ ਰਿਹਾ, ਇੱਕ ਤਾਂ ਹਾਈਟ ਬਾਈ ਸੀ ਨਾ, ਮੈਂ ਕਿਹਾ ਵੀ ਮੈਨੂੰ ਗਾਣੇ ਨੂੰ ਛੱਡੋ, ਹੈ ਨਾ, ਮੈਂ ਗਾਣਾ, ਮੈਂ 76 ਜੀ ਬਹੁਤ ਤਕੜੇ ਸਿੰਗਰ ਸੀ, ਹੁਣ ਮੈਂ ਕਿਹਾ ਵੀ ਜਿਹੜਾ ਹਿੰਮਤ ਵੀ ਨੀ ਸੀ ਤੇ ਹੌਸਲਾ ਬਿਲਕੁਲ, ਬਟ ਨਹੀਂ ਸੱਚੀ ਬੜਿਆਂ ਨੂੰ ਰੋਜ਼ਗਾਰ ਉਹ ਇਨਸਾਨ ਦੇ ਕੇ ਗਿਆ, ਔਰ ਆਪਣੇ ਪੱਟ ਤੇ ਥਾਪੀ ਨਹੀਂ ਮਾਰਦਾ ਸੀ, ਬਾਕੀ ਨੂੰ ਵੀ ਜਿਗਰਾ ਦੇ ਕੇ ਗਿਆ ਇਸ ਗੱਲ ਦਾ, ਸੋ ਵਾਕਈ ਉਹਦੀ ਜਿੰਨੀ ਗੱਲਬਾਤ ਕੀਤੀ ਜਾਵੇ ਘੱਟ ਜਿਹੀ ਲੱਗਦੀ ਹੈ, ਹਨਾ, ਮਿਰਜ਼ਾ ਤੇ ਵਾਪਸ ਆਉਂਗੀ ਪਰ ਮੈਂ ਭੁੱਲਦੀ ਨਹੀਂ ਹਾਂ। ਹਾਂਜੀ, ਪਹਿਲਾਂ ਫਿਰ ਜਿਹੜਾ ਵੱਡੇ ਪੈਰੀ ਗਏ ਨਿੱਕੇ ਪੈਰੀ ਆ ਜਾਣ ਨੂੰ ਆਪਾਂ ਪੋਜ਼ਿਟਿਵ ਤਰੀਕੇ ਨਾਲ ਗਾ ਲਈਏ, ਓਕੇ, ਜੋੜੂੰਗੀ ਪੁੱਠਾ ਸਿੱਧਾ, ਅੱਛਾ ਠੀਕ। ਬਲਕਾਰ ਦਿਆ ਸ਼ੇਰਾਮ ਚਰਨ ਕਰ ਦਿਆ ਜਾਇਆ, ਬਲਕਾਰ ਦਿਆ ਸ਼ੇਰਾਮ ਚਰਨ ਕਰ ਦਿਆ ਜਾਇਆ, ਵੇ ਤੂੰ ਵੱਡੇ ਪੈਰ ਗਿਆ ਸੀ ਅੱਜ ਛੋਟੇ ਪੈਰੀ ਆਇਆ, ਵੇ ਤੂੰ ਵੱਡੇ ਪੈਰੀ ਗਿਆ ਸੀ ਅੱਜ ਛੋਟੇ ਪੈਰੀ ਆਇਆ, ਆ ਕੇ ਹਵੇਲੀ ਦਾ ਕੁੰਡਾ ਖੜਕਾਇਆ, ਬੁਝੇ ਹੋਏ ਚਰਾਗਾਂ ਨੂੰ ਆ ਕੇ ਰੁਸ਼ਨਾਇਆ, ਵੇ ਤੂੰ ਵੱਡੇ ਪੈਰੀ ਗਿਆ ਸੀ ਅੱਜ ਛੋਟੇ ਪੈਰੀ ਆਇਆ, ਜੀ ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਛੋਟੇ ਵੀਰ ਸ਼ੁਭਦੀਪ ਜੀ ਆਇਆ ਨੂੰ। ਅਰੇ ਅਰੇ ਕਿਆ ਬਾਤ ਹੈ, ਜੋ ਇਹ
ਆਵਾਜ਼ ਦੇ ਵਿੱਚ ਖਨਕ ਔਰ ਖੁਸ਼ੀ ਔਰ ਚਾਹ ਹੈ ਨਾ, ਉਹ ਅੱਜ ਵਾਕਿਆ ਦੇਖਣਾ ਬਣਦਾ ਹੈ। ਉਸ ਦੇ ਵਿੱਚ ਕਿਤੇ ਵੀ ਕੋਈ ਉਹ ਨਹੀਂ ਹੈਗਾ, ਹੈ ਨਾ, ਸੁੱਚਾਪਨ ਹੈ ਕਿ ਹੇ ਇਹ ਚਾਹ ਹੈਗਾ ਅੰਦਰੋਂ। ਅਤੇ ਮੈਨੂੰ ਲੱਗਦਾ ਕਿ ਇਹ ਹੁਣ ਵਾਕਈ ਉਹ ਪਰਿਵਾਰ ਵੀ ਡਿਜ਼ਰਵ ਕਰਦਾ ਤੇ ਉਹਨਾਂ ਦੇ ਪਰਿਵਾਰ ਨੂੰ ਚਾਹਣ ਵਾਲੇ ਵੀ ਸਾਰੇ। ਕਿਸੇ ਨੂੰ ਪਤਾ ਹੀ ਨਹੀਂ ਵੀ ਮੈਂ ਭਾਬੀ ਨਾਲ ਕਿੰਨੇ ਦੁੱਖ ਸੁੱਖ ਕਰਦੀ ਜੀ। ਤੁਹਾਨੂੰ ਔਰਤ ਵੀ ਜਦੋਂ ਅਸੀਂ ਬਹਿ ਜਾਂਦੇ ਹਾਂ ਘੰਟਾ ਘੰਟਾ ਡੇਢ ਡੇਢ ਘੰਟਾ, ਮੈਂ ਦਿਲ ਦੀ ਹਰ ਗੱਲ ਭਾਬੀ ਨਾਲ ਸਾਂਝੀ ਕਰਦੀ ਜੀ। ਮਨ ਹੌਲਾ ਕਰਦੇ ਹੋ? ਮਨ ਹੌਲਾ ਕਰਦੇ ਉਹ ਕਰਦੇ ਨੇ, ਉਹਨਾਂ ਨੂੰ ਰੱਬ ਨੇ ਬਣਾਇਆ ਹੀ ਏਦਾਂ ਦਾ ਹੈ ਨਾ। ਉਹ ਦੂਜਿਆਂ ਦਾ ਦੁੱਖ ਹੌਲਾ ਕਰਦੇ, ਉਹਨਾਂ ਨੂੰ ਰੱਬ ਨੇ ਸਟਰੋਂਗ ਹੀ ਇੰਨਾ ਬਣਾਇਆ। ਬਸ ਵੱਧ ਤੋਂ ਵੱਧ ਉਹ ਜੇ ਕਿਸੇ ਚੀਜ਼ 'ਤੇ ਉਹ ਨੇ ਉਹ ਸ਼ੁਭ ਨੂੰ ਯਾਦ ਕਰਦੇ ਪਲ ਪਲ। ਹੁਣ ਵੀ ਮੈਂ ਕਈ ਵਾਰ ਹੋਸਪਿਟਲ ਜਾਂਦੀ ਸੀ ਨਾ, ਅਤੇ ਬਸ ਐਂ ਚਿਹਰਾ ਕਰ ਲੈਂਦੇ ਸੀ ਸਿਰਾਣੇ ਤੋਂ, ਮੈਂ ਉਹਨੂੰ ਕਿਵੇਂ ਭੁੱਲ ਜਾਣਾ, ਮੈਂ ਉਹਨੂੰ ਕਿਵੇਂ ਭੁੱਲ ਜਾਣਾ। ਮੈਂ ਕੋਈ ਨਹੀਂ ਭਾਬੀ, ਜਦੋਂ ਨੇਕਾ ਸ਼ੁਭ ਆਊਗਾ, ਜਦੋਂ ਤੁਰੂਗਾ ਫਿਰੂਗਾ, ਹੈ ਨਾ, ਤੁਹਾਡੇ ਨਾਲ ਤੋਤੜੀਆਂ ਗੱਲਾਂ ਕਰੂਗਾ, ਤੁਸੀਂ ਇਹਨੂੰ ਖੜਾਓਗੇ, ਤੇ ਮੈਂ ਕਿਹਾ ਉਹ ਇਹਦੇ ਵਿੱਚ ਹੀ ਦਿਸੂਗਾ ਤੁਹਾਨੂੰ ਦਿਸੂਗਾ। ਕਹਿੰਦੇ ਆਪਾਂ ਨੂੰ ਕਹਿਣਾ ਸੌਖਾ। ਹਾਂ ਬਿਲਕੁਲ, ਆਪਾਂ ਸਿਰਫ ਆਪਾਂ ਨੂੰ ਐਂ ਹੁੰਦਾ ਵੀ ਜੇ ਸ਼ਾਇਦ ਕਹਿ ਦਈਏ ਤਾਂ ਸਾਹਮਣੇ ਦਾ ਦੁੱਖ ਘੱਟ ਜੇ, ਪਰ ਪਤਾ ਉਹਨਾਂ ਨੂੰ, ਮਾਂ ਨੂੰ ਪਤਾ ਹੁੰਦਾ ਵੈਸੇ ਵੀ ਰਿਸ਼ਤਾ ਹੀ ਇਹੋ ਜਿਹਾ ਨਾ, ਰਿਸ਼ਤਾ ਹੀ ਇਹੋ ਜਿਹਾ, ਮਾਂ ਬਾਪ ਦਾ ਰਿਸ਼ਤਾ ਨਾ ਜਿਹੜਾ ਪਰਮਾਤਮਾ ਨੇ ਅਸੀਂ ਸਭ ਬਣਾਇਆ। ਮੈਂ ਇੱਕ ਗੱਲ ਹੋਰ ਮੈਂ ਮਹਿਸੂਸ ਕੀਤੀ ਹੈ, ਮੈਂ ਓਬਜ਼ਰਵ ਕੀਤੀ ਹੈ ਬਈ, ਵੱਡੇ ਵੱਡੇ ਰੋਂਦੇ ਵੇਖਿਆ ਵੀਡੀਓਜ਼ ਦੇ ਵਿੱਚ, ਕਿਉਂਕਿ ਹਜੇ ਵੀ ਸੋਸ਼ਲ ਮੀਡੀਆ ਤੇ ਵੀਡੀਓਜ਼ ਵਾਇਰਲ ਹੋ ਰਹੀਆਂ। 80-80 ਸਾਲ ਦੇ ਬਜ਼ੁਰਗ, 85-85 ਸਾਲ ਦੀਆਂ ਮਾਤਾ। ਪਰ ਮੈਂ ਸ਼ੁਭਦੀਪ ਦੀ ਆਪਣੀ ਮੰਮੀ ਨੂੰ ਦਿਲ ਹੌਲਾ ਕਰਦੇ ਵੇਖਿਆ, ਅੱਖਾਂ 'ਚੋਂ ਹੰਝੂ ਡਿੱਗਦੇ ਵੇਖੇ ਨੇ, ਪਰ ਮੈਨੂੰ ਅੱਜ ਵੀ ਵੈਣ ਪਾਉਂਦੇ ਜਾਂ ਚੀਕ ਚਿਹਾੜਾ ਕਰਕੇ ਰੋਂਦੇ ਹੋਏ ਨਹੀਂ ਦੇਖਿਆ। ਬੜੇ ਸਟਰੋਂਗ ਹੈ ਨਾ ਅੰਦਰ ਉਹਨਾਂ ਦਾ ਰੋਂਦਾ। ਹਾਂ, ਬਸ ਇੱਕ ਜਦੋਂ ਹੰਝੂ ਦੋ ਤਿੰਨ ਡਿੱਗਦੇ ਆ ਮੈਨੂੰ ਪਤਾ ਹੁੰਦਾ ਵੀ ਹੁਣ ਬੇਤਿਹਾ ਦੁੱਖ ਹੈ, ਦੁੱਖ ਹੈ। ਪਰ ਵੀ ਇੱਡੇ ਸਮਝਦਾਰ ਮਾਂ ਬਾਪ ਸੀਗੇ, ਉਹਨਾਂ ਨੇ ਉਹਦੀ ਨਾਂ ਨੂੰ ਇੰਨਾ ਵੀ ਖਰਾਬ ਨਹੀਂ ਹੋਣ ਦਿੱਤਾ। ਹਾਂਜੀ, ਇੰਨਾ ਵੀ ਹੈ ਨਾ ਵੀ ਦੇਖੋ, ਐਡੇ ਸ਼ੇਰ ਪੁੱਤ ਦਾ ਜਿਹੜਾ ਧਰੂੰ ਤਾਰਾ ਸੀ ਉਹਦਾ ਵਿਯੋਗ ਵੀ ਸੀ, ਪਰ ਨਾਲ ਦੀ ਨਾਲ ਦਿਮਾਗ ਵੀ ਚੱਲ ਰਿਹਾ ਸੀ ਵੀ ਉਹਦਾ ਨਾਂ ਅਸੀਂ ਖਰਾਬ ਨਹੀਂ ਕਰਨਾ। ਬਿਲਕੁਲ, ਕੋਈ ਵੀ ਡੋਲ ਜਾਂਦਾ, ਕੋਈ ਵੀ ਡਲਾਉਣ ਵਾਲੇ ਵੀ ਆ ਜਾਂਦੇ ਨੇ ਹੈ ਨਾ, ਪਰ ਉਹ ਦੋਨੋਂ ਮੀਆਂ ਬੀਬੀ ਸੋਲਿਡ, ਉਹ ਜੋ ਸ਼ੁਭ ਚਾਹੁੰਦਾ ਸੀ ਉਹ ਚੀਜ਼ਾਂ ਬਣਾਉਣ 'ਚ ਜੁਟੇ ਹੋਏ। ਨਿੱਕੇ ਪੈਰੀ ਗਾਣਾ ਜਦੋਂ ਕਰ ਰਹੇ ਸੀ ਉਦੋਂ ਕੀ ਅਹਿਸਾਸ ਹੁੰਦੇ ਸੀ, ਜਦੋਂ ਗਾਣਾ ਪੜ੍ਹਦੇ ਸੀ ਡਬਿੰਗ ਕਰਦੇ ਸੀ? ਦੇਖੋ ਜੋ ਬਹੁਤੀਆਂ ਲਾਈਨਾਂ ਮੈਂ ਲਿਖ ਲਈਆਂ ਸੀ ਜਿਹੜੀਆਂ ਨਿੱਕੀਆਂ ਨਿੱਕੀਆਂ ਸੀ ਮਾਂ ਦੀ ਫੀਲਿੰਗ ਵਾਲੀਆਂ, ਅਤੇ ਡੱਬ ਵੀ ਹੋ ਗਿਆ ਸੀ ਗਾਣਾ, ਇਹ 3-4 ਮਹੀਨੇ ਲੇਟ ਵੀ ਹੋ ਗਿਆ ਕਿਉਂਕਿ ਉੱਧਰੋਂ 2-4 ਪ੍ਰੋਬਲਮਾਂ ਹੋ ਗਈਆਂ, ਵਿੱਚ ਸੀਜ਼ਨ ਆ ਗਿਆ, ਫਿਰ ਮੈਨੂੰ ਡਬਲ ਨਮੋਨੀਆ ਹੋ ਗਿਆ, ਵਿੱਚੋਂ ਲੱਭ ਬਿਮਾਰ ਹੋ ਗਿਆ, ਮਤਲਬ ਅਸੀਂ ਲੇਟ ਹੋ ਗਏ ਗਾਣਾ ਦੇਣ 'ਚ, ਨਹੀਂ 6 ਮਹੀਨੇ ਪਹਿਲਾਂ ਆ ਜਾਂਦਾ। ਅਤੇ ਬੱਬੂ ਬਰਾੜ ਤੁਸੀਂ ਸੁਣੇ, ਬਹੁਤ ਰਾਈਟਰ ਨੇ, ਅਤੇ ਮੈਂ ਉਹਨਾਂ ਕੋਲ ਬਹਿ ਗਈ, ਮੈਂ ਕਿਹਾ ਵੀ ਮੈਂ ਨਾ ਜਿਵੇਂ ਜਿਵੇਂ ਮੈਂ ਫੀਲਿੰਗ ਦੇ ਗਈ ਨਾ, ਮੈਂ ਕਿਹਾ ਵੀ ਮੈਂ ਵੀ ਜੀ ਐਂ ਲਿਖਾਉਣਾ ਚਾਹੁੰਦੀ ਹਾਂ ਵੀ ਦੇਖੋ ਬਾਪੂ ਦਾ ਕਿੱਡਾ ਜ਼ਿਕਰ ਆ, ਹੈ ਨਾ, ਵੀ ਹਾਲੇ ਵੀ ਕਾਨੂੰਨ ਨਾਲ ਲੜੇ ਡੋਲਿਆ ਨਹੀਂ, ਹੈ ਨਾ। ਉਹ ਕਹਿੰਦੇ ਭੈਣੇ ਬੈਠ 2 ਮਿੰਟਾਂ 'ਚ। ਅੱਛਾ, ਬੈਠ ਵੀ ਮੇਰੇ ਮੂੰਹ 'ਚੋਂ ਗੱਲ ਨਿਕਲਦੀ ਸੀ ਅਤੇ ਉਹਨਾਂ ਦੀ ਕਲਮ ਰਾਹੀਂ ਪਰੋਈ ਜਾਂਦੀ ਸੀ। ਕਿਆ ਬਾਤ, ਅਹਿਸਾਸ ਸੀ ਨਾ ਜਜ਼ਬਾਤ। ਇੱਕ ਹੋਰ ਦੇਖੋ ਵੀ ਸ਼ੁਭ ਪ੍ਰਤੀ ਸਾਰਿਆਂ ਦਾ ਪਿਆਰ, ਜੀ ਗੁਰੀ ਜਿਹੜੇ ਮਿਊਜ਼ਿਕ ਡਾਇਰੈਕਟਰ ਸੀਗੇ, ਕਿਸੇ ਨੇ ਕੋਈ ਪੈਸਾ ਨਹੀਂ ਲਿਆ। ਜਦੋਂ ਮੈਂ ਉਹਨਾਂ ਨਾਲ ਪੈਸਿਆਂ ਦੀ ਗੱਲ ਕੀਤੀ ਨਾ, ਮੈਂ ਕਿਹਾ ਵੀ ਕਿੰਨੇ ਪੈਸੇ, ਕਹਿੰਦੇ ਨਾ ਜੀ ਅਸੀਂ ਉਹਦੇ ਲਈ ਕਰ ਰਹੇ ਹਾਂ, ਇੰਨਾ ਹੀ ਬਹੁਤ ਆ। ਕਿਆ ਬਾਤ, ਇਹ ਕਮਾਈ ਉਹਨਾਂ ਦੀ? ਇਹ ਕਮਾਈ, ਇਹ ਕਮਾਈ, ਹੈ ਨਾ। ਸੱਚੀ ਮੈਂ ਖੁਦ ਅਸੀਂ ਮੀਆਂ ਬੀਬੀ ਨੇ ਪੁੱਛਿਆ ਵੀ ਕਿੰਨੇ ਪੈਸੇ, ਉਹਨਾਂ ਨੇ ਹੱਥ ਹੀ ਜੋੜ ਲਏ ਬੱਬੂ ਬਰਾੜ ਨੇ ਤੇ ਜੀ ਗੁਰੀ ਜੀ ਨੇ, ਕਹਿੰਦੇ ਨਾ ਜੀ ਇਹ ਸਾਡੇ ਲਈ ਤਾਂ ਸੁਭਾਗ ਹੈ ਵੀ ਅਸੀਂ ਸਿੱਧੂ ਲਈ ਕੁਛ ਕਰ ਰਹੇ ਹਾਂ, ਦੇਖੋ ਇੰਨਾ ਪਿਆਰ। ਪਰ ਸਿੱਧੂ ਦੀ ਮੈਨੂੰ ਇੱਕ ਗੱਲ ਬੜੀ ਯਾਦ ਆਉਂਦੀ ਆ ਕਿ ਕਹਿੰਦਾ ਵੀ ਮਰਨ ਤੋਂ ਬਾਅਦ ਕਦਰ ਪੈਂਦੀ ਹੈ, ਜਿਉਂਦੇ ਜੀ ਤੁਸੀਂ ਬੰਦੇ ਨੂੰ ਜੀਣ ਨਹੀਂ ਦਿੰਦੇ। ਮੈਂ ਅੱਜ ਇੱਕ ਗੀਤ ਸੁਣ ਰਹੀ ਸੀ, ਕਹਿੰਦਾ ਵੀ ਜਿਹੜੇ ਨਾਲ ਬਹਿ ਕੇ ਰੋਟੀ ਖਾਂਦੇ ਸੀ ਨਾ ਉਹੀ ਬਾਅਦ ਵਿੱਚ ਪੈਸੇ ਮੰਗਣ ਲਈ ਖੜੇ ਹੋ ਜਾਂਦੇ ਨੇ। ਸੋ ਇੱਦਾਂ ਦੀਆਂ ਬੜੀਆਂ ਸਾਰੀਆਂ ਗੱਲਾਂ ਚੇਤੇ ਆਉਂਦੀਆਂ। ਇਹ ਗੱਲ ਨਾਲ ਤਾਂ ਤੁਸੀਂ ਵੀ ਸਹਿਮ, ਜਦੋਂ ਔਖੇ ਵਕਤ ਹੈ, ਜਦੋਂ ਤੁਹਾਡਾ ਸਟਰਗਲ ਪੀਰੀਅਡ ਹੈ ਜਾਂ ਤੁਹਾਡੀ ਬਹੁਤੀ ਹੋਈ ਚੜ੍ਹਾਈ ਹੈ, ਹੈ ਨਾ, ਤੁਹਾਨੂੰ ਜਿਉਂਦਾ ਦੇਖਣਾ ਪਸੰਦ ਨਹੀਂ ਕਰਦਾ ਕੋਈ, ਲੇਕਿਨ ਜਦੋਂ ਤੁਸੀਂ ਤੁਰ ਜਾਂਦੇ ਹੋ ਫਿਰ ਉਹੀ ਸਭ ਤੋਂ ਪਹਿਲਾਂ ਆ ਕੇ, ਹੈ ਨਾ, ਸਟੇਟਸ ਪਾਉਣਗੇ, ਕਿਉਟਸ ਲਿਖਣਗੇ, ਦੱਸਣਗੇ ਵੀ ਅਸੀਂ ਕਿੰਨੇ ਔਖੇ ਹਾਂ, ਕਿੰਨੇ ਦੁਖੀ ਹਾਂ। ਤੁਹਾਡੀ ਸਮਝ ਕੀ ਕਹਿੰਦੀ ਹੈ ਜ਼ਿੰਦਗੀ ਨੂੰ ਲੈ ਕੇ? ਜ਼ਿੰਦਗੀ ਨੂੰ ਲੈ ਕੇ ਦੇਖੋ ਵੀ ਮੈਂ ਵੀ ਬਹੁਤ ਮਾੜਾ ਵਕਤ ਦੇਖ, ਹਾਂਜੀ, ਸਟਰਗਲ ਹਾਲੇ ਵੀ ਮੇਰੀ ਲਾਈਫ 'ਚ ਚੱਲ ਰਿਹਾ ਜੀ, ਇਹਨੇ ਵੀ ਸਟਰਗਲ ਮੇਰੀ ਲਾਈਫ 'ਚੋਂ ਚੱਲਿਆ ਗਿਆ, ਸਟਰਗਲ ਦੇ ਤਰੀਕੇ ਬਦਲ ਗਏ, ਬਦਲ ਗਏ, ਹੈ ਨਾ, ਅਤੇ
ਤੁਸੀਂ ਕੀ ਕਹਿਣਾ ਚਾਹੁੰਦੇ ਸੀ ਕਿ ਤੁਹਾਡੀ ਸਮਝ ਜ਼ਿੰਦਗੀ ਨੂੰ ਲੈ ਕੇ ਕੀ ਕਹਿੰਦੀ ਹੈ? ਰਿਸ਼ਤਿਆਂ ਦੇ ਜਿਹੜੇ ਤਾਣੇ ਬਾਣੇ ਹੈ, ਰਿਸ਼ਤਿਆਂ ਦੇ ਤਾਣੇ ਬਾਣੇ ਤਾਂ ਉਹ ਕਰਮਾਂ ਵਾਲੇ ਹੁੰਦੇ ਆ ਜੀ, ਜਿਹਨਾਂ ਕੋਲੇ ਮਾੜੇ ਵਕਤ 'ਚ ਰਿਸ਼ਤੇ ਬਚ ਜਾਂਦੇ ਆ ਜੀ, ਨਹੀਂ ਤਾਂ ਚੜ੍ਹਦੇ ਸੂਰਜ ਨੂੰ ਸਲਾਮਾਂ ਨੇ। ਜਿਨ੍ਹਾਂ ਦੇ ਕੋਲੇ ਮਾੜੇ ਵਕਤ 'ਚ ਜਿਹੜੇ ਜਿੰਨੇ ਕੁ ਰਿਸ਼ਤੇ ਬਚ ਗਏ ਜੀ, ਉਹਨਾਂ ਨੂੰ ਉਹ ਛੱਡਣ ਨਾ, ਕਿਉਂਕਿ ਸਭ ਤੋਂ ਵਧੀਆ ਦੋਸਤ ਉਹ ਨੇ। ਮੈਂ ਇੱਕ ਮਤਲਬ ਤੁਹਾਨੂੰ ਕਹਾਣੀ ਦੱਸਦੀ ਹਾਂ। ਮੁੰਡੇ ਦਾ ਜਨਮ ਦਿਨ ਤੇ ਯੰਗ ਸੀ ਮੁੰਡਾ, 20-21 ਸਾਲ ਦਾ, ਕਹਿੰਦਾ ਪਾਪਾ ਮੈਂ ਡਿਊਟੀ ਤੇ ਚੱਲਿਆ, ਮੇਰਾ ਜਨਮ ਦਿਨ ਹੈ ਤੇ ਮੇਰੇ ਸਾਰੇ ਦੋਸਤਾਂ ਨੂੰ ਬੁਲਾ ਲਿਓ। ਉਹ ਕਹਿੰਦਾ ਓਕੇ ਪੁੱਤ। ਜਦੋਂ ਮਤਲਬ ਸਾਰਾ ਘਰ ਸਜਾ ਲਿਆ, ਕੇਕ ਕੂਕ ਕੱਟ ਲਿਆ ਤੇ 4-5 ਮੁੰਡੇ ਮਤਲਬ ਆ ਗਏ, ਕਹਿੰਦਾ ਪਾਪਾ ਤੁਸੀਂ ਦੇਖੋ ਮੈਂ ਪਹਿਲੀ ਵਾਰ ਤੁਹਾਡੀ ਡਿਊਟੀ ਲਾਈ ਸੀ, ਹਨਾ ਤੁਸੀਂ ਕਿੰਨੀ ਗਲਤ ਗੱਲ ਕੀਤੀ। ਕਹਿੰਦੇ ਮੇਰਾ ਤਾਂ 100-150 ਦੋਸਤ ਹੈ ਤੇ ਬੁਲਾਏ ਤੁਸੀਂ 5 ਹੀ ਨੇ, ਮਤਲਬ ਉਹ ਗਲਤੀ ਕਰਤੀ ਨਾ ਵੀ ਤੁਸੀਂ ਖਰਚਾ ਕਰਨ ਤੋਂ ਡਰਦੇ ਸੀ। ਉਹ ਕਹਿੰਦੇ ਇੱਧਰ ਆ, ਕਹਿੰਦੇ ਮੈਂ ਤੇਰੇ 100 ਦੋਸਤਾਂ ਨੂੰ ਹੀ ਫੋਨ ਕੀਤਾ ਸੀ, 150 ਨੂੰ। ਕਹਿੰਦੇ ਇਹ ਕਿਵੇਂ ਹੋ ਸਕਦਾ ਵੀ ਉਹ ਮੇਰੀ ਪਾਰਟੀ 'ਚ ਨਾ ਆਉਣ? ਕਹਿੰਦੇ ਕਮਲਿਆ ਮੈਂ ਪਾਰਟੀ ਕਹਿ ਕੇ ਥੋੜ੍ਹੀ ਬੋਲਾ ਫੋਨ ਕੀਤਾ ਸੀ। ਕਹਿੰਦੇ ਮੈਂ ਐਂ ਫੋਨ ਕੀਤਾ ਸੀ ਵੀ ਤੁਹਾਡੇ ਦੋਸਤ 'ਤੇ ਬਹੁਤ ਵੱਡੀ ਵਿਪਤਾ ਹੈ, ਉਹਦੀ ਜਾਨ ਜਾਣ ਵਾਲੀ ਹੈ, ਉਹਨੂੰ ਪੈਸਾ ਚਾਹੀਦਾ ਅਤੇ ਬਹੁਤ ਵੱਡੀ ਵਿਪਤਾ ਹੈ, ਅਤੇ ਪਲੀਜ਼ ਤੁਸੀਂ 15 ਮਿੰਟਾਂ 'ਚ 20 ਮਿੰਟਾਂ 'ਚ ਅੱਧੇ ਘੰਟੇ 'ਚ ਘੰਟੇ 'ਚ ਵੀ ਪਹੁੰਚ ਜਾਓ। ਕਹਿੰਦੇ ਉਹ 150 ਦੋਸਤਾਂ 'ਚੋਂ ਆਹ 5 ਹੀ ਆਏ ਨੇ। ਇਹ ਦੇਖ ਲੈ, ਇਹ 5 ਹੀ ਨੇ ਹੁਣ ਤੇਰੇ, ਅਤੇ ਅਸਲ ਦੋਸਤ ਕਹਿੰਦੇ ਇਹ ਤੇਰੇ 5 ਹੀ ਨੇ। ਹਾਂ, ਮਾੜੇ ਵਕਤ 'ਚ ਜਿਹੜਾ ਤੁਹਾਡੇ ਨਾਲ ਖੜ ਗਿਆ ਉਹ ਤੁਹਾਡਾ ਦੋਸਤ, ਤੇ ਜਿਹੜੇ ਜਿਉਂਦੇ ਜੀ ਨੂੰ ਜੀਣ ਨਹੀਂ ਦਿੰਦੇ ਤੇ ਮਰਨ ਤੋਂ ਬਾਅਦ ਚ ਸਭ ਤੋਂ ਵੱਧ ਵਿਯੋਗ ਕਰਦੇ ਨੇ, ਵਿਲਾਪ ਕਰਦੇ ਨੇ, ਉਹਨਾਂ ਬਾਰੇ ਕੀ? ਉਹਨਾਂ ਨੂੰ ਅਕਾਲ ਪੁਰਖ ਦੇਖੋ, ਜਵਾਬ ਤਾਂ ਵੈਸੇ ਉਹੀ ਦਿੰਦਾ, ਇਹ ਤਾਂ ਸੱਚ ਹੈ, ਉਹੀ ਦਿੰਦਾ। ਮੈਂ ਅੱਖੀਂ ਵੇਖਿਆ ਸੀ ਜੀ, ਜਿਹੜੀ ਜਿਹਨੇ ਵੀ ਮਤਲਬ ਮੇਰੇ ਨਾਲ ਕੁਛ ਕੀਤਾ, ਮੈਂ ਕਹਿਣਾ ਨਹੀਂ ਚਾਹੁੰਦੀ, ਮੈਂ ਅੱਖੀਂ ਵੇਖਿਆ। ਮੈਂ ਨਾ ਪੜ੍ਹਦੀ ਹੁੰਦੀ ਹਾਂ ਕਈ ਵਾਰੀ, ਤੇ ਮੈਂ ਇੱਕ ਚੀਜ਼ ਬੜੀ ਵਧੀਆ ਪੜ੍ਹੀ, ਕਹਿੰਦੇ ਵੀ ਜੇ ਤੁਹਾਡੇ ਨਾਲ ਕੋਈ ਮਾੜਾ ਕਰਦਾ ਨਾ, ਤੁਸੀਂ ਵਾਪਸ ਮਾੜਾ ਨਹੀਂ ਕਰਨਾ, ਤੁਸੀਂ ਪਿੱਛੇ ਹਟ ਜਾਓ। ਫਿਰ ਤਾਂ ਉਹਨੇ ਗਨਾਹ ਕਰ ਆਪਾ ਹੋ। ਹਾਂ, ਤੁਸੀਂ ਪਿੱਛੇ ਹਟ ਜਾਓ, ਤੁਸੀਂ ਜਵਾਬ ਨਹੀਂ ਦੇਣਾ ਉਹਨੂੰ, ਉਹਦੀ ਜ਼ਬਾਨ ਦੇ ਵਿੱਚ ਜਦੋਂ ਅਕਾਲ ਪੁਰਖ ਜਵਾਬ ਦਿੰਦਾ ਨਾ, ਉਹਨੇ ਦੇਣਾ ਹੀ ਦੇਣਾ। ਤੁਸੀਂ ਖੁਸ਼ਕਿਸਮਤ ਹੁੰਦੇ ਹੋ ਜੀ, ਉਹ ਤੁਹਾਨੂੰ ਦੇਖਣ ਦਾ ਮੌਕਾ ਵੀ ਦਿੰਦਾ ਕਿ ਜੋ ਤੁਹਾਡੇ ਨਾਲ ਬੀਤੀ ਸੀ ਉਹਦੇ ਨਾਲ ਦੇਖ ਲਾ, ਉਹੀ ਸਮਾਂ ਖੜਾ ਹੈ ਅੱਜ, ਹੈ ਨਾ। ਇਹ ਚੀਜ਼ ਮੈਨੂੰ ਕਈ ਵਾਰ ਮੈਂ ਹਰਟ ਹੁੰਦੀ ਹਾਂ ਅਤੇ ਮੈਂ ਸੋਚਦੀ ਹਾਂ, ਫਿਰ ਮੈਂ ਕਹਿੰਦੀ ਨਹੀਂ ਆਹ ਚੀਜ਼ ਨਹੀਂ ਕਰਨੀ, ਖੁਸ਼ ਰਹਿ, ਵਕਤ ਵਾਪਿਸ ਰਿਵਰਸ ਗੇਅਰ ਆਊ, ਵਕਤ ਆਉਣਾ ਵੀ ਚਾਹੀਦਾ, ਆਉਣਾ ਵੀ ਚਾਹੀਦਾ। ਜੇ ਆਪਣੇ 'ਤੇ ਵਕਤ ਨਹੀਂ ਆਉਂਦਾ ਨਾ, ਤਾਂ ਸ਼ਾਇਦ ਆਪਾਂ ਜ਼ਿੰਦਗੀ 'ਚ ਸਮੇਂ ਦੀ, ਇਨਸਾਨਾਂ ਦੀ, ਦੋਸਤ ਮਿੱਤਰਾਂ ਦੀ, ਆਲੇ ਦੁਆਲੇ ਦੀ ਪਛਾਣ ਕਰ ਹੀ ਨਹੀਂ ਸਕਦੇ। ਬਿਲਕੁਲ ਬਿਲਕੁਲ ਸਹੀ। ਜਿਹੜੇ ਆਪਣੇ ਘਰ ਦੇ ਸਰਵੈਂਟ ਨੇ ਨਾ, ਤੁਸੀਂ ਉਹਨਾਂ ਨੂੰ ਇੱਕ ਵਾਰੀ ਇਹ ਕਹਿ ਕੇ ਦੇਖਿਓ ਵੀ ਐਤਕੀ ਸਾਡਾ ਹੱਥ ਤੰਗ ਹੈ, ਤੁਹਾਨੂੰ ਤਨਖਾਹ ਅਗਲੇ ਮਹੀਨੇ ਮਿਲੂ, ਤੇ ਉਹਨਾਂ ਦੇ ਨਾਲ ਦੀ ਨਾਲ ਹੀ ਆਏ ਹੋ ਜਾਣਾ। ਤੇ ਸਾਡੀ ਇੱਕ ਸਰਵੈਂਟ ਆ, ਉਹ 35 ਸਾਲ ਪਹਿਲਾਂ ਮਤਲਬ 30 ਸਾਲ ਹੋ ਗਏ ਕੰਮ ਕਰਦੇ ਸੀ, ਤੇ ਉਹਨੂੰ ਕਈ ਵਾਰ 5-5 ਮਹੀਨਿਆਂ ਦੀ ਉਹਨੇ ਤਨਖਾਹ ਲੈ ਜਾਣੀ, ਉਹਨਾਂ ਦੇ ਗੋਡੇ ਤੇ ਸੱਟ ਲੱਗ ਗਈ, ਹੁਣ ਉਹ ਕੰਮ ਨਹੀਂ ਕਰ ਸਕਦੇ ਤੇ ਹੁਣ ਬੈਠੇ ਨੇ, ਤੇ ਉਹ ਇੱਕ ਦਿਨ ਆ ਕੇ ਰੋਣ ਲੱਗ ਗਏ। ਮੈਂ ਕਿਹਾ ਵੀ ਤੁਸੀਂ ਰੋਂਦੇ ਕਿਉਂ? ਕਹਿੰਦੇ ਦੀਦੀ ਹੁਣ ਮੈਂ ਕੰਮ ਨਹੀਂ ਕਰ ਸਕਣਾ, ਹੈ ਨਾ, ਵੀ ਮੇਰੀ ਦਵਾਈ 'ਤੇ ਵੀ ਬਹੁਤ ਪੈਸੇ ਲੱਗਦੇ ਨੇ, ਮੇਰੇ ਬੱਚੇ ਕਹਿੰਦੇ ਵੀ ਤੈਨੂੰ ਅਸੀਂ ਰੋਟੀ ਦੇ ਸਕਦੇ ਹਾਂ, ਮੇਰੀ ਦਵਾਈ ਕਹਿੰਦੇ ਵਾਕਈ ਬਹੁਤ ਮਹਿੰਗੀ ਆਉਂਦੀ ਹੈ, ਉਹ ਵੀ ਵਿਚਾਰੇ ਥੋੜ੍ਹੀ ਥੋੜ੍ਹੀ ਜੋਬ ਕਰਦੇ ਨੇ। ਮੈਂ ਕਿਹਾ ਵੀ ਤੂੰ ਕਿੰਨੇ ਸਾਲ ਇਸ ਘਰ ਕੱਟੇ ਨੇ? ਕਹਿੰਦੇ 30 ਸਾਲ। ਮੈਂ ਕਿਹਾ ਬਸ ਤੂੰ ਸਵੇਰੇ ਆ ਜਾ ਕਰ, ਬਸ ਇਸ ਘਰ ਦਾ ਪਹਿਰਾ ਦੇਣਾ, ਜਿੰਨੀ ਤੂੰ ਪਹਿਲਾਂ ਤਨਖਾਹ ਲੈਂਦੀ ਸੀ ਇਹ ਤੇਰੀ ਪੈਨਸ਼ਨ ਤੈਨੂੰ ਮਿਲੂਗੀ ਮਿਲੂਗੀ। ਅਰੇ ਇਹ ਉਹਦੀ ਸੱਚਾਈ ਦਾ ਫਲ ਹੈ ਜੀ, ਇਹ ਉਹਦੀ ਵਫਾਦਾਰੀ ਦਾ ਮੁੱਲ ਹੈ ਜੀ। ਉਹਨੇ 30 ਵਰੇ ਸਾਡੇ ਨਾਲ ਵਫਾਦਾਰੀ ਕੀਤੀ ਤੇ ਅੱਜ ਉਹਦੀ ਵਫਾਦਾਰੀ ਦਾ ਮੁੱਲ ਫਿਰ ਮੈਂ ਕਿਵੇਂ ਭੁੱਲ ਜਾ? ਕਿਸੇ ਨਾਲ ਵਫਾਦਾਰੀ ਕਰਕੇ ਵੇਖੋ, ਕਿਸੇ ਨਾਲ ਤੁਰ ਕੇ ਵੇਖੋ ਸੱਚੇ ਦਿਲੋਂ। ਮੈਂ ਕਹਿੰਦੀ ਰੱਬ ਖੁਦ ਖੜਦਾ ਆ ਕੇ। ਬਿਲਕੁਲ, ਲੇਕਿਨ ਤੁਸੀਂ ਫਿਰ ਜਿਹੜੀਆਂ ਗੱਲਾਂ ਕਰ ਰਹੇ ਹੋ ਬੜੀ ਜਜ਼ਬਾਤੀ ਵਾਲੀਆਂ ਗੱਲਾਂ ਨੇ, ਤੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਇਹੋ ਜਿਹੇ ਲੋਕਾਂ ਦੀ ਥਾਂ ਸਮਾਜ 'ਚ ਥੋੜ੍ਹੀ ਘੱਟ ਹੈ। ਜਿੱਦਾਂ ਸਿੱਧੂ ਕਹਿੰਦੇ ਸੀ ਥੋੜ੍ਹਾ ਬਦਲੋ, ਹੈ ਹੀ ਨਹੀਂ, ਹੈ ਨਹੀਂ, ਥੋੜ੍ਹੀ ਘੱਟ ਨਹੀਂ, ਫਿਰ ਨੁਕਸਾਨ ਨਹੀਂ ਹੁੰਦਾ ਤੁਹਾਨੂੰ ਇੰਨਾ? ਨਹੀਂ, ਹੋਣ ਦਿਓ। ਲੇਖ ਆਪਾਂ ਕਿਹਨੂੰ ਦੇਣਾ? ਉਹਨੂੰ, ਉੱਪਰ ਵਾਲੇ ਨੂੰ, ਉਹਨੂੰ ਦੇਣਾ ਜੀ। ਲੇਖ ਆਪਾਂ ਦੁਨੀਆਂ ਨੂੰ ਥੋੜ੍ਹੀ ਦੇਣਾ। ਜਿੱਦਣ ਆਪਾਂ ਮਿੱਟੀ ਹੋ ਗਏ ਨਾ, ਤੇ ਸੰਸਕਾਰ ਤੇ ਬਹੁਤ ਇੱਕ 2-4 ਲੋਕ ਹੀ ਰੋਂਦੇ ਨੇ, ਤੇ ਘੜੀਆਂ ਹੀ ਦੇਖੀ ਜਾਂਦੇ ਹੁੰਦੇ ਲੋਕ, ਯਾਰ ਮੇਰੀ ਦੁਕਾਨ ਮੈਂ ਖੋਲਣੀ ਆ ਜਾ ਕੇ, ਹਨਾ ਯਾਰ ਮੈਂ ਦੁਕਾਨ ਤੇ ਨੌਕਰ ਛੱਡ ਕੇ ਆਇਆ। ਉਹਨੂੰ ਮੱਚਦੇ ਨੂੰ ਦੇਖ ਕੇ ਲੋਕ ਸਿੱਖਿਆ ਨਹੀਂ ਲੈਂਦੇ, ਨਹੀਂ ਵੀ ਇਸ ਜਗ੍ਹਾ ਤੇ ਮੈਂ ਵੀ ਆਉਣਾ। ਬਿਲਕੁਲ, ਜਿਸ ਦਿਨ ਆਪਾਂ ਉਸ ਇਨਸਾਨ ਨੂੰ ਮੱਚਦੇ ਨੂੰ ਚੀਖਾ ਮੱਚਦੀ ਨੂੰ ਦੇਖ ਕੇ ਸਿੱਖਿਆ ਲੈਣੀ ਸ਼ੁਰੂ ਕਰਤੀ, ਉਦਣ ਸਿਵਿਆਂ 'ਚ ਕੋਈ ਜਲਦੀ ਨਹੀਂ ਭੱਜੂਗਾ, ਕੋਈ ਆਪਦੀ ਦੁਕਾਨ ਤੇ ਜਾ ਕੇ ਭੱਜ ਕੇ ਜਾ ਕੇ ਕੰਮ ਕਰਨ ਦੀ ਕੋਸ਼ਿਸ਼ ਨਹੀਂ ਕਰੂਗਾ। ਉਸ ਦਿਨ ਉਹ ਬਹਿ ਕੇ ਇਹ ਸੋਚੂਗਾ ਵੀ ਸਮਾਂ ਜੇ ਉਹ ਤੇ ਆਏ ਮੇਰੇ ਤੇ ਵੀ ਆ ਸਕਦਾ। ਸੋਚ, ਪਰ ਗੱਲ ਤਾਂ ਸਾਰੀ ਫਿਰ ਸੋਚ ਸਮਝਦੀ ਹੈ ਨਾ,
ਕੋਈ ਕੁਛ ਵੀ ਸੋਚੀ ਜਾਂਦਾ ਹੈ ਮੇਰੇ ਬਾਰੇ ਬਹੁਤ ਕੁਛ ਕਹਿੰਦੇ ਆ ਮੈਂ ਇੰਟਰਵਿਊ ਸੁਣ ਵੀ ਲੈਂਦੀ ਹਾਂ ਪਰ ਮੈਂ ਸ਼ਿਕਾਇਤ ਨਹੀਂ ਕਰਦੀ ਮੈਂ ਕਿਹਾ ਉਹਦੀ ਸੋਚ ਹੈ ਮੈਂ ਉਹਦੀ ਸੋਚ ਮੁਤਾਬਕ ਮੈਂ ਆਪਦੀ ਸੋਚ ਥੋੜ੍ਹੀ ਬਦਲੂੰਗੀ ਇਹ ਤਾਂ ਹੋ ਸਕਦਾ ਕਿਸੇ ਨੂੰ ਕਿਸੇ ਦੀ ਨਿੰਦਿਆ ਕਰਕੇ ਖੁਰਾਕ ਮਿਲਦੀ ਹੋਵੇ ਸ਼ਾਂਤੀ ਮਿਲਦੀ ਹੋਵੇ ਤੇ ਬਾਣੀ 'ਚ ਲਿਖਿਆ ਵੀ ਨਿੰਦਕ ਸਿਰ ਭਾਰ ਹੁੰਦਾ ਬਿਲਕੁਲ ਹੈ ਨਾ ਤੇ ਜਿੰਨੀ ਨਿੰਦਿਆ ਕੋਈ ਆਪਣੀ ਮੈਲ ਧੋਊਗਾ ਤੁਸੀਂ ਯਾਦ ਰੱਖਿਓ ਜੀ ਤੁਸੀਂ ਓਨੀ ਪ੍ਰੋਗਰੈਸ ਕਰਨੀ ਮੈਂ ਕਹਾਵਤ ਪਹਿਲਾਂ ਇੱਕ ਦਿਨ ਗੁੜ ਦੀ ਦਿੱਤੀ ਸੀ ਮੰਨ ਲਓ ਆਪਾਂ ਨੂੰ ਗੋਭੀ ਪਸੰਦ ਨਹੀਂ ਆਪਾਂ ਗੋਭੀ ਵੀ ਬਣਾ ਕੇ ਮੂਹਰੇ ਰੱਖ ਲਈ ਅਤੇ ਆਪਾਂ ਨੂੰ ਪਨੀਰ ਭੁਰਜੀ ਪਸੰਦ ਹੈ ਹੈ ਨਾ ਜਾਂ ਚਟਨੀ ਪਸੰਦ ਆ ਆਪਾਂ ਦੋਨੇ ਚੀਜ਼ਾਂ ਧਰ ਲਈਆਂ ਤੁਸੀਂ ਬਾਰ ਬਾਰ ਗੋਭੀ ਦੀ ਸਬਜ਼ੀ ਨੂੰ ਗਾਲਾਂ ਦੇ ਰਹੇ ਹੋ ਗੋਭੀ ਦੀ ਸਬਜ਼ੀ ਕਿਉਂ ਚੁੱਪ ਹੈ ਵੀ ਭਾਈ ਤੂੰ ਹੀ ਖਰੀਦ ਕੇ ਲਿਆਇਆ ਸੀ ਤੂੰ ਹੀ ਮੈਨੂੰ ਬਣਾਈ ਆ ਹਨਾ ਜੇ ਤੁਹਾਨੂੰ ਗੋਭੀ ਨਹੀਂ ਪਸੰਦ ਪਹਿਲੀ ਗੱਲ ਤਾਂ ਉਹਨੂੰ ਘਰੇ ਨਾ ਫਾੜੋ ਖਰੀਦੋ ਹੀ ਨਾ ਆਪਦੇ ਪੈਸੇ ਵੇਸਟ ਕਿਉਂ ਕਰਦੇ ਹੋ ਫਿਰ ਉਹਨੂੰ ਬਣਾਉਂਦੇ ਕਿਉਂ ਹਨਾ ਜੇ ਤੁਹਾਨੂੰ ਉਹ ਚਟਨੀ ਪਸੰਦ ਆ ਉਹਦਾ ਸ਼ੁਕਰੀਆ ਅਦਾ ਕਰੋ ਉਹ ਖਾਓ ਜਿਹੜੇ ਲੋਕ ਆਪਣੀ ਨਿੰਦਿਆ ਕਰਦੇ ਆ ਨਾ ਇਹਦਾ ਮਤਲਬ ਉਹਨਾਂ ਨੂੰ ਆਪਣੇ ਤੇ ਜੈਲਸ ਹੈ ਆਪਾਂ ਕੁਛ ਹੈਗੇ ਆ ਜੀ ਹਾਲੇ ਵੀ ਆਪਾਂ ਉਹਨਾਂ ਲਈ ਬਰਡਨ ਬਣੇ ਹੋਏ ਆ ਹਾਲੇ ਵੀ ਬਹੁਤ ਕੁਛ ਲੋਕ ਕਹਿੰਦੇ ਆ ਅਸੀਂ ਫਲਾਉਣਾ ਮਾੜਾ ਉਹ ਧਿਮਕਾ ਮਾੜਾ ਜੇ ਆ ਜਾ ਤੁਸੀਂ ਕਹਿੰਦੇ ਹੋ ਜੀ ਅਸੀਂ ਤਾਂ ਉਹੀ ਸੀ ਸੱਚੇ ਪਾਤਸ਼ਾਹ ਵੀ ਉਹ ਤਾਂ ਮਰ ਕੇ ਲੇਖਾ ਤਾਂ ਉਹਨੂੰ ਦੇਣਾ ਜਿਹੜੇ ਚਿੱਤਰ ਗੁਪਤ ਆਪਣੇ ਇੱਥੇ ਬੈਠੇ ਨਾ ਉਹ ਲਿਖ ਰਹੇ ਆ ਉਹ ਲਿਖ ਰਹੇ ਨੇ ਹਾਂ ਦੁਨੀਆ ਤਾਂ ਅੱਜ ਮਰੇ ਆਪਾਂ ਘੰਟੇ ਬਾਅਦ ਭੁੱਲ ਜਾਂਦੀ ਇਹ ਜਿਹੜੀ ਗੱਡੀ ਖੜੀ ਕੀਤੀ ਆ ਫੋਰਚੂਨਰ ਚਲਾ ਵੀ ਲੈਂਦੇ ਹੋ ਜਾਂ ਸਿਰਫ ਇੰਨਾ ਕੋਈ ਬਦਲਾਅ ਹੋਇਆ ਕਿ ਲੈ ਕੇ ਰੱਖ ਲਈ ਹੈ ਨਾ ਇਹ ਜਸ਼ਨ ਦੇ ਪਾਪਾ ਚਲਾਉਂਦੇ ਨੇ ਤੁਸੀਂ ਨਹੀਂ ਚਲਾਉਂਦੇ ਨਹੀਂ ਮੈਂ ਇੱਕ ਮੈਂ ਪਹਿਲਾਂ ਸਾਈਕਲ ਚਲਾ ਲੈਂਦੀ ਸੀਗੀ ਤੇ ਇੱਕ ਵਾਰੀ ਬ੍ਰਦਰ ਦਾ ਵੱਡੇ ਬ੍ਰਦਰ ਦਾ ਮਾਸੀ ਦਾ ਬੇਟਾ ਉਹਦਾ ਸਕੂਟਰ ਸੀ ਤੇ ਮੈਂ ਥੋੜਾ ਬਹੁਤ ਚਲਾਉਣਾ ਸਿੱਖ ਗਈ ਜੀ ਹਨਾ ਕਾਫੀ ਚਲਾਉਣਾ ਸਿੱਖ ਗਈ ਉਦੋਂ ਪਿੰਡ ਸੀਗੇ ਤੇ ਭੈਣ ਜੀ ਤੁਰ ਪਈ ਹਵਾ ਚ ਤੇ ਅੱਗੋਂ ਬੱਕਰੀ ਆ ਗਈ ਤੁਹਾਨੂੰ ਪਤਾ ਪਿੰਡਾਂ ਚ ਬੱਕਰੀ ਜੀ ਜੀ ਤੇ ਬੱਕਰੀ ਬੱਜੀ ਮੈਂ ਉੱਥੇ ਡਿੱਗ ਪਈ ਐਟ ਏ ਟਾਈਮ ਮੈਂ ਆ ਗਈ ਮਤਲਬ ਮੈਨੂੰ ਕੋਈ ਨਹੀਂ ਪਤਾ ਲੱਗਿਆ ਉੱਥੇ ਸ਼ਰਮ ਵੀ ਬੜੀ ਆਉਂਦੀ ਹੁੰਦੀ ਸੀ ਆਲਾ ਦਾਲਾ ਜਾਂ ਦੇਖਿਆ ਵੀ ਕੋਈ ਦੇਖ ਤਾਂ ਨਹੀਂ ਰਿਹਾ ਤੇ ਤਿੱਖੜ ਦੁਪਹਿਰਾ ਸੀਗਾ ਕਿਸੇ ਨੇ ਨਹੀਂ ਦੇਖਿਆ ਤੇ ਮੈਂ ਆਉਂਦੀ ਸਾਡੇ ਆਰ ਐਮ ਪੀ ਡਾਕਟਰ ਸੀਗੇ ਮੇਰੀ ਮਤਲਬ ਆਹ ਪੈਰ 'ਤੇ ਝਰੀਟਾਈਆਂ ਲੱਗ ਗਈਆਂ ਅਤੇ ਉਹਨੇ ਆਰ ਐਮ ਪੀ ਦਾ ਨੁਕਸ ਦੇਖੋ ਵੀ ਉਹਨੇ ਡਸਟ ਨਹੀਂ ਸਾਫ਼ ਕੀਤੇ ਅੱਛਾ ਉਸ ਡਸਟ ਨਾਲ ਹੀ ਬੈਂਡਿਸ ਇਨਫੈਕਸ਼ਨ ਹੋ ਗਿਆ ਹੈ ਅਤੇ ਮੈਂ ਘਰੇ ਆ ਗਈ ਮੈਂ ਰੋਣ ਲੱਗ ਗਈ ਅਤੇ ਮਾਮਾ ਕਹਿੰਦੇ ਜਦੋਂ ਡਿੱਗੀ ਸੀ ਉਦੋਂ ਤਾਂ ਰੋਈ ਨਹੀਂ ਹੁਣ ਘਰੇ ਆ ਕੇ ਰੋਣ ਲੱਗ ਗਈ ਮੈਂ ਕਿਹਾ ਨਹੀਂ ਮੇਰੇ ਹੁਣ ਬਹੁਤ ਦਰਦ ਹੁੰਦਾ ਅਤੇ ਰਾਤੇ ਰਾਤ ਇੰਨੀ ਇਨਫੈਕਸ਼ਨ ਵੱਧ ਗਈ ਜੀ ਮੈਂ 6 ਮਹੀਨੇ ਬੈੱਡ 'ਤੇ ਰਹੀ ਅੱਛਾ ਛੇ ਲਾਪਰਵਾਹੀ ਕਰਕੇ ਇੱਕ ਲਾਪਰਵਾਹੀ ਕਰਕੇ ਅਤੇ ਉਸ ਤੋਂ ਬਾਅਦ ਤੌਬਾ ਗੱਡੀਆਂ ਤੌਬਾ ਸਕੂਟਰ ਪਰ ਨਹੀਂ ਯਾਰ ਇਹ ਪਲੀਜ਼ ਜੇ ਤੁਸੀਂ ਥੋੜ੍ਹੀ ਜਿਹੀ ਪਰਵਾਹ ਕਰਕੇ ਉਹ 60 ਦਿਨਾਂ 'ਚ ਠੀਕ ਕਰ ਦਿੰਦੇ ਤਾਂ ਸ਼ਾਇਦ ਕੋਸ਼ਿਸ਼ ਦੁਬਾਰਾ ਕੀਤੀ ਜਾ ਸਕਦੀ ਸੀ ਨਾ ਨਹੀਂ ਇੱਕ ਤਾਂ ਮੈਨੂੰ ਪਾਣੀ ਤੋਂ ਬਹੁਤ ਡਰ ਲੱਗਦਾ ਮੈਨੂੰ ਲਿਫਟ ਤੋਂ ਬਹੁਤ ਡਰ ਲੱਗਦਾ ਮੈਨੂੰ ਵੀ ਪਾਣੀ ਤੋਂ ਬਹੁਤ ਲੱਗਦਾ ਅੱਛਾ ਤੁਹਾਨੂੰ ਲਿਫਟ ਤੋਂ ਵੀ ਡਰ ਲੱਗਦਾ ਬਹੁਤ ਮੈਨੂੰ ਐਂ ਹੁੰਦਾ ਜੇ ਵਿਚਾਲੇ ਖੜ ਗਈ ਬਕੇਰੋ ਬਾਹਰੋਂ ਕਿਸੇ ਨੇ ਆਵਾਜ਼ ਸੁਣਨੀ ਹਾਂ ਤੇ ਇੱਕ ਮੈਨੂੰ ਲਾਈਟ ਬੰਦ ਤੋਂ ਵੀ ਬਹੁਤ ਡਰ ਲੱਗਦਾ ਤਾਂ ਤੁਸੀਂ ਫਿਰ ਰੂਮ ਦੇ ਵਿੱਚ ਥੋੜੀ ਬਹੁਤ ਲਾਈਟ ਜਲਾ ਕੇ ਸੋਨੇ ਹੋ ਮੰਨ ਲਓ ਮੈਂ ਨਿੱਕੇ ਘਰੇ ਸੌਂਦੀ ਹਾਂ ਤੇ ਮੈਂ ਬਰਾਂਡੇ ਦੀ ਲਾਈਟ ਜਲਾ ਕੇ ਰੋਸ਼ਨੀ ਆਉਂਦੀ ਰਹੇ ਕੁਛ ਕੁ ਜ਼ਿੰਦਗੀਆਂ ਕੁਛ ਕੁ ਡਰ ਹੁੰਦੇ ਆ ਹਰ ਇਨਸਾਨ ਦੀ ਜ਼ਿੰਦਗੀ 'ਚ ਕਮਰੇ ਦੀ ਦਾ ਕਮਰੇ ਦਾ ਹਨੇਰਾ ਤਾਂ ਬਾਹਰਲਾ ਬਲਬ ਜਲਾ ਕੇ ਰੋਸ਼ਨ ਕਰ ਲੈਂਦੇ ਹੋ ਅਸਲ ਜ਼ਿੰਦਗੀ ਦਾ ਹਨੇਰਾ ਕਿੰਨਾ ਕੁ ਕਾਫੀ ਖਤਮ ਹੋਇਆ ਤੇ ਕਿੰਨਾ ਕੁ ਬਚਿਆ ਹੋਇਆ ਬਹੁਤ ਹਨੇਰਾ ਬਚਿਆ ਹੋਇਆ ਬਹੁਤ ਹਨੇਰਾ ਬਚਿਆ ਹੋਇਆ ਕੀ ਜ਼ਰੀਆ ਉਹਦੀ ਰੋਸ਼ਨੀ ਦਾ ਹੁਣ ਕੀ ਸੋਚਦੇ ਹੋ ਕੋਈ ਜ਼ਰੀਆ ਨਹੀਂ ਕਲਯੁਗ ਦਾ ਨਜ਼ਾਰਾ ਦੇਖਿਆ ਤੇ ਉਸ ਜ਼ਿੰਦਗੀ ਦੇ ਹਨੇਰੇ ਦੇ ਵਿੱਚ ਜਿਹੜੀ ਰੋਸ਼ਨੀ ਹੈ ਹੈਨਾ ਉਹ ਕਿੱਦਾਂ ਵੇਖਦੇ ਹੋ ਉਹ ਰੋਸ਼ਨੀ ਮੈਂ ਐਂ ਵੇਖਦੀ ਹਾਂ ਜਦੋਂ ਮੇਰੀ ਬੇਟੀ ਦਿਨ 'ਚ 3 ਵਾਰੀ ਫੋਨ ਕਰਦੀ ਜੀ ਮੇਰੀ ਵੱਡੀ ਸਿਸਟਰ ਟੱਚ ਪੁੱਟ ਉਹ ਮੇਰੀ ਮਾਂ ਹੋਵੇ ਅਗਲੇ ਜਨਮ 'ਚ ਕੀ ਬਾਤ ਜੀ ਇੱਕ ਮੇਰੀ ਭਾਬੀ ਜੀ ਮੇਰੀ ਬੇਟੀ ਜ਼ਿੰਦਗੀ 'ਚ ਠੰਡੇ ਛਿੱਟੇ ਮਿਲਦੇ ਰਹਿਣ ਇਹਨੇ ਮੇਰੇ ਨਾਲ ਕਿਸੇ ਨੇ ਧੋਖਾ ਨਹੀਂ ਕੀਤਾ ਇਸ ਗੱਲੋਂ ਮੈਂ ਬੜੀ ਭੋਲੀ ਜੀ ਮੈਨੂੰ ਕੋਈ ਵੀ ਆ ਕੇ ਗੱਲਾਂ 'ਚ ਗੁੰਮਰਾਹ ਕਰ ਸਕਦਾ ਕੋਈ ਵੀ ਬਹੁਤ ਵਾਰੀ ਗੁੰਮਰਾਹ ਹੋਈ ਹੈ ਇੱਕ ਮੈਨੂੰ ਝੂਠ ਤੋਂ ਬਹੁਤ ਨਫ਼ਰਤ ਆ ਜੀ ਮੈਂ ਆਪਦੇ ਹਸਬੈਂਡ ਨੂੰ ਵੀ ਕਹਿ ਦਿੰਦੀ ਹੁੰਦੀ ਹਾਂ ਵੀ ਇੱਕ ਝੂਠ ਨੂੰ ਲੁਕਾਉਣ ਲਈ ਫਿਰ ਆਪਾਂ ਹਜ਼ਾਰਾਂ ਝੂਠ ਬੋਲਦੇ ਹਾਂ ਬਿਲਕੁਲ ਹੈ ਨਾ ਹਜ਼ਾਰ ਬੋਲਣ ਨਾਲੋਂ ਗੱਲਾਂ ਗਰ ਬਣਨ ਨਾਲੋਂ ਵੀ ਪਹਿਲਾਂ ਸੱਚ ਦੱਸ ਦਿਓ ਉਹ ਅੱਧਾ ਘੰਟਾ ਕੁ ਮੰਨ ਲਓ ਮੈਨੂੰ ਅੱਧਾ ਘੰਟਾ ਬੁਰਾ ਲੱਗੂ
ਮੈਨੂੰ ਘੰਟਾ ਬੁਰਾ ਲੱਗੂ, ਮੈਨੂੰ ਇੱਕ ਦਿਨ ਬੁਰਾ ਲੱਗੂ, ਮੈਨੂੰ ਇੱਕ ਵੀਕ ਬੁਰਾ ਲੱਗੂਗਾ, ਆਪਣਾ ਰਿਸ਼ਤਾ ਉਹ ਟੁੱਟ ਤਾਂ ਸਕਦਾ ਨਹੀਂ ਜੀ, ਹਨਾ, ਨਾ ਤੁਹਾਡੇ ਦਿਮਾਗ ਤੇ ਬੋਝ ਰਹੂ ਨਾ ਮੇਰੇ ਦਿਮਾਗ ਤੇ ਬੋਝ ਰਹੂ। ਮੇਰੀ ਬੇਟੀ ਇਸ ਕੋਲੋਂ ਬੜੀ ਉਹ ਆ, ਉਹਨੇ ਕਿਤੇ ਜਾਣਾ, ਕਿਸੇ ਦੋਸਤ ਨਾਲ ਜਾਣਾ, ਕਿਤੇ ਰੋਟੀ ਖਾਣ ਜਾਣਾ, ਮੇਰਾ ਫੋਨ ਭਰਿਆ ਪਿਆ, ਮੰਮਾ ਅੱਜ ਮੈਂ ਇੱਥੇ ਜਾ ਰਿਹਾ, ਮੰਮਾ ਮੈਂ, ਮੇਰੀ ਗੱਲ ਤੇ ਉਹਨੂੰ ਐਡਾ ਅਮਲ ਆ। ਤੇ ਬਸ ਮੈਂ ਇਹ ਕਹਿੰਦੀ ਹੁੰਦੀ ਹਾਂ ਵੀ ਜਦੋਂ ਪੈਸੇ ਆ ਜਾਂਦੇ ਆ, ਜਦੋਂ ਸਾਰਾ ਕੁਛ ਸੌਖਾ ਹੋ ਜਾਂਦਾ, ਉਦੋਂ ਸਾਰੇ ਸਿਆਣੇ ਹੋ ਜਾਂਦੇ। ਹਾਂ ਇਹ ਤਾਂ ਹੈ ਹੀ ਹੈ, ਇਹ ਤਾਂ ਕਲਯੁਗ ਦਾ ਦਸਤੂਰ ਬਣ ਗਿਆ ਨਾ ਹੁਣ। ਉਹ ਦੋ ਤਿੰਨ ਕੈਮਰਾਮੈਨ ਨੇ, ਮੰਨ ਲਓ ਆਪਣੀ ਇੰਟਰਵਿਊ ਕੱਲ ਨੂੰ ਸੁਪਰ ਡੁਪਰ ਹਿੱਟ ਹੋ ਜੇ, ਤੇ ਮੈਂ ਕਹਾਂ ਜੀ ਜਸਵਿੰਦਰ ਬਰਾੜ ਦੀ ਇੰਟਰਵਿਊ ਹਿੱਟ ਹੋ ਜੇ। ਜਿਨ੍ਹਾਂ ਦਾ ਯੋਗਦਾਨ ਹੈ, ਜਿਨ੍ਹਾਂ ਨੇ ਪੂਰਾ ਦਿਮਾਗ ਲੜਾਇਆ ਵੀ ਆਹ ਜ਼ਿੰਦਗੀ 'ਚ ਸਾਰੀਆਂ ਚੀਜ਼ਾਂ ਦਾ ਆਹ ਕਰਨਾ ਹੈ, ਅਤੇ ਉਦੋਂ ਤੁਹਾਨੂੰ ਬਹੁਤ ਤਕਲੀਫ ਹੋਊਗੀ। ਪਰ ਆਪਾਂ ਤਕਲੀਫ ਲੈ ਹਿੱਟ ਹੋਣ 'ਤੇ ਕਹਿੰਦੇ ਬਗਾਨਿਆਂ ਦੀ ਨਹੀਂ ਹੁੰਦੀ, ਤੁਸੀਂ ਗਾਣਾ ਸੁਣਿਆ ਸੱਜਣਾ ਨੇ ਫੁੱਲ ਮਾਰਿਆ, ਸਾਡੇ ਪੀੜ ਹੇਜ਼ਰਾਂ ਤੱਕ ਹੋਈ ਜੀ। ਕਹਿੰਦੇ ਕੋਈ ਦੋਸਤ ਸੀਗਾ, ਉਹ ਦੂਜੇ ਦਿਨ ਆ ਗਿਆ ਦੋਸਤ ਕੋਲ, ਕਹਿੰਦਾ ਯਾਰ ਤੂੰ ਮੇਰੇ ਨਾਲ ਨਾਰਾਜ਼ ਕਿਉਂ ਹੈ ਜੀ? ਕਹਿੰਦਾ ਲੋਕਾਂ ਨੇ ਵੱਟੇ ਮਾਰੇ, ਕਹਿੰਦਾ ਮੈਂ ਤਾਂ ਤੇਰੇ ਫੁੱਲ ਹੀ ਮਾਰਿਆ ਸੀ। ਬਿਲਕੁਲ, ਕਹਿੰਦਾ ਲੋਕ ਭਾਵੇਂ ਤੇਰੇ ਵੱਟੇ ਮਾਰੀ ਜਾਂਦੇ ਸੀ, ਪਰ ਮੈਂ ਤੇਰੇ ਫੁੱਲ ਮਾਰਿਆ। ਕਹਿੰਦਾ ਉਸੇ ਫੁੱਲ ਦੀ ਤਕਲੀਫ ਪੱਥਰਾਂ ਨਾਲ ਜ਼ਿਆਦਾ ਹੋਈ। ਕਹਿੰਦਾ ਵਾਹੇ ਕਿਉਂ? ਕਹਿੰਦਾ ਦੁਨੀਆਂ ਨਾਲ ਤੂੰ ਖੜਤਾ ਗਿਆ ਨਾ, ਮੇਰੇ ਵੱਲ ਤਾਂ ਨਾ ਖੜਿਆ, ਮੇਰੇ ਵੱਲ ਤਾਂ ਨਹੀਂ ਖੜਾ, ਤੂੰ ਦੁਨੀਆਂ ਵੱਲ ਹੀ ਸੀ ਜੀ, ਦਿਮਾਗ ਉਧਰ ਲਈ ਸੀ ਹਨਾ। ਵੀ ਜਦੋਂ ਰਿਸ਼ਤੇ ਆਪਣੇ ਨਾਲ ਨਹੀਂ ਨਾ ਖੜਦੇ, ਉਦੋਂ ਤਕਲੀਫ ਹੁੰਦੀ ਹੈ, ਉਦੋਂ ਤਕਲੀਫ ਬਹੁਤ ਹੁੰਦੀ ਆ ਜੀ। ਮੈਨੂੰ ਪਤਾ ਤੁਹਾਡੀ ਜ਼ਿੰਦਗੀ ਜਿਹਨਾਂ ਰਸਤਿਆਂ ਚੋਂ ਨਿਕਲ ਕੇ ਤੁਸੀਂ ਇੱਥੋਂ ਤੱਕ ਪਹੁੰਚੇ ਹੋ, ਸੋ ਇਹ ਪੈਰ ਪੈਰ ਤੇ ਚੀਜ਼ਾਂ ਜਰੀਆਂ ਨੇ, ਉਹੀ ਬਾਹਰ ਆ ਰਹੀਆਂ ਨੇ ਹੈਨਾ। ਪਰ ਉਹੀ ਕਹਿੰਦੇ ਵੀ ਸਮਾਂ ਹੀ ਸਿਖਾਉਂਦਾ, ਕਈ ਵਾਰ ਸਮਾਂ ਸਿਖਾਉਂਦਾ ਹੀ ਬੜਾ ਸਮਾਂ ਲਾ ਜਾਂਦਾ, ਉਹੀ ਹੋ ਜਾਂਦਾ ਬਸ। ਕਈ ਵਾਰ ਤਾਂ ਮੈਂ ਇੰਨੀ ਹੈਰਾਨ ਹੋ ਜਾਂਦੀ ਹਾਂ ਵੀ ਜਦੋਂ ਉਹ ਟਾਈਮ ਸੀ, ਮੰਨ ਲਓ ਤੁਸੀਂ ਹੋ, ਮੈਂ ਕਿਹਾ ਕਾਮਿਆ ਤੂੰ ਬਹੁਤ ਸਿਆਣੀ ਆ, ਮੈਨੂੰ ਰਹਿ ਦੇ। ਕਾਮਿਆ ਤੂੰ ਬਹੁਤ ਸਿਆਣੀ, ਤੂੰ ਮੈਨੂੰ ਰਹਿ ਦੇ, 10-15 ਸਾਲ ਜ਼ਿੰਦਗੀ ਤੇ ਆਈ ਨਾ ਕਿਸਾਨ, ਕਾਮਿਆ ਮੈਨੂੰ ਅੱਗੇ ਵਧਾਉਣ 'ਚ ਲੱਗੀ ਰਹੇ, ਵੀ ਇਹ ਮੇਰੀ ਵੱਡੀ ਭੈਣ ਹੈ, ਮੈਂ ਇਹਨੂੰ ਅੱਗੇ ਵਧਾਵਾਂ ਵਧਾਵਾਂ ਵਧਾਵਾਂ, ਇੱਕ ਦਿਨ ਮੈਂ ਇੰਨੀ ਵੱਧ ਜਾਂ, ਖਰਬਾਂ ਰੁਪਈਏ ਆ ਜਾਣ। ਅਤੇ ਕਾਮਿਆਂ ਨੂੰ ਕਾਫੀ ਮਹੀਨਿਆਂ ਬਾਅਦ ਪਤਾ ਲੱਗੇ ਵੀ ਜਸਵਿੰਦਰ ਦੀਦੀ ਨੇ ਤਾਂ ਆਹ ਕੰਮ ਕਰ ਲਿਆ, ਅਤੇ ਤੁਸੀਂ ਸ਼ਿਕਾਇਤ ਕਰੋ ਰੋ ਕੇ ਵੀ ਤੂੰ ਮੈਨੂੰ ਦੱਸਿਆ ਕਿਉਂ ਨਹੀਂ, ਅਤੇ ਮੈਂ ਅੱਗੋਂ ਕਹਾਂ ਮੈਨੂੰ ਤਾਂ ਫਲਾਣੇ ਨੇ ਕਿਹਾ ਸੀ ਵੀ ਦੱਸਣਾ ਨਹੀਂ। ਉਹ ਚੁੱਭਣ ਜਿਹੜੀ ਆ, ਮੈਨੂੰ ਲੱਗਦਾ ਉਹ ਮਰਦੇ ਦਮ ਤੱਕ, ਪਰ ਮੈਂ ਦੂਜੀ ਵਾਰ ਤਾਂ ਬੋਲਦੀ ਨਹੀਂ ਹੁੰਦੀ, ਨਹੀਂ ਸ਼ਿਕਾਇਤਾਂ ਨਹੀਂ ਕਰਦੇ, ਨਾ ਲੜਦੇ ਹੋ, ਬਸ ਅਗਲੇ ਨੇ ਆਪਦਾ ਅੰਦਰਲਾ ਕੀ ਹੈ ਇੱਕ ਮਿੰਟ ਚ ਦੱਸਤਾ, ਉਦੋਂ ਬਾਅਦ ਜੇ ਆਪਾਂ ਖੈਬੜੇ ਜਾਵਾਂਗੇ ਤੇ ਆਪਾਂ ਬੇਵਕੂਫ ਆ। ਬਿਲਕੁਲ, ਤੇ ਬੇਵਕੂਫ ਕਦੇ ਨਾ ਬਣੋ, ਹਾਂ ਸਿਆਣੇ ਬਣਨਾ ਵੀ ਚਾਹੀਦਾ। ਪਿਛਲੇ 5-6 ਮਹੀਨਿਆਂ ਚ, ਅਗਸਤ ਸਤੰਬਰ ਪਿਛਲੇ ਸਾਲ ਦਾ, ਉਹ 2 ਮਹੀਨਿਆਂ ਤੋਂ ਮੈਂ ਬੜੀ ਸਿੱਖਿਆ ਲਈ। ਅੱਛਾ ਜੀ, ਮੰਨ ਲਓ ਤੁਸੀਂ ਮੇਰੇ ਕੋਲ ਆ ਗਏ ਵੀ ਫਲਾਣਾ ਤੁਹਾਡੇ ਬਾਰੇ ਐਂ ਕਹਿ ਰਿਹਾ, ਮੈਂ ਮੁਰੂ ਜਾ ਦਿੱਤਾ, ਅੱਛਾ ਉਹ ਮੇਰੇ ਬਾਰੇ ਐਂ ਕਿਉਂ ਕਹਿ ਰਿਹਾ, ਕਿਉਂ ਪਤਾ ਨੀ, ਉਹ ਤੁਹਾਡੇ ਬਾਰੇ ਐਂ ਕਹਿ ਰਿਹਾ ਹਨਾ। ਤੇ ਜੇ ਮੈਂ ਕਹਾਂ ਵੀ ਕਾਮਿਆਂ ਨੂੰ ਨਾ ਬੁਲਾਇਓ, ਬਹੁਤ ਮਾੜੀ, ਜਾਂ ਤੁਸੀਂ ਕਹੋ ਵੀ ਜਸਵਿੰਦਰ ਨੂੰ ਨਾ ਬੁਲਾਇਓ, ਉਹ ਤਾਂ ਬਹੁਤ ਮਾੜੀ ਆ, ਉਹਨੂੰ ਤਾਂ ਅਸੀਂ ਫਲਾਣੀ ਥਾਂ ਦੇਖਿਆ, ਉਹਨੂੰ ਤਾਂ ਅਸੀਂ ਧਮਕੀ ਥਾਂ ਦੇਖਿਆ, ਸਾਡੇ ਪੇਰੈਂਟਸ ਵੀ ਸਾਨੂੰ ਮਨਾ ਕਰਦੇ ਆ, ਫਿਰ ਉਹੀ ਬੰਦੇ ਰਲ ਕੇ ਇੱਕ ਭੋਲੇ ਪੰਛੀ ਨੂੰ ਬਦਨਾਮ ਕਰ ਦੇਣ। ਅੱਜ ਉਹ 6-7 ਜਣੇ ਇਕੱਠੇ ਨੇ ਜਿਨ੍ਹਾਂ ਨੇ ਇੱਕ ਦੂਜੇ ਦੀਆਂ ਚੁਗਲੀਆਂ ਮੇਰੇ ਕੋਲ ਕੀਤੀਆਂ ਜੀ, ਵੀ ਫਲਾਣਾ ਬੰਦਾ ਆਇਆ, ਧਮਕਾ ਆਇਆ, ਉਹ ਆਇਆ ਹਨਾ। ਤੇ ਉਦੋਂ ਮੈਨੂੰ ਫੀਲ ਹੋਇਆ ਤੇ ਮੈਂ ਸੋਚਿਆ ਵੀ ਵਾਕਈ ਉਹ ਟਾਈਮ ਆ ਗਿਆ ਵੀ ਇੱਕ ਵਾਰੀ ਨਾ ਸੱਚ ਨਹਾਉਣ ਵੜ ਗਿਆ। ਅੱਛਾ, ਉਹ ਕਹਾਣੀ ਤੁਸੀਂ ਸੁਣੀ ਹੋਣੀ ਜੀ ਜੀ, ਸੱਚ ਨਹਾਉਣ ਵੜ ਗਿਆ ਤੇ ਝੂਠ ਆ ਕੇ ਫਟਾਫਟ ਸੱਚ ਦੇ ਕੱਪੜੇ ਪਾਏ ਹਨਾ। ਝੂਠ ਨੂੰ ਸਾਰੀ ਦੁਨੀਆਂ ਦਾ ਗੇੜਾ ਦੇ ਰਿਹਾ ਅੱਜ ਝੂਠ, ਤੇ ਜਿਹੜਾ ਸੱਚ ਆ ਅੱਜ ਵੀ ਵਿਲਕਦਾ ਫਿਰਦਾ ਵੀ ਮੈਂ ਸੱਚ ਆ ਸੱਚ ਆ। ਉਹੀ ਗੱਲ ਆ ਗਈ ਨਾ, ਕਲਯੁਗ ਵਾਲੀ ਗੱਲ ਆ, ਪਰ ਫਿਰ ਗੱਲ ਉੱਥੇ ਆ ਜਾਂਦੀ, ਤੁਸੀਂ ਗੱਲ ਕੀਤੀ ਵੀ 5-6 ਜਣੇ ਜਿਹੜੇ ਹੈ ਨਾ, ਪਰ ਅਕਾਲ ਪੁਰਖ ਦੇਖੋ ਵੀ ਜਸਵਿੰਦਰ ਬਰਾੜ ਕਿੱਥੇ ਆ ਤੇ ਉਹ 5-6 ਜਣੇ ਕਿੱਥੇ ਨੇ, ਹੈ ਤਾਂ ਦੋਨੇ ਕਿੱਥੇ ਹੀ ਆ, ਜਸਵਿੰਦਰ ਬਰਾੜ ਕਿੱਥੇ ਆ ਹੈ ਨਾ, ਦੇਖੋ ਕਿੱਦਾਂ ਦੁਬਾਰਾ ਕੰਮ ਬੈਕ ਕੀਤਾ ਜੋ ਕਿ ਇੱਕ ਇੱਕ ਕਲਾਕਾਰ ਲਈ ਬਹੁਤ ਮੁਸ਼ਕਿਲ ਹੈ, ਪਰ ਉਹ ਫਿਰ 5-6 ਜਣੇ ਕਿੱਥੇ ਨੇ,
ਕਿੱਥੇ ਨੇ? ਉਹ ਉੱਥੇ ਹੀ ਨੇ, ਉਹੀ ਕਰ ਰਹੇ ਨੇ ਅੱਜ ਵੀ, ਪਰ ਤੁਸੀਂ ਆਪਣੀ ਕਲਾ ਦੇ ਨਾਲ ਕਿੱਥੇ ਪਹੁੰਚ ਗਏ? ਉਹ ਅਕਾਲ ਪੁਰਖ ਇੱਕ ਜਗ੍ਹਾ ਤਾਂ ਦਿਖਾਈ ਦਿੰਦਾ ਇੱਕ ਸਮੇਂ ਤੋਂ ਬਾਅਦ, ਹੈ ਨਾ? ਮੈਂ ਉਹ ਮੈਂ ਪਹਿਲਾਂ ਵੀ ਇੱਕ ਇੰਟਰਵਿਊ 'ਚ ਗਿਆ ਸੀ ਵੀ ਫਿਰ ਮੈਂ ਦਿਲ ਦਾ ਗੇਟ ਬੰਦ ਕਰ ਲੈਂਦੀ ਹੁੰਦੀ ਹਾਂ ਜੀ, ਮੈਂ ਵਾਰ ਵਾਰ ਭਿੜਦੀ ਨਹੀਂ ਉਸ ਇਨਸਾਨ ਨਾਲ, ਹੈ ਨਾ, ਵੀ ਸਮਾਂ ਆਉਣ ਦੇ, ਆਪਣੇ ਆਪ ਪਤਾ ਲੱਗ ਜਾਊ ਗਲਤ ਕੌਣ ਹੈ ਸਹੀ ਕਿਉਂ। ਹਾਲਾਂਕਿ ਮੇਰੇ ਕੋਲ ਸਾਰਾ ਕੁਛ ਪਿਆ, ਮੈਂ ਉਹਨਾਂ ਛੀਆਂ ਸੱਤਾਂ ਨੂੰ ਬਿਠਾ ਕੇ ਦਿਖਾ ਸਕਦੇ ਹਾਂ ਜੀ ਵੀ ਦੇਖੋ ਜੀ ਕਿਹੜਾ ਗਲਤ ਆ, ਪਰ ਮੈਂ ਕਹਿੰਦੀ ਮੈਂ ਕਿਉਂ ਦਿਖਾਵਾਂ, ਖੁਦ ਪਤਾ ਲੱਗੇ, ਕਰਮਾ ਕਰੂਗਾ ਆਪੇ ਹੀ, ਹੈ ਨਾ। ਜਦੋਂ ਖੁਦ ਪਤਾ ਲੱਗੂ ਫਿਰ ਮੈਂ ਉਹ ਸਾਰੇ ਸਬੂਤ ਦਿਖਾਊਂ ਵੀ ਆਹ ਪਿਆ ਸਾਰਾ ਕੁਛ। ਕਿਆ ਬਾਤ ਹੈ, ਉਹ ਵੀ ਸਮਾਂ ਸ਼ਾਇਦ ਜਲਦ ਆਊਗਾ, ਹੈ ਨਾ। ਥੈਂਕ ਯੂ, ਬਿਲਕੁਲ ਆਉਣਾ ਚਾਹੀਦਾ, ਰਾਈਟ। ਪਰ ਮੈਨੂੰ ਇਹ ਗੱਲ ਦੱਸੋ, ਹੁਣ ਸੁਪਨਾ ਕੀ ਹੈ ਤੁਹਾਡਾ? ਸਿੱਧੂ ਦਾ ਕੋਈ ਇਹੋ ਜਿਹਾ ਸੁਪਨਾ ਜਿਹੜਾ ਤੁਸੀਂ ਜਿਉਣਾ, ਜਾਂ ਸਿੱਧੂ ਦੀ ਇਹੋ ਜਿਹੀ ਕੋਈ ਨਸੀਹਤ ਹੈ ਜਿਹੜੀ ਤੁਸੀਂ ਜਿਉਣੀ ਹੈ, ਜਾਂ ਖੁਦ ਦਾ ਕੋਈ ਸੁਪਨਾ? ਇੱਕ ਵਾਰੀ ਮੈਨੂੰ ਉਹਨੇ ਕਿਹਾ ਸੀ ਵੀ ਭੂਆ ਜੀ ਤੁਹਾਡੇ ਬਹੁਤ ਸੋਹਣੇ ਲੇਖ ਆ। ਹਾਂਜੀ, ਇੱਕ ਵਾਰੀ ਅਫਸਾਨਾ ਦੇ ਬ੍ਰਦਰ ਦਾ ਵਿਆਹ ਸੀ, ਅਸੀਂ ਸਾਰੇ ਗਏ ਸੀ ਜੀ, ਸ਼ੁਭ ਵੀ ਗਿਆ ਸੀਗਾ, ਬੜਿੰਗ ਸਾਹਿਬ ਰਾਜਾ ਬੜਿੰਗ ਸਾਹਿਬ ਵੀ ਗਏ ਸੀ, ਕਾਫੀ ਮਤਲਬ ਲੋਕ ਗਏ ਸੀ, ਮੇਰੇ ਹਸਬੈਂਡ ਤੇ ਮੈਂ, ਤੇ ਮੈਂ ਉਹ ਸਾਰੇ ਕਹਿੰਦੇ ਵੀ ਇੱਕ ਇੱਕ ਹਾਜ਼ਰੀ ਲਾਓ, ਤੇ ਮੈਂ ਗਾ ਰਹੀ ਸੀ ਤੇ ਕਹਿੰਦੇ ਫੁੱਫੜ ਜੀ ਮੇਰੀ ਭੂਆ ਯੂਨੀਵਰਸਲ ਆ। ਅਰੇ ਕਿਆ ਬਾਤ ਹੈ, ਹੈ ਨਾ। ਤੇ ਮੈਂ ਚਾਹੁੰਦੀ ਹਾਂ ਵੀ ਕਿਉਂਕਿ ਮੈਂ ਹੁਣ ਦੁਬਾਰਾ ਸ਼ੁਰੂ ਤੋਂ ਦੁਬਾਰਾ ਜ਼ੀਰੋ ਤੋਂ ਸ਼ੁਰੂ ਹੋਈ ਹਾਂ, ਹੈ ਨਾ, ਤੇ ਹਾਲੇ ਮੈਨੂੰ ਲੱਗਦਾ ਵੀ ਮੈਂ ਬਹੁਤ, ਮਹਾਰਾਜ ਮੇਰੇ ਸਿਰ ਤੇ ਹੱਥ ਰੱਖੇ, ਹਿੰਮਤ ਦੇਵੇ, ਤੰਦਰੁਸਤੀ ਦੇਵੇ, ਮੈਂ ਹਾਲੇ ਬਹੁਤ ਕੁਛ ਕਰਨਾ ਚਾਹੁੰਦੀ। ਮੇਨ ਮੇਰੇ ਦੋ ਸੁਪਨੇ ਨੇ ਹਾਂਜੀ ਜਿਹੜੇ ਮੈਂ ਕਰਨਾ ਚਾਹੁੰਦੀ ਸੀ, ਵਿੱਚ ਵਕਤ ਐਸਾ ਆ ਗਿਆ ਹਾਂਜੀ ਵੀ ਮੈਂ ਨਹੀਂ ਕਰ ਸਕੀ, ਤੇ ਹੁਣ ਮੈਨੂੰ ਮਹਾਰਾਜ ਮੌਕਾ ਦੇਵੇ ਸੱਚੇ ਪਾਤਸ਼ਾਹ। ਇੱਕ ਤਾਂ ਮੈਂ ਧਰਮਸ਼ਾਲਾ ਬਣਾਉਣੀ ਆ। ਅੱਛਾ ਜੀ, ਇਹ ਨਹੀਂ ਵੀ ਦੋ ਤਿੰਨ ਕਮਰਿਆਂ ਦੀ ਛੋਟੀਆਂ ਜਿਹੀਆਂ ਦੀ ਬਣਾ ਦਾਂ ਜੀ, ਖੁੱਲੀ ਜਗ੍ਹਾ ਲੈਣ ਲਈ ਵਾਹਿਗੁਰੂ ਮੈਨੂੰ ਉਨਾ ਕੁ ਦੇਵੇ, ਤੇ ਘੱਟ ਤੋਂ ਘੱਟ 1000 ਗਜ਼ ਦੀ ਤਾਂ ਹੋਵੇ ਜੀ। ਅੱਛਾ, ਐਡਾ ਵੱਡੇ ਲੈਵਲ ਤੇ ਪ੍ਰੋਜੈਕਟ? ਹਾਂ, ਪ੍ਰੋਜੈਕਟ ਜਗ੍ਹਾ ਹੋਵੇ ਜਿਹਦੇ ਚ ਮੈਂ ਰੂਮ ਪਾ ਦਾਂ, ਗਰੀਬ ਲੋਕ ਆ ਕੇ ਆਪਦੀ ਬੇਟੀ ਦਾ ਵਿਆਹ ਕਰ ਦੇਣ, ਜਾਂਦੇ ਇੱਕ ਗੱਲਾ ਹੋਊਗਾ ਉਹ 500 ਪਾ ਜਾਣ, ਉਹ 1000 ਪਾ ਜਾਣ, ਉਹਨਾਂ ਦੀ ਤਮੰਨਾ ਉਹ ਨਾ ਪਾ ਕੇ ਜਾਣ, ਉਹ ਜਿੰਨੇ ਗੱਲੇ ਚ ਪੈਸੇ ਹੋਣਗੇ ਉਸੇ ਧਰਮਸ਼ਾਲਾ ਤੇ ਲੱਗਣਗੇ। ਉਸ ਬਾਅਦ ਇੱਕ ਮਤਲਬ ਉਹਦੇ ਨਾਲ ਹੀ ਮੈਨੂੰ ਥੋੜੀ ਜਿਹੀ ਜਗ੍ਹਾ ਮਿਲ ਜੇ, ਭਾਵੇਂ ਉਹ 500 ਗਜ਼ ਦੀ ਹੋਵੇ, ਉਹਦੇ ਚ ਮਤਲਬ ਵੀ ਭਾਵੇਂ ਮੈਂ 5-10 ਬਜ਼ੁਰਗਾਂ ਨੂੰ ਸਾਂਭਲਾ, ਮੇਲ ਫੀਮੇਲ ਨੂੰ, ਵੀ ਕਈ ਵਾਰ ਘਰਾਂ ਚ ਬਜ਼ੁਰਗ ਕੁਛ ਖਾਣਾ ਚਾਹੁੰਦੇ ਨੇ, ਉਹਨਾਂ ਨੂੰ ਨਹੀਂ ਮਿਲਦਾ, ਤਰਸਦੇ ਨੇ, ਤਰਸਦੇ ਨੇ, ਹਨਾ, ਤੇ ਵੀ ਉਹ ਜੋ ਚੀਜ਼ ਕਹਿਣ ਵੀ ਮੈਂ ਆਹ ਖਾਣਾ, ਤੇ ਮੈਂ ਵਾਹਿਗੁਰੂ ਮੈਨੂੰ ਉਸ ਜੋਗੀ ਕਰੇ। ਕਿਆ ਬਾਤ ਹੈ, ਸਹੀ ਗੱਲ, ਬੱਚਿਆਂ ਨੂੰ ਰਜਾਉਂਦੇ ਰਜਾਉਂਦੇ ਆਪ ਤਰਸਣ ਲੱਗ ਜਾਂਦੇ। ਹਾਂ, ਇਹ ਗੱਲ ਇਹ ਸੱਚੀਆਂ ਨੇ ਗੱਲਾਂ, ਮੈਂ ਇੱਥੋਂ ਤੱਕ ਸੁਣਿਆ ਜਿਹੜੀਆਂ ਜਿਹੜੇ ਘਰਾਂ ਨੂੰ ਮਾਵਾਂ ਬਣਾਉਂਦੀਆਂ ਨੇ ਨਾ, ਉਹੀ ਘਰ ਜਿਹੜੇ ਘਰਾਂ ਦੀਆਂ ਕੌਲੀਆਂ ਬਾਟੀਆਂ ਚਮਚੇ ਮਾਂ ਸਜਾਉਂਦੀ ਮਰ ਜਾਂਦੀ ਆ ਵੀ ਇਹ ਮੇਰੇ ਬੱਚਿਆਂ ਦੇ ਨੇ, ਫਿਰ ਜਦੋਂ ਉਹਦੇ ਦਾਅਵੇਦਾਰ ਆ ਜਾਂਦੇ ਨੇ ਫਿਰ ਉਹ ਕਹਿੰਦੇ ਸਾਡੇ ਘਰੇ ਵੜ ਕੇ ਦਿਖਾਵੇ, ਸਾਡੇ ਘਰੇ ਆ ਕੇ ਦਿਖਾਵੇ, ਫਿਰ ਜਦੋਂ ਕਰੋੜਾਂ ਰੁਪਈਆਂ ਚੋਂ ਮਾਂ ਬਾਪ ਨੂੰ ਕੁਛ ਕੁ 5,000-10,000 ਮਿਲਦਾ, ਉਦੋਂ ਤਕਲੀਫ ਹੁੰਦੀ। ਬੜੇ ਬਦਨਸੀਬ ਨੇ ਜਿਹਨਾਂ ਨੂੰ ਉਹ ਵੀ ਨਹੀਂ ਮਿਲਦੇ, ਸਿਰਫ ਧੱਕੇ ਮਿਲਦੇ ਨੇ। ਤੇ ਬੇਟੀਆਂ ਦਾ ਹੋਣਾ ਬਹੁਤ ਜ਼ਰੂਰੀ ਹੈ ਜੀ। ਅੱਛਾ, ਮੈਂ ਕਹਿੰਦੀ ਹਾਂ ਪਰ ਅੱਜ ਕੱਲ੍ਹ ਮੈਂ ਇੱਕ ਹੋਰ ਵੀ ਕਹਿੰਦੀ ਹਾਂ ਵੀ ਬੇਟੀ ਦੇ ਨਾਲ ਭਰਾ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਜੀ। ਅੱਜ ਤੱਕ ਮੈਂ ਕਹਿੰਦੀ ਹੁੰਦੀ ਸੀ ਵੀ ਬੇਟੀ ਆ ਮੈਨੂੰ ਕੋਈ ਪ੍ਰੋਬਲਮ ਨਹੀਂ, ਕਹਿੰਦੀ ਹੁੰਦੀ ਸੀ, ਪਰ ਅੱਜ ਜ਼ਿੰਦਗੀ ਦੇ ਉਸ ਮੋੜ ਤੇ ਆ ਕੇ ਮੈਂ ਕਹਿੰਦੀ ਹਾਂ ਜ਼ਰੂਰੀ ਹੈ, ਬਹੁਤ ਜ਼ਰੂਰੀ। ਜਦੋਂ ਕੋਈ ਬਾਰ ਬਾਰ ਆਪਦੇ ਭਰਾ ਬਾਰੇ ਪਾਉਂਦਾ ਮੇਰਾ ਭਰਾ ਮੇਰੀ ਦੁਨੀਆ ਮੇਰਾ ਭਰਾ ਆਏ ਮੇਰਾ ਭਰਾ ਆਏ, ਉਦੋਂ ਮੈਨੂੰ ਐਂ ਲੱਗਦਾ ਹੁੰਦਾ ਹਾਏ ਮੇਰੀ ਬੇਟੀ ਤਾਂ ਨੀ ਹਰਟ ਹੋ ਰਹੀ ਕਿਤੇ, ਮੇਰੀ ਮੇਰੀ ਬੇਟੀ ਤਾਂ ਨੀ ਇਸ ਚੀਜ਼ ਨੂੰ ਮਹਿਸੂਸ ਕਰ ਰਹੀ। ਬਿਲਕੁਲ ਸਮਝਦੇ ਆ, ਕਿਤੇ ਜਦੋਂ ਇਹ ਚੀਜ਼ਾਂ ਪੜ੍ਹਦੀ ਹੈ ਮੇਰੀ ਬੇਟੀ ਤਾਂ ਨੀ ਮਹਿਸੂਸ ਹੋ ਰਹੀ, ਪਤਾ ਤੁਹਾਨੂੰ ਰੱਬ ਨੇ ਸੰਪੂਰਨ ਕਰਤਾ, ਤੁਸੀਂ ਹੈਗੇ ਹੋ ਭੈਣ ਭਰਾ ਪੂਰੇ ਹੋ ਤੁਸੀਂ, ਹਨਾ, ਪਰ ਇਹ ਚੀਜ਼ਾਂ ਦਿਖਾਵੇ ਵਾਲੀਆਂ ਨਹੀਂ ਹੁੰਦੀਆਂ। ਹਾਂ, ਰਿਸ਼ਤੇ ਜੇ ਮੈਂ ਹੁਣ ਰੋਜ਼ ਹੀ ਪਾ ਦਾ ਵੀ ਬਲਕੌਰ ਸਿੰਘ ਮੇਰਾ ਬ੍ਰਦਰ ਹੈ, ਚਰਨ ਕੌਰ ਮੇਰੀ ਭਾਬੀ ਹੈ, ਉਹ ਦਿਖਾਵਾ ਹੋ ਗਿਆ। ਰਿਸ਼ਤਿਆਂ ਨੂੰ ਦਿਖਾਵੇ ਦੀ ਲੋੜ ਨਹੀਂ ਹੁੰਦੀ, ਸੱਚੀ ਨਹੀਂ, ਬਿਲਕੁਲ। ਮੈਂ ਕਹਿੰਦੀ ਹੁਣ ਮੇਰਾ ਭੇਤ ਪਾਉਣਾ ਬਹੁਤ ਔਖਾ, ਤੇ ਜਦੋਂ ਤੁਸੀਂ ਮੈਨੂੰ ਫੋਨ ਕੀਤਾ ਸੀ ਨਾ ਮੈਂ ਕਿਹਾ ਕੰਮ ਆ,
ਮੈਨੂੰ ਐਂ ਲੱਗਦਾ ਸੀ ਵੀ ਤੁਸੀਂ ਮੈਨੂੰ ਰੂਹ ਤੱਕ ਜਾਣਦੇ ਲੱਗਦਾ ਸ਼ੁਕਰੀਆ ਵੀ ਤੁਸੀਂ ਮੇਰੇ ਅੰਦਰ ਤੱਕ ਉਤਰੇ ਹੋਏ ਹੋ ਥੈਂਕ ਯੂ ਸੱਚੀ ਮੈਨੂੰ ਮੈਂ ਅੰਦਰੋਂ ਨਾ ਜਦੋਂ ਮੈਂ ਜ਼ਿਆਦਾ ਜਜ਼ਬਾਤੀ ਹੋ ਜਾਂਦੀ ਹਾਂ ਮੇਰੇ ਕੋਲ ਸ਼ਬਦ ਮੁੱਕ ਜਾਂਦੇ ਆ ਉਦੋਂ ਮਤਲਬ ਮੈਨੂੰ ਲੱਗਦਾ ਮੈਂ ਆਪਦੀ ਮਾਂ ਨੂੰ ਵੀ ਨਹੀਂ ਕਦੀ ਇਹ ਗੱਲ ਬਿਠਾ ਕੇ ਕਹੀ ਹੋਊਗੀ ਕਿ ਮੇਰੇ ਜਜ਼ਬਾਤ ਤੁਹਾਨੂੰ ਲੈ ਕੇ ਇਹ ਨੇ ਜਦਕਿ ਉਹਦਾ ਸਟਰਗਲ ਵੀ ਬਹੁਤ ਮੈਂ ਕਦੇ ਕਦੇ ਪਰ ਮੈਂ ਵੀ ਬਹੁਤ ਮਹਿਸੂਸ ਕਰਦੀ ਹਾਂ ਕਈ ਕਈ ਵਾਰ ਤਾਂ ਮੈਂ ਇੰਨੀ ਇਕੱਲੀ ਹੋ ਜਾਂਦੀ ਹਾਂ ਇੰਨੀ ਇਕੱਲੀ ਹੋ ਜਾਂਦੀ ਹਾਂ ਵੀ ਜਦੋਂ ਬਹੁਤ ਜ਼ਿਆਦਾ ਸ਼ੋਹਰਤ ਸੀ ਬਹੁਤ ਪੈਸਾ ਸੀ ਬਹੁਤ ਘੱਟ ਸੀ ਸਾਰੇ ਮੇਰੇ ਆਪਦੇ ਸੀ ਹੁਣ ਕਿਸੇ ਕੋਲ ਟਾਈਮ ਹੀ ਨਹੀਂ ਵਕਤ ਥੋੜ ਗਿਆ ਨਾ ਪਰ ਤੁਹਾਨੂੰ ਨਹੀਂ ਲੱਗਦਾ ਵਕਤ ਆਪਣੇ ਆਪ ਨਿਕਲ ਜਾਂਦਾ ਜੇ ਸਾਹਮਣੇ ਵਾਲਾ ਇਨਸਾਨ ਦੇਣਾ ਚਾਹੁੰਦਾ ਹੋਵੇ ਤੁਹਾਨੂੰ ਸਮਾਂ ਤੁਹਾਡੇ ਰਿਸ਼ਤੇ ਦੀ ਵੈਲਿਊ ਕਰਕੇ ਵਕਤ ਉਹੀ ਨਹੀਂ ਦਿੰਦਾ ਜਿਹਨੂੰ ਰਿਸ਼ਤਾ ਚਾਹੀਦਾ ਨਹੀਂ ਹੁੰਦਾ ਇਸ ਗੱਲ ਨਾਲ ਸਹਿਮਤ ਹੀ ਨਹੀਂ ਰੱਖਦੇ ਤੁਸੀਂ ਬਹੁਤ ਕਿਉਂਕਿ ਅਸੀਂ ਨਹੀਂ ਸੋਚਦੇ ਨਾ ਉੱਦਾਂ ਉਹ ਸਾਹਮਣੇ ਵਾਲੇ ਦੀ ਸੋਚ ਹੁੰਦੀ ਹੈ ਹੁਣ ਕਿਸੇ ਕੋਲ ਟਾਈਮ ਹੀ ਤੇ ਮੈਂ ਕਹਿਣਾ ਸ਼ੁਕਰੀਆ ਮਹਾਰਾਜ ਨੇ ਮੌਕਾ ਦਿੱਤਾ ਮੇਰਾ ਤਾਂ ਗੁਰਦੁਆਰਾ ਮੰਦਰ ਇੱਥੇ ਘਰੇ ਬਣਾਤਾ ਮੈਂ ਸੇਵਾ ਕਰਦੀ ਪਰ ਮੈਂ ਆਪਦੇ ਵੇਲੇ ਦੇਖਿਆ ਵੀ ਜਦੋਂ ਮੈਂ ਬਹੁਤ ਜ਼ਿਆਦਾ ਬਿਮਾਰ ਹੁੰਦੀ ਹਾਂ ਕੌਣ ਕਿਸੇ ਕੋਲ ਟਾਈਮ ਹੀ ਨਹੀਂ ਹੁੰਦਾ ਤੜਫ ਹੁੰਦੀ ਅੰਦਰ ਕਹਿੰਦੇ ਘੁੱਟਣ ਨਾਲੋਂ ਜ਼ਿਆਦਾ ਜੇ ਕੋਈ ਐਂ ਪੁੱਛ ਲੇ ਨਾ ਤੂੰ ਠੀਕ ਆ ਤੂੰ ਠੀਕ ਹੈ ਤੇ ਬਹੁਤ ਕੁਛ ਠੀਕ ਹੋ ਜਾਂਦਾ ਉਦੋਂ ਕਿਸੇ ਕੋਲ ਟਾਈਮ ਹੀ ਨਹੀਂ ਹੁੰਦਾ ਕਈ ਵਾਰ ਤਾਂ ਰਾਤ ਨੂੰ ਮੇਰਾ ਚਾਹ ਪੀਣ ਨੂੰ ਜੀ ਕਰਦਾ ਹੁੰਦਾ ਕੰਪਨੀ ਨਹੀਂ ਹੁੰਦੀ ਕਿਉਂਕਿ ਮੈਂ ਆਪਦੇ ਪਾਪਾ ਵਾਂਗੂ ਚਾਹ ਬਹੁਤ ਪੀਂਦੀ ਅੱਛਾ ਬਹੁਤ ਚਾਹ ਪੀਂਦੀ ਤੇ ਅੱਜ ਸਾਨੂੰ 2 ਘੰਟੇ ਹੋ ਗਏ ਇੱਕੋ ਵਾਰੀ ਪੀਤੀ ਅੱਜ ਤਾਂ ਤੁਸੀਂ ਮੈਨੂੰ ਚਾਹ ਹੀ ਨਹੀਂ ਪੀਤੀ ਅੱਛਾ ਆਪਾਂ ਕੰਮ ਚਾਹ ਹੁਣ ਪੀਵਾਂਗੇ ਅੱਛਾ ਠੀਕ ਹੈ ਤੇ ਕਈ ਵਾਰ ਰਾਤ ਨੂੰ ਮੇਰਾ ਜੀ ਕਰਦਾ ਹੁੰਦਾ ਫਿਰ ਉਦੋਂ ਇਕੱਲੀ ਹੁੰਦੀ ਫਿਰ ਪਤਾ ਲੱਗਦਾ ਵੀ ਇਕੱਲਾਪਣ ਕੀ ਹੁੰਦਾ ਕੀ ਹੁੰਦਾ ਇਹ ਮੈਨੂੰ ਲੱਗਦਾ ਇਹ ਸਮਝਣ ਵਾਲੀਆਂ ਚੀਜ਼ਾਂ ਨੇ ਇਹ ਕੋਈ ਕਿਸੇ ਦੇ ਅੰਦਰ ਕੱਢ ਕੇ ਪਾ ਨਹੀਂ ਸਕਦਾ ਹੈ ਨਾ ਜੇ ਤੁਸੀਂ ਇਹ ਚੀਜ਼ ਮਹਿਸੂਸ ਕਰਦੇ ਹੋ ਇਹ ਦੇਖਣ ਵਾਲਾ ਸਮਝ ਰੱਖੋ ਮੈਂ ਕਹਿੰਦੀ ਵੀ ਇੰਨਾ ਕਿਸੇ ਨਾਲ ਨਾ ਜੁੜੋ ਫਿਰ ਤੁਹਾਨੂੰ ਮੇਰੇ ਵਾਂਗੂ ਤਕਲੀਫ ਹੋਵੇ ਜਿਵੇਂ ਮੈਂ ਆਪਦੀ ਜ਼ਿੰਦਗੀ ਨੂੰ ਐਂ ਕੱਢ ਰੱਖਿਆ ਨਾ ਵੀ ਮਾੜਾ ਸਮਾਂ ਕਦੋਂ ਵੀ ਆ ਸਕਦਾ ਤਾਂ ਹੀ ਮੈਂ ਨਿੱਕੇ ਘਰੇ ਰਹਿੰਦੀ ਹਾਂ ਮੈਂ ਹਰ ਉਸ ਇਨਸਾਨ ਨੂੰ ਹਰ ਔਰਤ ਨੂੰ ਕਹਿਣਾ ਚਾਹੁੰਦੀ ਹਾਂ ਵੀ ਮੇਰੇ ਵਾਂਗੂ ਇੰਨਾ ਨਾ ਜੁੜਿਓ ਵੀ ਕਿਸੇ ਮਾੜੇ ਟਾਈਮ 'ਤੇ ਜਦੋਂ ਤੁਸੀਂ ਇਕੱਲੇ ਹੋ ਜਾਓ ਫਿਰ ਰਾਤਾਂ ਨੂੰ ਤੁਸੀਂ ਕੰਧਾਂ ਨਾਲ ਗੱਲਾਂ ਕਰੋ ਕੋਈ ਤੁਹਾਨੂੰ ਸਮਾਂ ਨਹੀਂ ਦਿੰਦਾ ਆਪਣੇ ਆਪ ਨੂੰ ਸਮਾਂ ਦਿੰਦੇ ਹੋ ਤੁਸੀਂ ਤਾਂ ਹੀ ਤਾਂ ਇੰਨਾ ਕੁਛ ਗਿਆਨ ਹੈ ਆਪਣੇ ਆਪ ਨੂੰ ਸਮਾਂ ਦਿੰਦੀ ਹਾਂ ਬੁੱਕਸ ਪੜ੍ਹਦੀ ਹਾਂ ਜੀ ਕਿੱਦਾਂ ਖੁਸ਼ ਕਰਦੇ ਹੋ ਖੁਦ ਨੂੰ ਪੜ੍ਹਦੀ ਹਾਂ ਲਿਖਦੀ ਹਾਂ ਲਿਖਦੇ ਹੋ ਜਜ਼ਬਾਤ ਹਾਂ ਸਾਰਾ ਕੁਛ ਜੀ ਸਾਡੇ ਨਾ ਇੱਕ ਮਤਲਬ ਮੰਮੀ ਦੇ ਚਾਚਾ ਜੀ ਹੁੰਦੇ ਸੀਗੇ ਪਤਾ ਨਹੀਂ ਕਿਉਂ ਉਹਨਾਂ ਦਾ ਰਿਸ਼ਤਾ ਨਹੀਂ ਹੋਇਆ ਬੜੇ ਅੱਛੇ ਇਨਸਾਨ ਸੀ ਅੰਮ੍ਰਿਤਧਾਰੀ ਸੀਗੇ ਅਤੇ 2-3 ਵਾਰੀ ਉਹਨਾਂ ਦਾ ਰਿਸ਼ਤਾ ਕੀਤਾ ਫਿਰ ਇੱਕ ਹੋਰ ਔਰਤ ਸੀਗੀ ਉਹਦਾ ਵਿਆਹ ਹੋਇਆ ਬੜੀ ਸਿਆਣੀ ਸੀ ਬਹੁਤ ਸਿਆਣੀ ਮੁੱਲ ਲਿਆਂਦੀ ਸੀ ਪੁਰਾਣੇ ਰਿਵਾਜ਼ਾਂ 'ਚ ਉਸ 'ਚ ਹੁੰਦਾ ਸੀ ਮੁੱਲ ਲਿਆਂਦੀ ਸੀ ਪਰ ਸਾਰੇ ਪਿੰਡ ਵਾਲਿਆਂ ਨੇ ਇੱਕ ਕਲੰਕ ਉਹਦੇ ਤੋਂ ਲੈਣ ਹੀ ਨਹੀਂ ਦਿੱਤਾ ਵੀ ਇਹ ਮੁੱਲ ਦੀ ਹੈ ਨਾ ਜਦੋਂ ਉਹਨਾਂ ਨੂੰ ਲੱਗਿਆ ਫਿਰ ਉਹ ਦੂਜੀ ਥਾਂ ਮਤਲਬ ਦੋ ਤੇ ਤੀਜੀ ਥਾਂ ਉਹ ਬਚਪਨ ਤੋਂ ਲੈ ਕੇ ਉਹ ਕਹਾਣੀ ਮੇਰੇ ਦਿਮਾਗ 'ਚ ਸੀ ਫਿਰ ਮੈਂ ਲਿਖਵਾਈ ਹਰਦੀਪ ਢਿੱਲੋਂ ਜੀ ਨੇ ਉਹ ਗਾਣਾ ਮੇਰਾ ਰਿਕਾਰਡ ਹੋਇਆ ਪਿਆ ਉਹ ਸੀ ਆਪਾਂ ਜਦੋਂ ਔਰਤ ਨੂੰ ਲੋਕ ਮੁੱਲ ਲਿਆਉਂਦੇ ਆ ਨਾ ਉਹਨਾਂ ਨੂੰ ਇਹ ਲੱਗਦਾ ਵੀ ਇਹ ਤਾਂ ਪੱਥਰ ਹੈ ਇਹਦੇ ਕਿਹੜਾ ਅਰਮਾਨ ਹੈ ਪਰ ਅਰਮਾਨ ਹਰ ਔਰਤ ਦੇ ਹੁੰਦੇ ਨੇ ਉਹ ਗਾਣਾ ਹੈ ਨਿੱਕੇ ਪੈਰੀ ਆ ਜਾ ਮੰਗੂ ਮੈਂ ਇਹ ਇੱਕ ਬਹੁਤ ਵੱਡਾ ਹੋਇਆ ਪ੍ਰੋਜੈਕਟ ਹੈ ਇਹਨੂੰ ਮੈਂ ਦੇਣਾ ਹੀ ਦੇਣਾ ਇਹਨੂੰ ਮੈਂ ਸਟੋਰੀਕਲੀ ਵੀ ਉਵੇਂ ਹੀ ਫਿਲਮਾਉਣਾ ਅੱਛਾ ਜੀ ਵੀ ਉਹ ਕਿਵੇਂ ਮੁੱਲ ਲਿਆਉਂਦੀ ਜਾਂਦੀ ਹੈ ਕਿਵੇਂ ਉਹਦੇ ਨਾਲ ਬਿਹੇਵ ਕੀਤਾ ਜਾਂਦਾ ਲੋਕੋ ਮੈਂ ਮੁੱਲ ਦੀ ਤੀਵੀਂ ਵੇਖਣ ਮੰਡੀ ਵਿੱਚ ਆਈ ਲੋਕੋ ਮੈਂ ਮੁੱਲ ਦੀ ਤੀਵੀਂ ਵਿਕਣ ਮੰਡੀ ਵਿੱਚ ਆਈ ਨਾ ਕਿਸੇ ਮੇਰੇ ਵਟਣਾ ਮਲਿਆ ਤੇ ਨਾ ਕਿਸੇ ਮਹਿੰਦੀ ਉਹਦੇ ਸਾਰੇ ਸੁਪਨੇ ਨੇ ਮੁੱਲ ਦੀ ਔਰਤ ਪਰ ਲੋਕ ਉਹਨੂੰ ਕਹਿੰਦੇ ਨੇ ਤੇਰਾ ਕੀ ਹੈ ਤੂੰ ਤਾਂ ਮੁੱਲ ਦੀ ਹੈ ਤਾਂ ਔਰਤ ਨਾ ਸ਼ੌਕ ਪੂਰੇ ਨੇ ਬਿਲਕੁਲ ਇੱਕ ਮੈਂ ਸਿੰਗਰ ਬਣ ਗਈ ਦੁਨੀਆਂ ਨੇ ਮੈਨੂੰ ਇੰਤਹਾ ਪਿਆਰ ਦਿੱਤਾ ਮੇਰੀ ਪੇਕਿਆਂ ਨੇ ਮੈਨੂੰ ਬਹੁਤ ਵੱਧ ਪਿਆਰ ਦਿੱਤਾ ਪਰ ਇੱਕ ਗਾਉਣ ਵਾਲੀ ਸ਼ਬਦ ਮੇਰੀ ਜ਼ਿੰਦਗੀ ਨੇ ਇੱਥੇ ਮੇਰੇ ਜ਼ਖਮ ਕਰਤੇ
ਇਹੀ ਕਹਿ ਕਹਿ ਕੇ ਕਿ ਗਾਉਣ ਵਾਲੀ ਹੈ। ਮੈਂ ਲੱਖ ਸਿਆਣੀ ਆ, ਮੈਂ ਕਿੰਨੀ ਵੱਧ ਸਾਰਿਆਂ ਤੋਂ ਸੇਵਾ ਕਰ ਲਾਂ, ਮੈਂ ਜਿੰਨਾ ਮਰਜ਼ੀ ਕੁਛ ਕਰ ਲਾਂ, ਐਂਡ ਕਿਤੇ ਨਾ ਕਿਤੇ ਆ ਕੇ ਮੈਨੂੰ ਇਹ ਸੁਣਾਇਆ ਜਾਂਦਾ ਵੀ ਤੂੰ ਗਾਉਣ ਵਾਲੀ ਆ, ਤੂੰ ਗਾਉਣ ਵਾਲੀ ਆ, ਤੈਨੂੰ ਇਹ ਪਤਾ ਹੋਣਾ ਚਾਹੀਦਾ ਵੀ ਤੂੰ ਗਾਉਣ ਵਾਲੀ ਆ। ਫਿਰ ਮੈਂ ਆਪਦੇ ਆਪ ਨੂੰ ਪੜਤਾਲੀ ਹਾਂ, ਆਪਦੀ ਮਾਂ ਨਾਲ ਗੱਲ ਕਰਦੀ ਹਾਂ, ਆਪਦੀ ਭੈਣ ਨਾਲ ਗੱਲ ਕਰਦੀ ਹਾਂ, ਆਪਦੇ ਭਰਾਵਾਂ ਨਾਲ ਕਰਦੀ ਹਾਂ ਵੀ ਮੈਂ ਕੋਈ ਗੁਨਾਹ ਕਰ ਲਿਆ ਗਾਉਣ ਵਾਲੀ ਬਣ ਕੇ ਜੀ, ਮੈਂ ਕੀ ਮਾੜਾ ਕਰ ਲਿਆ, ਕਦੇ ਤੁਹਾਡੀ ਇੱਜ਼ਤ ਨੂੰ ਦਾਗ ਲਾਇਆ, ਕਦੇ ਮਾੜਾ ਗੀਤ ਗਾਇਆ, ਕਦੇ ਐਸੇ ਕੱਪੜੇ ਪਾਏ, ਇਹ ਤਾਂ ਵਾਹਿਗੁਰੂ ਨੇ ਮੈਨੂੰ ਕਲਾ ਦਿੱਤੀ, ਬਿਲਕੁਲ ਗਲਾ ਦਿੱਤਾ, ਬਿਲਕੁਲ, ਤੇ ਮੈਂ ਕਮਾਇਆ, ਵਾਹਿਗੁਰੂ ਨੇ ਮੈਂ ਕਲਾ ਦਿੱਤੀ ਸੀ। ਕਹਿੰਦੇ ਕੁਛ ਕੁ ਸ਼ਬਦ ਕਹਿਣ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ, ਉਹ ਜ਼ਿੰਦਗੀ 'ਚ ਜ਼ਖਮ ਬਣ ਜਾਂਦੇ ਨੇ, ਉਹ ਜ਼ਖਮ ਫਿਰ ਸਿਵਿਆਂ ਤੱਕ ਮਿਟਦੇ ਨੇ। ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤੀ ਦਿੰਦੀ ਹਾਂ, ਪਰ ਤੁਸੀਂ ਪਰ ਫਿਰ ਵੀ ਤੁਸੀਂ ਉਹਦੀ ਸੋਚ ਨੂੰ ਆਪਣੇ ਆਪ 'ਤੇ ਹਾਵੀ ਕੀਤਾ ਨਾ, ਉਹਦੀ ਸੋਚ ਆ ਕਿ ਉਹ ਤੁਹਾਨੂੰ ਗਾਉਣ ਵਾਲੀ ਸਮਝਦੇ ਨੇ, ਤੁਹਾਡੀ ਮਿਹਨਤ, ਤੁਸੀਂ ਇੱਕ ਮਾਂ ਹੋ, ਤੁਸੀਂ ਇੱਕ ਪਤਨੀ ਹੋ, ਤੁਸੀਂ ਇੱਕ ਔਰਤ ਹੋ, ਤੁਸੀਂ ਸਮਾਜ ਦੇ ਵਿੱਚ ਵਿਚਰਨ ਵਾਲੀ ਕਬੀਲਦਾਰੀਆਂ ਨੂੰ ਸੰਭਾਲਣ ਵਾਲੀ ਹੈ ਨਾ, ਇੱਕ ਔਰਤ ਹੋ, ਮਾਂ ਬਾਪ ਦੇ ਘਰ ਦੀ ਤੁਸੀਂ ਪੱਗ। 15 ਦਿਨਾਂ ਤੋਂ ਪਤਾ ਨੀ ਰੱਬ ਮੇਰੇ ਤੇ ਮਿਹਰਬਾਨ ਸੀ, 10 ਕੁ ਦਿਨਾਂ ਤੋਂ 12 ਦਿਨਾਂ ਤੋਂ ਖੁਸ਼ ਆਇਆ, ਸ਼ੁਭ ਆਇਆ। ਮੇਰੇ ਹਸਬੈਂਡ ਨੇ ਪਹਿਲੀ ਵਾਰ ਲਾਈਫ 'ਚ, ਅੱਛਾ, ਮੇਰੀ ਹਮੇਸ਼ਾ ਸ਼ਿਕਾਇਤ ਹੁੰਦੀ ਸੀ ਵੀ ਤੁਸੀਂ ਮੈਨੂੰ ਐਂ ਕਦੇ ਨੀ ਕਹਿੰਦੇ ਮੈਂ ਤੈਨੂੰ ਬਹੁਤ ਪਿਆਰ ਕਰਦਾ। ਅੱਛਾ, ਸੱਚੀ ਨੀ ਕਿਹਾ? ਅੱਛਾ, ਸੱਚੀ ਮੇਰੀ ਸ਼ਿਕਾਇਤ ਰਹਿੰਦੀ ਹੁੰਦੀ ਸੀ। ਮੈਂ ਕਈ ਵਾਰ ਲਫਾਜ਼ਾਂ ਦੀ ਲੋੜ ਵੀ ਪੈਂਦੀ ਹੈ ਰਿਸ਼ਤਿਆਂ ਨੂੰ ਖੂਬਸੂਰਤ ਬਣਾਉਣ ਲਈ ਪੈਂਦੀ, ਖੂਬਸੂਰਤ ਬਣਾਉਣ ਲਈ ਕਈ ਵਾਰ ਰਿਸ਼ਤਿਆਂ ਦੀ ਲੋੜ ਪੈਂਦੀ, ਪਰ 10-15 ਦਿਨਾਂ ਤੋਂ ਮੇਰੇ ਹਸਬੈਂਡ ਨੇ ਮੈਨੂੰ ਮਤਲਬ ਨਵੀਂ ਜ਼ਿੰਦਗੀ ਦਿੱਤੀ, ਸੱਚੀ ਨਵੀਂ ਜ਼ਿੰਦਗੀ, ਮੁਬਾਰਕਬਾਦ। ਉਹਨਾਂ ਨੇ ਮੈਨੂੰ ਇਹ ਕਹਿਣਾ ਸ਼ੁਰੂ ਕਰਤਾ ਵੀ ਮੈਂ ਤੇਰੇ ਤੋਂ ਬਗੈਰ ਕੁਛ ਨਹੀਂ, ਤੂੰ ਹੀ ਮੇਰੇ ਲਈ ਸਾਰਾ ਕੁਛ, ਤੇਰੇ ਵਰਗੀ ਮੈਨੂੰ ਔਰਤ ਮਿਲ ਨਹੀਂ ਸਕਦੀ। ਉੱਥੇ ਗੱਲ ਆ ਗਈ ਨਾ ਵੀ ਸਮਾਂ ਲੱਗਦਾ, ਪਰ ਪਰਮਾਤਮਾ ਨੇ ਲਿਖਿਆ ਹੁੰਦਾ ਕਿ ਇਹ ਦੇਣਾ ਹੈ। ਹੁਣ ਮੈਂ ਬਹੁਤ ਖੁਸ਼ ਹਾਂ। ਖੁਸ਼ ਹੋ? ਬੇਹੱਦ ਖੁਸ਼। ਖੁਸ਼ੀ ਦੇ ਵਿੱਚ ਤੁਸੀਂ ਆਪਣਾ ਦੂਸਰਾ ਸੁਪਨਾ ਨਹੀਂ ਦੱਸਿਆ, ਪਹਿਲਾ ਸੁਪਨਾ ਤੇ ਤੁਸੀਂ ਆਸ਼ਰਮ ਖੋਲਣਾ, ਦੂਜਾ ਮਤਲਬ ਬਜ਼ੁਰਗਾਂ ਦਾ ਸਾਥ ਦੇਣਾ, ਉਹਨਾਂ ਨੂੰ ਮਤਲਬ ਆਲਣਾ ਜਾਂ ਖੁਸ਼ੀਆਂ ਜਾਂ ਜ਼ਿੰਦਗੀ ਦੇਣੀ। ਜ਼ਿੰਦਗੀ ਦੇਣੀ, ਹਰ ਪਾਸਿਓਂ ਖੁਸ਼ੀਆਂ ਆ ਰਹੀਆਂ ਨੇ, ਮਿਰਜ਼ਾ ਹੀ ਨਹੀਂ ਆਇਆ ਹਜੇ ਤੱਕ, ਇਹਦੇ ਲਈ ਨਾ ਅਸੀਂ ਤਰਸਦੇ ਪਏ ਆ, ਸਾਨੂੰ ਪੁੱਛੋ ਕਿਤੇ ਡਾਇਟੀਸ਼ੀਅਨ ਲੱਭੀ ਦਾ, ਕਿਤੇ ਕਿਹਨੂੰ ਦੱਸੀ ਕਿਹੜਾ ਪਾਣੀ ਪੀਣਾ, ਜੀਰੇ ਵਾਲਾ ਪਾਣੀ ਪੀਣਾ, ਜਵੈਣ ਵਾਲਾ ਪਾਣੀ ਪੀਵਾਂ, ਇਹੀ ਪੁੱਛਦੇ ਰਹਿੰਦੇ। ਇਹ ਤਾਂ ਤੁਸੀਂ ਵੀ ਐਗਰੀ ਕਰੋ ਕਿ ਇਸ ਫਿਗਰ ਲਈ ਦੇਖ ਲਓ ਸਾਰੇ ਤਰਸਦੇ ਨੇ ਅੱਜ ਦੀ ਡੇਟ ਦੇ ਵਿੱਚ। ਪਰ ਇਹ ਗੱਲ ਹੈ ਵੀ ਇਸ ਫਿਗਰ ਨੇ ਪਹਿਲਾਂ ਤਾਨੇ ਮੇਣੇ ਵੀ ਬਹੁਤ ਦਵਾਏ, ਉਹ ਲੋਕਾਂ ਦੀ ਨਾ ਸਮਝੀ ਸੀ। ਹੁਣ ਮੈਨੂੰ ਲੋਕ ਨੇੜੇ ਆ ਕੇ ਕਹਿਣਗੇ ਥੋੜੀ ਧੌਣ ਕਿੰਨੀ ਸੋਹਣੀ ਆ, ਕਿੱਡੀ ਲੰਬੀ ਆ, ਹਨਾ, ਸੁਰਾਹੀ ਵਰਗੀ, ਥੋੜੀ ਹਾਈਟ ਕਿੰਨੀ ਸੋਹਣੀ ਆ, ਤੇ ਮਤਲਬ ਇੰਨੇ ਕੁ ਸੋਹਣੇ, ਹਾਏ ਥੋੜੀਆਂ ਅੱਖਾਂ ਕਿੰਨੀਆਂ ਸੋਹਣੀਆਂ, ਥੋੜਾ ਨੱਕ ਕਿੰਨਾ ਸੋਹਣਾ। ਮੈਂ ਫਿਰ ਮੂੰਹ ਵੱਲ ਦੇਖਦੀ ਹਾਂ ਵੀ ਸਮਾਂ ਹੀ ਬਦਲਿਆ ਕਿ ਮੇਰੀ ਗ੍ਰਹਿ ਹੀ ਬਦਲ ਗਈ, ਲੋਕਾਂ ਦੀ ਸਮਝ ਸਿਆਣੀ ਹੋ ਗਈ ਆ, ਇਦਾਂ ਕਹਿ ਲਓ ਹਨਾ। ਫਿਰ ਮੈਂ ਆਪਦੀ ਸਿਸਟਰ ਨੂੰ, ਹੁਣ ਜੋ ਤੁਹਾਡੇ ਵਿੱਚ ਸਾਰਾ ਕੁਛ ਹੈ ਨਾ, ਇਹ ਚਾਹਤ ਹੈ ਬੜੇ ਕੁੜੀਆਂ ਦੀ, ਮੁੰਡਿਆਂ ਦੀ ਫਿੱਟ ਹੋਣ ਦੀ, ਸੋਹਣੇ ਦਿਖਣ ਦੀ, ਅਟਰੈਕਟਿਵ ਦਿਖਣ ਦੀ। ਅੱਜ ਕੱਲ ਕੱਦ ਤੋਂ ਮਾਰ ਖਾਂਦੇ ਨੇ ਸਭ ਤੋਂ ਵੱਧ, ਫਿਗਰ ਤੋਂ ਮਾਰ ਖਾਂਦੇ ਨੇ ਸਭ ਤੋਂ ਵੱਧ, ਤਿੱਖੇ ਨੈਣ ਨਕਸ਼ ਨਹੀਂ ਦਿਖਦੇ ਹੈਗੇ, ਤੇ ਫਿਰ ਉਹਨਾਂ ਨੇ ਤਾਂ ਇੰਸਪਾਇਰ ਹੀ ਹੋਣਾ। ਉਹਨੂੰ ਮੈਨੂੰ ਦੁੱਖ ਉਦੋਂ ਆਇਆ ਆਉਂਦਾ ਹੁੰਦਾ ਸੀਗਾ ਵੀ ਹਾਏ ਲੋਕ ਗੁਣਾਂ ਨੂੰ ਕਿਉਂ ਨਹੀਂ ਦੇਖਦੇ, ਇਹ ਦਸਤੂਰ ਹੈ ਨਾ ਜ਼ਿੰਦਗੀ ਦਾ, ਹਨਾ। ਵੀ ਕਈ ਵਾਰ ਆਪਾਂ ਕਿਸੇ ਕੁੜੀ ਨੂੰ ਦੇਖ ਕੇ ਛੱਡੇ ਆਉਂਦੇ ਹਾਂ, ਉਹ ਇੰਨੀ ਕੁ ਕਾਬਲ ਹੁੰਦੀ ਆ, ਇੰਨੀ ਕੁ ਪੜ੍ਹੀ ਲਿਖੀ ਹੁੰਦੀ ਆ, ਜਾਂ ਉਹਨੇ ਘਰ ਦਾ ਸੰਭਾਲਣ ਦਾ ਹੁਨਰ ਉਹਦੇ 'ਚ ਪਤਾ ਨਹੀਂ ਕਿੰਨਾ ਕੁ ਹੁੰਦਾ, ਅਤੇ ਆਪਾਂ ਸਿਰਫ ਉਹਦਾ ਥੋੜ੍ਹਾ ਜਿਹਾ ਕੱਦ ਦੇਖ ਕੇ ਜਾਂ ਥੋੜ੍ਹਾ ਜਿਹਾ ਰੰਗ ਸਾਂਬਲਾ ਦੇਖ ਕੇ ਜਾਂ ਥੋੜ੍ਹਾ ਜਿਹਾ ਨੱਕ ਮੋਟਾ ਦੇਖ ਕੇ ਆਪਾਂ ਛੱਡੇ ਆਉਂਦੇ ਨਾ, ਪਰ ਮੈਨੂੰ ਲੱਗਦਾ ਉਦੋਂ ਆਪਾਂ ਸਭ ਤੋਂ ਵੱਡੀ ਗਲਤੀ ਕਰਦੇ ਹੁੰਦੇ ਹਾਂ। ਮੇਰੀ ਸੋਚ ਇਹ ਕਹਿੰਦੀ ਹੈ ਕਿ ਉਹ ਕੁੜੀਆਂ ਫਿਰ ਵੀ ਖੁਸ਼ਕਿਸਮਤ ਹੁੰਦੀਆਂ ਨੇ ਜਿਨ੍ਹਾਂ ਨੂੰ ਉਹਨਾਂ ਦੇ ਮਾਂ ਪਿਓ ਦੇ ਘਰੇ ਵੇਖ ਕੇ ਤੇ ਨਾ ਕਰ ਦਿੱਤੀ ਜਾਂਦੀ ਹੈ, ਬਕਾਇਦਾ ਉਹਨੂੰ ਵਿਆਹ ਕੇ ਲਿਆਣ ਕੇ ਰੱਖ ਕੇ ਗੱਲਾਂ ਸੁਣਾ ਕੇ ਤੇ ਉਹਨੂੰ ਮਜਬੂਰ ਕਰ ਦੇਣ ਨਾਲੋਂ ਕਿ ਹੁਣ ਤੂੰ ਸਾਡੇ ਲਈ ਕੁਛ ਨਹੀਂ ਹੈਗੀ, ਤੇ ਉਹ ਮਾਂ ਪਿਓ ਵਾਲੀਆਂ ਕੁੜੀਆਂ ਜ਼ਿਆਦਾ ਵਧੀਆ ਨਹੀਂ ਹੋਈਆਂ, ਗੁੱਡ ਹੈ ਨਾ, ਗੁੱਡ ਮੈਨੂੰ ਲੱਗਦਾ ਇੱਦਾਂ, ਮੇਰੀ ਸਮਝ ਕਹਿੰਦੀ ਹੈ ਕਰੈਕਟ ਹੈ ਨਾ, ਸਾਰੀ ਜ਼ਿੰਦਗੀ ਦੀ ਤੋਮਦਾ ਲੈਣ ਨਾਲੋਂ ਸ਼ੁਕਰ ਹੈ ਉਹ ਸੱਚ ਦੱਸ ਕੇ ਨਾ ਤਾਂ ਕਰ ਜਾਂਦੇ ਨਾ, ਤਾਂ ਉਹ ਕੜੀ ਦਾ ਦੁੱਖ ਹੈ, ਉਹ ਕੜੀ ਦਾ ਦੁੱਖ, ਸਾਲੋਂ ਸਾਲ ਦੁੱਖ ਜਰਨਾ, ਉਸ 2-3 ਪੁਆਇੰਟਸ ਨੂੰ ਬਾਰ ਬਾਰ ਸੁਣਨਾ, ਸਾਰਾ ਕੁਛ ਕਰਕੇ ਵੀ ਇਹ ਕੁੜੀ ਸਾਰੀ ਜ਼ਿੰਦਗੀ ਤੋਂ ਮਦਦ ਲੈਂਦੀ। ਦੇਖੋ ਅਸੀਂ ਦੋਨੇ ਬ੍ਰਦਰਸ ਦਾ ਵਿਆਹ ਕੀਤਾ ਸੀ, ਹਾਂਜੀ,
ਅਸੀਂ ਫਸਟ ਵਾਰ ਵਿਚੋਲੇ ਨੂੰ ਇਹ ਕਿਹਾ ਹੋਇਆ ਸੀ ਵੀ ਅਸੀਂ ਕੁੜੀ ਦੇਖ ਕੇ ਨਾ ਨਹੀਂ ਕਰਕੇ ਆਉਣੀ. ਅੱਛਾ ਜੀ, ਉਹੀ ਵਿਖਾਈਓ ਜਿਹਨੂੰ ਲਿਆਉਣਾ ਹੈ. ਵੀ ਇਹ ਵੀ ਹੈ ਵੀ ਸਾਨੂੰ ਕੋਈ ਰੂਪ ਸੁੰਦਰੀ ਨਹੀਂ, ਸਾਨੂੰ ਘਰ ਸੰਭਾਲਣ ਵਾਲੀ ਕੁੜੀ ਚਾਹੀਦੀ, ਘਰੇਲੂ ਕੁੜੀ ਚਾਹੀਦੀ. ਤੇ ਦੋਨੇ ਵੀ ਐਸੀਆਂ ਭਾਗਾਂ ਵਾਲੀਆਂ ਆਈਆਂ. ਕਿਆ ਬਾਤ ਹੈ! ਤੁਸੀਂ ਯਕੀਨ ਕਰੋਗੇ ਵੀ ਮੇਰੀ ਵੱਡੀ ਭਾਬੀ ਤਾਂ ਆਹ ਇੱਥੋਂ ਤੱਕ ਹੀ ਜਾਂਦੀ ਹੈ ਸਬਜ਼ੀ ਤੱਕ. ਅੱਛਾ, ਬਸ ਇੱਥੋਂ ਤੱਕ ਆ ਸਬਜ਼ੀ. ਤੁਸੀਂ ਦੇਖਿਆ ਹੋਣਾ ਜਿੱਥੋਂ ਗੱਡੀ ਮੋੜੀ ਹੋਣੀ, ਉਹ ਵੀ ਹੁਣ ਜਾਣ ਲੱਗੀ ਹੈ ਸਾਲ ਦੋ ਸਾਲਾਂ ਦੀ. ਤੇ ਕੱਪੜਾ ਅੱਜ ਤੱਕ ਨੀ ਉਹਨੇ ਖਰੀਦਿਆ. ਅੱਛਾ, ਤੇ ਇਹ ਨੀ ਵੀ ਅਸੀਂ ਉਹਦੇ ਨਾਲ ਕੋਈ ਧੱਕਾ ਕਰਦੇ, ਅਸੀਂ ਕਹਿੰਦੇ ਹਾਂ ਵੀ ਤੂੰ ਜਾ ਵੜ ਚਲੀ ਜਾ ਬਾਜ਼ਾਰ, ਹਨਾ, ਹੁਣ ਤਾਂ ਤੂੰ ਸੁੱਖ ਨਾਲ ਨੂੰਹ ਵਾਲੀ ਹੋ ਗਈ, ਪੋਤਾ ਹੋ ਗਿਆ ਤੇਰੇ, ਤੂੰ ਚਲੀ ਜਾ. ਨਹੀਂ ਦੀਦੀ, ਮੈਂ ਸ਼ੁਰੂ ਤੋਂ ਹੀ ਨਹੀਂ ਗਈ. ਤੇ ਜਿਹੜੀ ਛੋਟੀ ਆ ਇਹ ਜ਼ਿਆਦਾ ਸਿੰਪਲ ਰਹਿੰਦੀ ਆ. ਛੋਟੀ ਨੂੰ ਮੇਕਅਪ ਦਾ ਬੜਾ ਸ਼ੌਕ ਆ, ਬੜੀ ਗੋਰੀ ਚਿੱਤੀ ਹੈ, ਇੱਕ ਗੁਲਾਬ ਦਾ ਫੁੱਲ ਜਾ ਨਹੀਂ ਹੁੰਦਾ ਉਹ ਆ, ਉਹਨੂੰ ਜੇ ਕਹਿ ਦਈਏ ਨਾ ਵੀ ਆਹ ਦੁਕਾਨ ਹੀ ਆ ਮੋੜ ਤੇ ਲਿਆ, ਨਾ ਨਾ ਤੇਰਾ ਵੀਰ ਆਊਗਾ ਤਾਂ ਲਿਆਊਗਾ. ਅੱਛਾ, ਜੇ ਘਰੇ ਦੁੱਧ ਖਤਮ ਹੋ ਗਿਆ ਉਹਨੇ ਬਿਨਾਂ ਦੁੱਧ ਤੋਂ ਬੈਠੇ ਰਹਿਣਾ, ਛਾੜ ਧੋ ਕੇ ਦੁਬਾਰਾ ਪੰਜਾ ਕੇ ਫਾਈਬਰ ਦੀਆਂ ਹੁੰਦੀਆਂ ਉਹ ਗੋਲੇ ਜੇ ਬਣ ਜਾਂਦੇ ਨਗੰਦੇ ਪਾ ਕੇ, ਫਿਰ ਉਹਨਾਂ ਨੇ ਸਾਡੇ ਚਾਰਾਂ ਦੇ ਚਾਰਾਂ ਭੈਣ ਭਰਾਵਾਂ ਦੀ ਰਜਾਈਆਂ ਚ ਸਾਂਭ ਕੇ ਜਾਣੇ, ਜਿਹੜੇ ਗਰਮੀ ਵਾਲੇ ਕੰਬਲ ਪਤਲੇ ਅੱਡ ਕੱਢ ਜਾਣੇ ਆ, ਮੋਟੇ ਅੱਡ ਕੱਢ ਜਾਣੇ. ਹਲੇ ਤੱਕ ਇਹ ਮੇਰੀ ਮਾਂ ਦੀ ਜ਼ਿੰਮੇਵਾਰੀ ਹੈ. ਪਰ ਹਜੇ ਤੱਕ ਮੈਂ ਕਹਿੰਦੀ ਹਾਂ ਪਰਿਵਾਰ ਦੇ ਵਿੱਚ ਬੜੇ ਸਾਰੀਆਂ ਸੁਖਾਲ ਚੀਜ਼ਾਂ ਹੈਗੀਆਂ ਨੇ, ਹੈ ਨਾ, ਜਿਸ ਦਾ ਅਹਿਸਾਸ ਕਰ ਸ਼ਾਇਦ ਤਾਂ ਹੀ ਤੁਰੇ ਫਿਰਦੇ. ਹਾਂ, ਰੱਬ ਦੇ ਕੇ ਰੱਖਦਾ ਕੋਈ ਨਾ ਕੋਈ ਜ਼ਰੀਆ, ਤੇ ਹੁਣ ਨਵੀਂ ਉਮੀਦ ਹੋਰ ਮਿਲ ਗਈ ਆ. ਹੁਣ ਤਾਂ ਮੈਂ ਉਸ ਮਿਰਜ਼ੇ ਦੇ ਅੰਦਰ ਇੱਕ ਪਹਿਲਾਂ ਸ਼ੇਅਰ ਲਾਇਆ ਸੀਗਾ ਜੀ. ਗੱਲ ਕਰੀਏ ਤਾਂ ਕਰੀਏ ਸੋਹਣਾ ਨੇ, ਗੱਲ ਕਰੀਏ ਤਾਂ ਕਰੀਏ ਸੋਹਣਾ ਨਾ, ਨਹੀਂ ਤਾਂ ਨਾ ਕਰੀਏ ਜੇ ਨਾ ਢੰਗ ਹੋਵੇ, ਗੁਰੂ ਹੋਵੇ ਤਾਂ ਹੁਨਰ ਦਾ ਹੋਵੇ ਪੂਰਾ, ਫੱਕਰ ਹੋਵੇ ਤਾਂ ਨੰਗ ਮਲੰਗ. ਜਿਹੜਾ ਹੋਇਆ ਹੀ ਫੱਕਰ ਜੀ, ਉਹਨੂੰ ਵੱਡੀਆਂ ਵੱਡੀਆਂ ਗੱਡੀਆਂ ਤੱਕ, ਵੱਡੀਆਂ ਵੱਡੀਆਂ ਗੰਨਾਂ ਤੱਕ, ਵੱਡੀਆਂ ਵੱਡੀਆਂ ਕੋਠੀਆਂ ਤੱਕ, ਵੱਡੀਆਂ ਵੱਡੀਆਂ ਸਿਆਸਤਾਂ ਤੱਕ. ਕੀ ਮਤਲਬ? ਫੱਕਰ ਦਾ ਮਤਲਬ ਤਾਂ ਇਹੀ ਹੈ ਜੀ. ਬਿਲਕੁਲ, ਹੈ ਨਾ. ਇਹ ਸ਼ੇਰ ਮੈਂ ਲਾਇਆ ਜੀ. ਉਸ ਤੋਂ ਬਾਅਦ ਜੱਟ ਚੜਦੇ ਮਿਰਜ਼ੇ ਖਾਣ ਨੂੰ, ਵੱਡੀ ਭਾਬੀ ਲੈਂਦੀ ਥੰਮ. ਉਹ ਜੱਟ ਚੜਦੇ ਮਿਰਜ਼ੇ ਖਾਣ ਨੂੰ, ਵੱਡੀ ਭਾਬੀ ਲੈਂਦੀ ਥੰਮ. ਵੇ ਮੈਂ ਕਦੀ ਨਾ ਦਿਓਰ ਵੰਗਾਰਿਆ, ਵੇ ਮੈਂ ਕਦੀ ਨਾ ਦਿਓਰ ਵੰਗਾਰਿਆ, ਜੱਟਾ ਕਦੇ ਨਾ ਆਇਓ ਕੰਮ, ਵੇ ਜੱਟਾ ਕਦੇ ਨਾ ਆਇਓ ਕੰਮ. ਇਸ ਤੋਂ ਬਾਅਦ ਸਾਜ਼ੀਆਂ ਦੇ ਧਮਕ ਸ਼ੁਰੂ ਹੁੰਦੀ ਆ. ਮੈਂ ਸੱਚੀ ਅੱਜ ਅਰਦਾਸ ਕਰਦੀ ਹਾਂ ਇਸ ਖੁਸ਼ੀ ਵਾਲਾ ਮਿਰਜ਼ਾ ਜਿਹੜਾ ਹੈ ਨਾ, ਮੈਂ ਖੁਦ ਇੱਕ ਅਖਾੜੇ ਦੇ ਸਾਹਮਣੇ ਖੜੋ ਕੇ ਤਾਂ ਸੁਣਨਾ ਚਾਹੁੰਦੀ ਹਾਂ. ਪੱਕੀ ਗੱਲ ਹੈ ਤੇ ਬਹੁਤ ਗੱਲਾਂ ਬਾਤਾਂ ਹੋ ਗਈਆਂ, ਪਰ ਮੈਨੂੰ ਇਹ ਲੱਗਦਾ ਭੈਣਾਂ ਦੀ ਗੱਲਾਂ ਕਹਿ ਲਓ, ਮਾਵਾਂ ਧੀਆਂ ਦੀ ਗੱਲਾਂ ਕਹਿ ਲਓ, ਜਾਂ ਦੋ ਉਦਾਂ ਹੀ ਰੂਹਾਂ ਦੀ ਗੱਲਾਂ ਕਹਿ ਲਓ, ਇਹ ਨਹੀਂ ਮੁੱਕਣਗੀਆਂ ਕਦੇ ਵੀ. ਪਰ ਮੈਂ ਜ਼ਰੂਰ ਉਮੀਦ ਕਰਾਂਗੀ ਅਗਲੀ ਮੁਲਾਕਾਤ ਦੇ ਵਿੱਚ ਹੋਰ ਰੂਹਾਨੀਅਤ ਭਰੀਆਂ ਗੱਲਾਂ ਕਰਾਂਗੀ, ਜ਼ਿੰਦਗੀ ਦੀਆਂ ਸਾਂਝੀਆਂ ਜੋ ਮੈਂ ਹਾਸਲ ਕਰਾਂ ਜੀ, ਹੈ ਨਾ. ਹਲੇ ਮੈਂ ਜ਼ਿੰਦਗੀ 'ਚ ਮਤਲਬ ਕਿਉਂਕਿ ਮੇਰੇ 7-8 ਸਾਲ ਸਮਾਂ ਬੜਾ ਮਾੜਾ ਆਇਆ ਸੀ, ਅਤੇ ਹੁਣ ਮੈਂ ਗਾਇਕੀ ਦੇ ਅੰਦਰ ਉਹ ਬਹੁਤ ਮਿਹਨਤ ਕਰ ਰਹੀ ਹਾਂ, ਸੱਚੀ ਬਹੁਤ ਮਿਹਨਤ ਕਰ ਰਹੀ ਹਾਂ. ਅਸੀਂ ਉਸ ਮਿਹਨਤ 'ਚ ਤੁਹਾਡੇ ਨਾਲ ਖੜੇ ਹਾਂ, ਬਸ ਤੁਸੀਂ ਹੁਕਮ ਕਰਨਾ ਪਰ ਯਾਦ ਕਰਨਾ, ਹੈ ਨਾ. ਮੈਂ ਬਹੁਤ ਮਿਹਨਤ ਕਰ ਰਹੀ ਹਾਂ, ਇਹ ਨਹੀਂ ਵੀ ਮੈਂ ਕੋਈ ਰਾਗ ਸਿੱਖਣ ਦੀ ਮਿਹਨਤ ਕਰ ਰਹੀ ਹਾਂ, ਜਿੰਨਾ ਕੁ ਮੈਨੂੰ ਆਉਂਦਾ, ਹੈ ਨਾ, ਜਿੰਨਾ ਕੁ ਮੈਂ ਅੱਛੇ ਕਰਾਂ. ਵੈਸੇ ਵੀ ਸ਼ੁਭ ਨੇ ਕਹਿ ਹੀ ਦਿੱਤਾ ਕਿ ਯੂਨੀਵਰਸਲ ਆਰਟਿਸਟ ਹੈ ਇਹ, ਤੇ ਹੁਣ ਯੂਨੀਵਰਸ ਤੱਕ ਪਹੁੰਚਣ ਲਈ ਥੋੜੀ ਮਿਹਨਤ ਤਾਂ ਹੋਰ ਬਾਣੀ ਹੈ ਪੈਣੀ ਹੈ. ਮੁੱਲ ਪਾਉਣ ਵਾਲਾ ਅਕਾਲ ਪੁਰਖ, ਅਕਾਲ ਪੁਰਖ, ਤੇ ਕਿਉਂਕਿ ਹੁਣ ਮਤਲਬ ਸਾਰੇ ਆਪਦੀ ਆਪਦੀ ਥਾਂ ਤੇ ਜੀ ਸੌਖੇ ਨੇ, ਤੇ ਸਰੋਤੇ ਮੈਨੂੰ ਬਹੁਤ ਪਿਆਰ ਕਰਦੇ ਨੇ, ਤੁਹਾਡੇ ਵਰਗੇ ਬੱਚੇ ਮੈਨੂੰ ਬਹੁਤ ਪਿਆਰ ਕਰਦੇ ਨੇ, ਤੇ ਮੈਂ ਹਾਲੇ ਅੱਗੇ ਹੋਰ ਵਧਣਾ, ਇਕੱਠੇ ਵਧਾਂਗੇ, ਇਕੱਠ ਤੁਸੀਂ ਨਾਲ ਲੈ ਕੇ ਚੱਲੋ, ਹੈ ਨਾ, ਤੇ ਬਸ ਹਮੇਸ਼ਾ ਸਪੋਰਟ ਬਣ ਕੇ ਖੜੇ ਹੋਣ ਦੀ ਕੋਸ਼ਿਸ਼ ਕਰਾਂਗੇ. ਤੁਹਾਡੀ ਨੌਕਰੀ, ਤੁਹਾਡੀ ਜੌਬ ਬੜੀ ਸੋਹਣੀ ਹੈ, ਬੜੀ ਸੋਹਣੀ ਕਲਾ ਹੈ. ਬਸ ਥੋੜੀ ਜਿਹੀ ਪਰਮਾਤਮਾ ਨੇ ਸਾਨੂੰ ਦਿੱਤੀ ਹੈ ਕਿ ਅਸੀਂ ਕਿਸੇ ਨੂੰ ਹੋਰ ਥੋੜਾ ਸਪੋਰਟ ਕਰ ਸਕੀਏ, ਤੇ ਜਦੋਂ ਯਾਦ ਕਰੋਗੇ ਹਮੇਸ਼ਾ ਖੜਾਂਗੇ. ਇਹ ਬਹੁਤ ਵਧੀਆ ਜੌਬ ਹੈ ਤੁਹਾਡੀ, ਹੈ ਨਾ, ਕਿਉਂਕਿ ਜਿਹੜੀਆਂ ਗੱਲਾਂ ਹੁਣ ਮੈਂ ਘਰੇ ਬੈਠੀ ਹਾਂ, ਬਹੁਤ ਗੱਲਾਂ ਨੇ ਮੇਰੇ ਬ੍ਰੇਨ 'ਚ, ਜਿਹੜੀਆਂ ਗੱਲਾਂ ਮੈਂ ਮਤਲਬ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੀ ਹਾਂ, ਤੇ ਜੇ ਤੁਸੀਂ ਆਉਂਦੇ ਤਾਂ ਉਹ ਗੱਲਾਂ ਪਹੁੰਚਦੀਆਂ ਜੀ, ਜੇ ਤੁਸੀਂ ਨਾ ਹੀ ਆਉਂਗੇ ਤੇ ਗੱਲਾਂ ਕਿਵੇਂ ਪਹੁੰਚਣਗੀਆਂ? ਤੁਸੀਂ ਪਲੱਸ ਵਾਲੇ ਮੀਡੀਆ,
थैंक यू। सब तो बड़ी गल मैं कुछ के चैनल ने जेडे प्लस वाले ने हां जी है पॉजिटिव इंटरव्यू देने हैं कई ने की करना उते कमेंट होर कर देना है ना या मेरी नॉर्मल गल नु पुठा दे देना भी हां लोग खोलन ते लोग एहो जे है उन्होंने ऊपरली लैन पढ़ के ही थल्ले कमेंट कर दे करना शुरू कर देना जी अंदर देख दे अंदर देखना ही नहीं भी मेरी गलती है जी या कलाकार दी गलती है कि नहीं एक मैं स्पेशल बेनती करूंगी भी उपरला हेड वैसे तो लोग बहुत सियाने हो हाँ ना जो कि खोल लेंदे किसी भी एनीथिंग दुनिया च तो थले फिर गाला भरा हाँ ਵਧਾਉਂਦੇ ਨੇ ਪਰ ਮੈਨੂੰ ਇਹ ਲੱਗਦਾ ਕਿ ਗਾਲਾਂ ਭਰਾਉਣ ਵਾਲਿਆਂ ਨੇ ਗਾਲਾਂ ਹੀ ਭਰਾਉਣੀਆਂ ਸੱਚ ਮੰਨੋ ਵੀ ਉਹ ਜਦੋਂ ਜਿਹੜੀ ਖਬਰ ਝੂਠ ਨਿਕਲਦੀ ਹੈ ਤਾਂ ਗੱਲ ਸੁਣਨ ਤੋਂ ਬਾਅਦ ਵੀ ਆਉਣਗੇ ਏਦਾਂ ਹੀ ਕਹਿਣ ਇਸ ਕਰਕੇ ਉਮੀਦਾਂ ਹੀ ਛੱਡ ਦੋ ਨਾ ਤੋਂ ਤੁਸੀਂ ਸੱਚੀ ਸੁੱਚੀ ਗੱਲ ਕੀਤੀ ਹੈ ਨਾ ਜਿਹੜਾ ਤੁਹਾਨੂੰ ਪਛਾਣਦਾ ਉਹ ਇੰਟਰਵਿਊ ਖੋਲ ਕੇ ਦੇਖੂਗਾ ਹੀ ਨਹੀਂ ਬਹੁਤੇ ਲੋਕ ਮੈਨੂੰ ਕਹਿੰਦੇ ਆ ਵੀ ਫੁਕਰੀ ਨਹੀਂ ਫੁਕਰੀ ਨਹੀਂ ਮਤਲਬ ਫੇਮ ਅੱਛਾ ਫੇਮ ਲਈ ਫੇਮ ਲਈ ਮੈਂ ਕਿਹਾ ਵੀ ਮੈਂ ਤਾਂ ਪਹਿਲਾਂ ਵੀ 30 ਸਾਲ ਪਹਿਲਾਂ ਗੁਜ਼ਾਰਾ ਕਰੀ ਜਾਂਦੀ ਸੀ ਇੱਕ ਮੈਂ ਦਿਹਾੜੀਦਾਰ ਤੇ ਤੁਸੀਂ ਭਾਗਾਂ ਵਾਲੇ ਹੋ ਹੈ ਨਾ ਤੇ ਇਹ ਤਾਂ ਮੇਰੇ ਤੋਂ ਕਿਸੇ ਵੇਲੇ ਪਾਠ ਹੋ ਗਿਆ ਕੋਈ ਤਪੱਸਿਆ ਹੋ ਗਈ ਜਾਂ ਕਿਸੇ ਐਸੇ ਸ਼ਖਸ ਦਾ ਭਲਾ ਹੋ ਗਿਆ ਜਾਂ ਕਿਸੇ ਦੇ ਅੰਦਰ ਐਸੇ ਜਾਨਵਰ ਦੇ ਅੰਦਰ ਕੋਈ ਚੀਜ਼ ਮੇਰੇ ਤੋਂ ਖੁਆਈ ਗਈ ਜਿਹੜਾ ਸ਼ੁਭ ਦੇ ਰੂਪ ਚ ਪਰਮਾਤਮਾ ਨੇ ਕਦੇ ਰੱਬ ਕਦੇ ਸਿੱਧਾ ਆਇਆ ਹਾਂ ਬਿਲਕੁਲ ਜ਼ਰੀਆ ਬਣ ਕੇ ਆਇਆ ਜ਼ਰੀਆ ਬਣ ਕੇ ਆਇਆ ਫਿਰ ਉਹ ਜ਼ਰੀਆ ਪਰਮਾਤਮਾ ਸ਼ੁਭ ਦੇ ਰੂਪ ਚ ਆਇਆ ਤੇ ਸ਼ੁਭ ਵੀ ਐਸਾ ਇਨਸਾਨ ਜਦੋਂ ਸ਼ੁਭ ਨੇ ਮੇਰਾ ਨਾਂ ਲਿਆ ਸੀ ਬੜੇ ਮਤਲਬ ਫੋਨ ਆਏ ਸੀ ਜੀ ਸਾਡੇ ਨਾਲ ਗਾਣਾ ਕਰ ਦੋ ਸਾਡੇ ਨਾਲ ਗਾਣਾ ਕਰ ਦੋ ਸਾਡੇ ਨਾਲ ਗਾਣਾ ਕਰ ਦੋ ਤੁਸੀਂ ਪੈਸਾ ਕਮਾ ਲਓ ਹਨਾ ਹਾਲਾਂਕਿ ਮੇਰੇ ਕੋਲੇ ਜਦੋਂ ਨਾਂ ਲਿਆ ਸੀ ਪੈਸੇ ਦੀ ਬਹੁਤ ਤੋੜ ਸੀ ਅੱਛਾ ਤੁਸੀਂ ਰਹਿ ਰਾਸ ਦਾ ਵੇੜਾ ਸੱਚੀ ਬਹੁਤ ਤੋੜ ਸੀ ਪਰ ਜਸਵਿੰਦਰ ਨੇ ਕਦੇ ਆਪਦਾ ਸਟੈਂਡ ਨਹੀਂ ਛੱਡਿਆ ਜੀ ਜ਼ਮੀਰ ਨਹੀਂ ਮਾਰਿਆ ਹਨਾ ਇਹ ਨੀ ਵੀ ਮੈਂ ਕੋਈ ਗਲਤ ਗਾਣੇ ਗਾਉਣੇ ਸੀ ਮੁੰਡਿਆਂ ਨਾਲ ਡਿਊਟਾਂ ਨੂੰ ਮੈਂ ਗਲਤ ਨਹੀਂ ਕਹਿੰਦੀ ਹੁਣ ਅੱਜ ਕੱਲ੍ਹ ਕੁੜੀਆਂ ਕਿੰਨੇ ਸੋਹਣੇ ਸੋਹਣੇ ਬਹੁਤ ਸੋਹਣੇ ਗਾਣੇ ਗਾ ਰਹੀਆਂ ਨੇ ਹਨਾ ਬਹੁਤ ਪਿਆਰੇ ਮੁੰਡੇ ਡਿਊਟ ਗਾ ਰਹੇ ਨੇ ਪਰ ਮੈਨੂੰ ਐਂ ਲੱਗਦਾ ਸੀ ਵੀ ਨਹੀਂ ਜਿਹੜਾ ਮੇਰਾ ਸੋਲੋ ਦਾ ਸਟੈਂਡ ਹੈ ਤੇ ਫਿਰ ਵਾਹਿਗੁਰੂ ਆਖੂਗਾ ਬਸ ਹਿੱਲ ਗਈ ਮੈਂ ਤਾਂ ਥੋੜੀ ਜਿਹੀ ਤੇਰੇ ਤੋਂ ਪ੍ਰੀਖਿਆ ਹੀ ਲਈ ਸੀ ਤੇ ਮੈਂ ਹਿੱਲੀ ਨਹੀਂ ਜੇ ਉਦੋਂ ਮੇਰੇ ਤੇ ਇੰਨਾ ਕੁ ਤੰਗ ਟਾਈਮ ਸੀ ਸ਼ਾਇਦ ਜੇ ਮੈਂ 5-10 ਗੀਤ ਕਰਦੀ ਤਾਂ ਮੇਰਾ ਉਹ ਸਾਰਾ ਟਾਈਮ ਪੂਰਾ ਹੋ ਜਾਣਾ ਕੰਪਲੀਟ ਕਵਰ ਹੋ ਜਾਂਦਾ ਮੇਰੀ ਨੋਵਾ ਗੱਡੀ ਉਹ ਖੜੀ ਹੈ ਮੈਂ ਇਹਨੂੰ ਵੇਚਣਾ ਨਹੀਂ ਤੇ ਕਈ ਵਾਰ ਤਾਂ ਲੋਕਾਂ ਨੇ ਵੀ ਕਹਿ ਦੇਣਾ ਵੀ ਜੀ ਹੁਣ ਗੱਡੀ ਚੇਂਜ ਕਰ ਲਓ ਤੇ ਮੈਂ ਕਹਿੰਦਾ ਕੋਈ ਤੁਸੀਂ ਮੇਰਾ ਪ੍ਰੋਗਰਾਮ ਦੇਖਣਾ ਨਾ ਕਿ ਮੇਰੀ ਗੱਡੀ ਦੇਖਣੀ ਹਾਂ ਪ੍ਰੋਗਰਾਮ ਦੇਖਿਓ ਮੈਂ ਕੋਸ਼ਿਸ਼ ਕਰੂੰਗੀ ਵਧੀਆ ਲਾਉਣ ਦੀ ਤੇ ਤੰਗੀਆਂ ਛੰਗੀਆਂ ਜ਼ਿੰਦਗੀ ਚ ਆਉਂਦੀਆਂ ਰਹਿੰਦੀਆਂ ਨੇ ਇਨਸਾਨ ਇਨਸਾਨ ਰਹਿੰਦਾ ਮੈਨੂੰ ਲੱਗਦਾ ਜੇ ਇਹ ਸਮਾਂ ਆਉਂਦਾ ਜਾਂਦਾ ਰਹਿੰਦਾ ਨਹੀਂ ਤਾਂ ਫਿਰ ਹਾਂ ਹੈਨਾ ਫਿਰ ਸਮੇਂ ਤੋਂ ਡਰਦਾ ਵੀ ਆ ਵੀ ਮਸਾਂ ਰੱਬ ਨੇ ਸਮਾਂ ਦਿੱਤਾ ਤੇ ਇਹਨੂੰ ਸੰਭਾਲ ਸੰਭਾਲ ਕੋਈ ਗਲਤੀ ਨਾ ਕਰਿਓ ਬਿਲਕੁਲ ਸੋ ਮੈਨੂੰ ਲੱਗਦਾ ਕਿ ਪਿਆਰ ਕਰਨ ਵਾਲਿਆਂ ਨੂੰ ਸਲੂਟ ਹਾਂ ਸ਼ੁਭ ਨੂੰ ਜੀ ਆਇਆਂ ਕਹਿਣ ਵਾਲਿਆਂ ਨੂੰ ਸ਼ੁਭ ਲਈ ਅਰਦਾਸਾਂ ਕਰਨ ਵਾਲਿਆਂ ਨੂੰ ਸਾਰਿਆਂ ਨੂੰ ਢੇਰ ਸਾਰਾ ਪਿਆਰ ਵਧਾਈਆਂ ਵਧਾਈਆਂ ਉਹ ਕਹਿੰਦੇ ਨਾ ਤੁਸੀਂ ਆਏ ਹੋ ਨਾ ਵਧਾਈਆਂ ਬੀਬੀ ਤੈਨੂੰ ਵਧਾਈਆਂ ਜੀ ਵਧਾਈਆਂ ਬੀਬੀ ਤੈਨੂੰ ਵਧਾਈਆਂ ਜੀ ਹੁਣ ਵੀਰੇ ਨੂੰ ਦੇਣੀ ਆ ਵਧਾਈਆਂ ਵੀਰੇ ਤੈਨੂੰ ਵਧਾਈਆਂ ਜੀ ਤੇਰੇ ਯਾਰ ਨੂੰ ਪਰਿਵਾਰ ਨੂੰ ਤੇਰੀ ਸੋਹਣੀ ਜੀ ਸਰਦਾਰਨੀ ਨੂੰ ਤੇਰੇ ਸੋਹਣੇ ਜਿਹੇ ਵੀਰਾਂ ਨੂੰ ਸਾਰੇ ਚਾਚੇ ਤਾਇਆਂ ਨੂੰ ਸਾਰੇ ਪਿਆਰ ਕਰਨ ਵਾਲਿਆਂ ਨੂੰ ਸਾਰੇ ਸੰਸਾਰ ਨੂੰ ਵਧਾਈਆਂ ਜੀ ਵਧਾਈਆਂ ਤੁਹਾਨੂੰ ਹੁਕਾ ਵਧਾਈਆਂ ਜੀ ਤੁਹਾਡੇ ਯਾਰ ਨੂੰ ਪਰਿਵਾਰ ਨੂੰ ਹਾਏ ਸਾਰੇ ਜੀ ਸੰਸਾਰ ਨੂੰ ਤੇ ਸ਼ੁਕਰੀਆ ਦਾ ਉਸ ਪਰਮੇਸ਼ਵਰ ਦੇ ਦਵਾਰ ਨੂੰ ਵਧਾਈਆਂ ਜੀ ਵਧਾਈਆਂ ਬਹੁਤ ਖੂਬਸੂਰਤ ਬਹੁਤ ਸੋਹਣੀ ਸ਼ਾਮ ਸੀ ਬਹੁਤ ਸੋਹਣੇ ਪਲ ਸੀ ਜੀ ਬਹੁਤ ਸੋਹਣੀ ਸ਼ਾਮ ਹੈ ਨਾ ਬਹੁਤ ਖੁਸ਼ੀ ਹੈ ਸਕੂਨ ਹੈ ਗੱਲਾਂ ਬਾਤਾਂ ਸਾਂਝੀਆਂ ਹੋ ਰਹੀਆਂ ਨੇ ਇਸ ਤੋਂ ਵਧੀਆ ਸਮਾਂ ਅੱਜ ਦੇ ਸਮੇਂ ਦੇ ਵਿੱਚ ਆਪਾਂ ਹੋਰ ਰੱਬ ਤੋਂ ਕੀ ਮੰਗਦੇ ਕੀ ਮੰਗਦੇ ਆ ਸਾਰਾ ਕੁਝ ਦਿੱਤਾ ਮਾਲਕਾ ਮੈਨੂੰ ਬਹੁਤ ਕੁਝ ਦਿੱਤਾ ਬਹੁਤ ਕੁਝ ਦਿੱਤਾ ਥੈਂਕ ਯੂ ਵਾਹਿਗੁਰੂ ਤੁਹਾਡਾ ਕਿਆ ਬਾਤ ਹੈ ਵਾਹਿਗੁਰੂ ਸੱਚੀ ਬੜੇ ਸ਼ੁਕਰਗੁਜ਼ਾਰ ਆ ਤੁਸੀਂ ਹਮੇਸ਼ਾ ਇੱਕ ਲੰਬੀ ਰਾਤ ਤੋਂ ਬਾਅਦ ਜਿਹੜੀ ਸਵੇਰ ਲੈ ਕੇ ਆਉਂਦੇ ਹੋ ਹਰੇਕ ਦੀ ਜ਼ਿੰਦਗੀ ਦੇ ਵਿੱਚ ਮੈਨੂੰ ਲੱਗਦਾ ਤੁਸੀਂ ਮੈਨੂੰ ਇੱਕ ਆਹ ਗੱਲ ਤਾਂ ਨਹੀਂ ਕਹਿਣ ਵਾਲੇ ਹੁਣ ਕਿਉਂਕਿ ਮੈਂ ਗੱਲ ਤੇ ਗੱਲ ਵਧਾਈ ਜਾਂਦੀ ਸੁੱਤੇ ਰਾਤ ਦੇ ਨਜ਼ਾਰੇ ਸੋਹਣੇ ਲੱਗੇ ਚੰਦ ਤਾਰੇ ਕਿਆ ਬਾਤ ਸੁੱਤੇ ਰਾਤ ਦੇ ਨਜ਼ਾਰੇ ਸੋਹਣੇ ਲੱਗੇ ਚੰਦ ਤਾਰੇ ਮੈਨੂੰ ਆਖਦੇ ਨੇ ਸਾਰੇ ਮੈਨੂੰ ਜਾਣੀ ਦੇ ਚੰਨਾ ਵੇ ਮੈਨੂੰ ਜਾਣੀ ਦੇ ਹਾਰਾ ਵੇ ਮੈਨੂੰ ਜਾਣੀ ਦੇ ਕਿਆ ਬਾਤ ਹੈ ਕਹਿੰਦੇ ਇਹ ਹੁੰਦੀ ਆ ਖੁਸ਼ੀ
ਰੋ ਕੇ ਹੱਸ ਕੇ ਫਿਰ ਜਿਹੜੇ ਚਾਹ ਤੋਂ ਬਾਅਦ ਗੀਤ ਨਿਕਲਦੇ ਨੇ ਤੇ ਜਿਹੜਾ ਆਪਣਾ ਅੰਦਰੋਂ ਅਹਿਸਾਸ ਹੈ ਨਾ ਮੱਲੋ ਮੱਲੀ ਨਿਕਲਦੇ ਨੇ, ਇਹਨੂੰ ਖੁਸ਼ੀ ਕਹਿੰਦੇ ਕਰੇ ਦਿਨ ਨਾ ਚੜੇ। ਹਾਏ ਹਾਏ ਕੀ ਬਾਤ ਹੈ, ਹਾਏ ਅੱਲਾ ਕਰੇ ਦਿਨ ਨਾ ਚੜੇ। ਵਾਹ, ਤੁਹਾਡੀ ਆਵਾਜ਼ ਦੇ ਵਿੱਚ ਮੈਂ ਸਾਹਮਣੇ ਬਹਿ ਕੇ ਸੁਣ ਰਹੀ, ਮੈਨੂੰ ਲੱਗਦਾ ਆਈ ਐਮ ਦ ਬਲੇਸਡ ਵਨ, ਲੱਕੀ ਵਨ, ਸੀਰੀਅਸਲੀ ਲੱਕੀ ਹੈ ਸਟੀਵਨ। ਬਟ ਜਲਦੀ ਮੁਲਾਕਾਤ ਕਰਾਂਗੇ ਆਪਾਂ, ਹੈ ਨਾ। ਔਰ ਹੁਣ ਚਾਹ ਪੀਣ ਦਾ ਵੇਲਾ ਹੋ ਗਿਆ ਸਾਡਾ, ਆਈ ਐਮ ਸ਼ੋਰ ਤੁਹਾਡਾ ਵੀ। ਤੁਹਾਨੂੰ ਮੈਂ ਦੱਸਿਆ ਨਾ ਵੀ ਮੈਂ ਬਹੁਤ ਚਾਹ ਪੀਣੀ, ਇੱਕੋ ਜਿਹੇ ਟੱਕਰੇ ਹਾਂ ਜੁਗ ਨੂੰ ਜੁਗ ਕਹਿ ਸਕਦੇ ਹਾਂ ਚਾਹ ਦੇ ਮਾਮਲੇ ਦੇ ਵਿੱਚ, ਬਾਕੀ ਵੱਡੇ ਨੇ ਹਮੇਸ਼ਾ ਉਹ ਪਿਆਰ ਸਤਿਕਾਰ ਰਹੇਗਾ, ਹਮੇਸ਼ਾ ਨਾਲ ਖੜਨ ਦੀ ਕੋਸ਼ਿਸ਼ ਕਰਾਂਗੇ। ਤੁਹਾਨੂੰ ਵੀ ਬਹੁਤ ਵਧਾਈਆਂ। ਥੈਂਕ ਯੂ, ਥੈਂਕ ਯੂ, ਥੈਂਕ ਯੂ ਸੋ ਮਚ। ਹਮੇਸ਼ਾ ਇਹੋ ਜਿਹੇ ਖੁਸ਼ੀ ਦੇ ਪਲਾਂ 'ਚ ਹਾਂਜੀ ਤੁਸੀਂ ਮੇਰੀ ਇੰਟਰਵਿਊ ਕਰਨ ਆਉਂਦੇ ਰਹੋ, ਬਿਲਕੁਲ, ਤੇ ਆਪਾਂ ਖਿੜਖੜਾ ਕੇ ਹੱਸਦੇ ਰਹੀਏ, ਕਿਉਂਕਿ ਆਪਾਂ ਕਿਸੇ ਹੋਰ ਦੇ ਹੱਸਣ ਦੀ ਵਜ੍ਹਾ ਵੀ ਬਣੀਏ। ਬਿਲਕੁਲ, ਕੀ ਬਾਤ ਜੀ, ਪਰਮਾਤਮਾ ਨੇ ਸਾਨੂੰ ਹੱਸਣ ਵਾਲੇ ਬਣਾਇਆ ਨਾ, ਤੇ ਵਾਹਿਗੁਰੂ ਸਾਨੂੰ ਇੰਨੀ ਸ਼ਕਤੀ ਦੇਈ ਵੀ ਅਸੀਂ ਕਿਸੇ ਦੇ ਹੱਸਣ ਦੀ ਵਜ੍ਹਾ ਬਣ ਸਕੀਏ। ਬਿਲਕੁਲ, ਸੋ ਮੈਨੂੰ ਲੱਗਦਾ ਅੱਜ ਹੱਸਣ ਦੀ ਵਜ੍ਹਾ ਅਸੀਂ ਸਾਰੇ ਇੱਕ ਦੂਜੇ ਨੂੰ ਖੁਸ਼ੀ ਦੇ ਕੇ, ਹੈ ਨਾ, ਨਾਲ ਸਮਾਂ ਬਿਤਾ ਕੇ ਹੈਗੇ ਹਾਂ, ਤੁਸੀਂ ਵੀ ਖੁਸ਼ ਹੋਵੋਗੇ। ਬਸ ਇਹ ਪਿਆਰ ਸਤਿਕਾਰ ਤੇ ਅਕਾਲ ਪੁਰਖ ਅੱਗੇ ਸਭ ਦਾ ਭਲਾ ਮੰਗਿਆ ਕਰੋ, ਤੁਹਾਡਾ ਵੀ ਭਲਾ ਉਸੇ ਵਿੱਚ ਹੋਣਾ। ਸੋ ਮੁਬਾਰਕਾਂ ਇੱਕ ਵਾਰ ਫਿਰ ਤੋਂ। ਇੱਕ ਹੋਰ ਅਰਦਾਸ ਕਰਨੀ ਆਪਾਂ, ਦੇਖੋ ਸ਼ੁਭ ਲਈ ਅਰਦਾਸ ਪੂਰੀ ਦੁਨੀਆ ਨੇ ਕੀਤੀ, ਜੀ ਜੀ ਜੀ, ਪੂਰੀ ਦੁਨੀਆ ਨੇ, ਸ਼ੁਭ ਆਇਆ ਨਾ, ਕਿੰਨੀ ਛੇਤੀ ਰੱਬ ਨੂੰ ਮੋੜਨਾ ਪਿਆ, ਤੇ ਹੁਣ ਆਪਾਂ ਹਰ ਉਸ ਮਾਂ ਲਈ ਅਰਦਾਸ ਕਰਿਆ ਕਰਨੀ ਆ ਜਦੋਂ ਰੱਬ ਨੂੰ ਮੱਥਾ ਟੇਕਣਾ, ਹਰ ਉਸ ਭੈਣ ਲਈ ਅਰਦਾਸ ਕਰਿਆ ਕਰਨੀ ਆ, ਹਰ ਉਸ ਵਾਈਫ ਲਈ ਅਰਦਾਸ ਕਰਿਆ ਕਰਨੀ ਹੈ ਜਿਨ੍ਹਾਂ ਦਾ ਕੋਈ ਨਾ ਕੋਈ ਗਵਾਚ ਗਿਆ, ਵੀ ਸੱਚੇ ਪਾਤਸ਼ਾਹ ਉਹਨਾਂ ਨੂੰ ਵੀ ਜਲਦੀ ਖੁਸ਼ੀਆਂ ਮੋੜ ਦੇ। ਬਿਲਕੁਲ ਬਿਲਕੁਲ, ਹੈ ਨਾ, ਕਿਸੇ ਨੂੰ ਵੀ ਨਿਰਾਸ਼ ਨਾ ਕਰੀ, ਕਿਸੇ ਦੀ ਮਾਂ ਦੀ ਕੁੱਖ ਨਾ ਉਜਾੜੀ, ਕਿਸੇ ਸੁਹਾਗਣ ਦਾ ਸੁਹਾਗ ਨਾ ਉਜਾੜੀ, ਕਿਸੇ ਭੈਣ ਦਾ ਸਹਾਰਾ ਵੀਰ ਨਾ ਖੋਈ। ਬਿਲਕੁਲ, ਹੁਣ ਆਪਾਂ ਸਾਰਿਆਂ ਨੇ ਇੱਕ ਮੰਗਣਾ, ਇੱਕ ਮੰਗ, ਹਾਂ ਬਿਲਕੁਲ, ਏਕਾ ਮੰਗਣਾ ਹੈ।